ठीक है हुण हां सर सर कर दिए शुरू हां हां बिल्कुल बिल्कुल ठीक चलो सारेयां नु प्यार भरी सत श्री अकाल जी आज पंजाबी विभाग आवाज नहीं आ रही रजनी जी आवाज नहीं आ रही सर सर देखो नहीं आवाज आ रही है तुम्हारी आ रही है आ रही आ रही आ रही बिल्कुल आ रही है अच्छा जी ठीक है अज पंजाबी विभाग दिल्ली यूनिवर्सिटी दिल्ली वालों सिद्धांत चिंतन भाषण लड़ी तहत ऑनलाइन भाषण का सिलसिला शुरू किया जा रहा है साढ़े नाल इस भाषण को सुनने लई जुड़े तमाम साहित्य प्रेमी विद्वान अध्यापक खोजार्थी ते विद्यार्थी सारयां दा असी तह दिलों स्वागत करते हैं पंजाबी विभाग अपनी मां बोली पंजाबी ते इस दे साहित दी सेवा करन लई वचनबद्ध है इसे वचनबद्धता दा एहसास ही सानू इस तरह दे मौके उलीकण लई प्रेरित करदा रहा और साडी अगुवाई करदा रहा इसे करके इसे प्रेरणा तहत असीं अज जिहड़ी भाषण लड़ी दी जिहड़ी शुरुआत आ उह कर रहे हां असीं बहुत माण महसूस कर रहे हां कि इस भाषण लड़ी विच पहला भाषण देण लई ਪੰਜਾਬੀ ਸਾਹਿਤ ਅਤੇ ਨਾਵਲ ਦੇ ਪ੍ਰਬੁੱਧ ਚਿੰਤਕ ਅਤੇ ਆਲੋਚਕ ਪ੍ਰੋਫੈਸਰ ਸੁਰਿੰਦਰ ਕੁਮਾਰ ਦਵੇਸ਼ਵਰ ਜੀ ਹੋਰਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਅਸੀਂ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ ਪ੍ਰੋਫੈਸਰ ਸਾਹਿਬ ਅੱਜ ਆਧੁਨਿਕਤਾ ਅਤੇ ਆਧੁਨਿਕਤਾਵਾਦ ਵਿਸ਼ੇ ਉੱਤੇ ਭਾਸ਼ਣ ਦੇਣ ਲਈ ਸਾਡੇ ਰੂਬਰੂ ਹੋਣ ਜਾ ਰਹੇ ਨੇ ਪਰ ਇਸ ਤੋਂ ਪਹਿਲਾਂ ਮੈਂ ਆਪਣੇ ਵਿਭਾਗ ਦੇ ਮਿਹਨਤੀ ਅਤੇ ਟੀਮ ਭਾਵਨਾ ਨਾਲ ਭਰੇ ਮੁਖੀ ਡਾਕਟਰ ਰਵੀ ਰਵਿੰਦਰ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਇਸ ਭਾਸ਼ਣ ਨੂੰ ਸੁਣਨ ਲਈ ਜੁੜੇ ਹੋਏ ਤਮਾਮ ਦਰਸ਼ਕਾਂ ਅਤੇ ਸਰੋਤਿਆਂ ਦਾ ਲਈ ਸਵਾਗਤੀ ਸ਼ਬਦ ਕਹਿਣ ਅਤੇ ਇਸ ਭਾਸ਼ਣ ਲੜੀ ਬਾਰੇ ਵੀ ਜਾਣਕਾਰੀ ਜਿਹੜੀ ਆ ਸਾਰਿਆਂ ਨਾਲ ਸਾਂਝੀ ਕਰਨ ਡਾਕਟਰ ਰਵੀ ਰਵਿੰਦਰ ਜੀ ਸਰ ਤੁਹਾਡੀ ਆਵਾਜ਼ ਮਿਊਟ ਅਨਮਿਊਟ ਕਰ ਲਓ ਹਾਂਜੀ ਸਰ ਅਨਮਿਊਟ ਕਰ ਲਓ ਰਵੀ ਸਰ ਰਵੀ ਸਰ ਅਨਮਿਊਟ ਕਰੋ ਹਾਂਜੀ ਸ਼ੁਕਰੀਆ ਡਾਕਟਰ ਰਜਨੀ ਹੁਣ ਆ ਰਹੀ ਹੈ ਆਵਾਜ਼ ਹਾਂਜੀ ਹਾਂ ਹੁਣ ਠੀਕ ਹਾਂ ਸ਼ੁਕਰੀਆ ਸ਼ੁਕਰੀਆ ਬਹੁਤ ਹੀ ਮਾਣਯੋਗ ਪ੍ਰੋਫੈਸਰ ਸੁਰਿੰਦਰ ਕੁਮਾਰ ਦਵੇਸ਼ਵਰ ਜੀ ਪੰਜਾਬੀ ਵਿਭਾਗ ਦੇ ਮੇਰੇ ਸਹਿਯੋਗੀ ਪ੍ਰੋਫੈਸਰ ਜਸਪਾਲ ਕੌਰ ਜੀ ਪ੍ਰੋਫੈਸਰ ਕੁਲਵੀਰ ਗੋਜਰਾ ਜੀ ਡਾਕਟਰ ਬਲਜਿੰਦਰ ਨਸਰਾਲੀ ਜੀ ਡਾਕਟਰ ਨਛੱਤਰ ਜੀ ਡਾਕਟਰ ਯਾਦਵਿੰਦਰ ਜੀ ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਡਾਕਟਰ ਰਜਨੀ ਬਾਲਾ ਜੀ ਪਿਆਰੇ ਵਿਦਿਆਰਥੀਓ ਤੇ ਵਿਦਵਾਨ ਹਾਜ਼ਰੀਨ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅੱਜ ਦੇ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਜਿਵੇਂ ਡਾਕਟਰ ਰਜਨੀ ਨੇ ਦੱਸਿਆ ਤੁਹਾਨੂੰ ਵੀ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਇੱਕ ਭਾਸ਼ਣ ਲੜੀ ਦਾ ਹਿੱਸਾ ਹੈਗਾ ਤੇ ਉਸ ਲੜੀ ਦਾ ਇਹ ਪਹਿਲਾ ਪ੍ਰੋਗਰਾਮ ਆ ਪੰਜਾਬੀ ਭਾਗ ਨੇ ਇੱਕ ਫੈਸਲਾ ਕੀਤਾ ਵੀ ਅਸੀਂ ਦੋ ਭਾਸ਼ਣ ਲੜੀਆਂ ਦਾ ਆਨਲਾਈਨ ਆਯੋਜਨ ਕਰਾਂਗੇ ਪਹਿਲੀ ਭਾਸ਼ਣ ਲੜੀ ਦਾ ਅਸੀਂ ਨਾਂ ਰੱਖਿਆ ਸਿਧਾਂਤ ਚਿੰਤਨ ਭਾਸ਼ਣ ਲੜੀ ਤੇ ਦੂਜੀ ਜਿਹੜੀ ਸਾਡੀ ਭਾਸ਼ਣ ਲੜੀ ਹੋਏਗੀ ਉਹਦਾ ਨਾਂ ਰੱਖਿਆ ਅਸੀਂ ਸਾਹਿਤ ਚਿੰਤਨ ਭਾਸ਼ਣ ਲੜੀ ਉਹ ਹਲੇ ਅਸੀਂ ਸ਼ੁਰੂ ਕਰਨੀ ਹੈ ਜਿਹੜੀ ਸਿਧਾਂਤ ਚਿੰਤਨ ਭਾਸ਼ਣ ਲੜੀ ਆ ਇਸ ਲੜੀ ਦੇ ਤਹਿਤ ਅਸੀਂ ਆਧੁਨਿਕਤਾਵਾਦ ਮਾਰਕਸਵਾਦ ਨਾ ਮਾਰਕਸਵਾਦ ਉੱਤਰ ਆਧੁਨਿਕਤਾਵਾਦ ਬਸਤੀਵਾਦ ਤੇ ਉੱਤਰ ਬਸਤੀਵਾਦ ਜਾਂ ਇਤਿਹਾਸਵਾਦ ਤੇ ਨਵ ਇਤਿਹਾਸਵਾਦ ਜਾਂ ਯਥਾਰਥਵਾਦ ਤੇ ਉੱਤਰ ਯਥਾਰਥਵਾਦ ਜਾਂ ਰੂਪਵਾਦ ਸੰਰਚਨਾਵਾਦ ਜਿੰਨੇ ਵੀ ਵਾਦ ਆ ਚਾਹੇ ਉਹ ਅਸਤਿਤਵਵਾਦ ਆ ਨਾਰੀਵਾਦ ਆ ਦਲਿਤਵਾਦ ਆ
ਜਿਹੜੇ ਕਿ ਸਾਹਿਤ ਦੇ ਖੇਤਰ ਦੇ ਵਿੱਚ ਵੀ ਜਿਨ੍ਹਾਂ ਦਾ ਪ੍ਰਚਲਨ ਹੈਗਾ ਅਸੀਂ ਉਹਨਾਂ ਇੱਦਾਂ ਦੇ ਕੁਝ ਵਾਦਾਂ ਦੀ ਸੂਚੀ ਬਣਾਈ ਆ ਤੇ ਜਿਨ੍ਹਾਂ ਬਾਰੇ ਭਵਿੱਖ ਵਿੱਚ ਵੀ ਅਸੀਂ ਵਿਦਵਾਨਾਂ ਤੋਂ ਭਾਸ਼ਣ ਕਰਵਾਵਾਂਗੇ। ਇਹਨਾਂ ਭਾਸ਼ਣਾਂ ਦਾ ਜਿਹੜਾ ਪਹਿਲਾ ਉਦੇਸ਼ ਆ ਉਹ ਵਿਦਿਆਰਥੀ ਮੁੱਖ ਆ। ਮੈਨੂੰ ਲੱਗਦਾ ਕੋਈ ਡਿਸਟਰਬੈਂਸ ਆ ਰਹੀ ਆ, ਉਹ ਜੇ ਆਵਾਜ਼ ਜਿਹੜੀ ਆ ਰਹੀ ਹੈ ਬੰਦ ਕਰ ਲਈ ਜਾਵੇ ਤਾਂ ਠੀਕ ਹੈ। ਉਹ ਹੁਣ ਠੀਕ ਹੈ। ਇਹਨਾਂ ਜਿਹੜਾ ਭਾਸ਼ਣਾਂ ਦਾ ਜਿਹੜਾ ਸਾਡਾ ਮੁੱਖ ਉਦੇਸ਼ ਆ ਉਹ ਵਿਦਿਆਰਥੀ ਮੁੱਖ ਆ। ਭਾਵੇਂ ਕਿਤਾਬਾਂ ਦੇ ਵਿੱਚ ਬਹੁਤ ਕੁਝ ਵਾਦਾਂ ਦੇ ਬਾਰੇ ਅਵੇਲੇਬਲ ਹੈ, ਉਪਲਬਧ ਹੈ, ਪਰ ਜਿਹੜੀ ਨਵੀਂ ਪੀੜ੍ਹੀ ਆ ਇਹ ਬੋਲ ਤੇ ਕੈਮਰੇ ਦੀ ਭਾਸ਼ਾ ਦੇ ਨਾਲ ਜ਼ਿਆਦਾ ਸਹਿਜ ਮਹਿਸੂਸ ਕਰਦੀ ਆ। ਇਹ ਅਸੀਂ ਸਾਰੇ ਅਧਿਆਪਕ ਸਹਿਮਾਨ ਮਹਿਸੂਸ ਕਰਦੇ ਹਾਂ। ਔਰ ਇੱਕ ਹੋਰ ਵੀ ਗੱਲ ਹੈਗੀ ਆ ਵੀ ਜਦੋਂ ਅਸੀਂ ਕੈਮਰੇ ਤੇ ਸਾਹਮਣੇ ਹੁੰਦੇ ਹਾਂ ਜਾਂ ਆਵਾਜ਼ ਸੁਣਦੇ ਹਾਂ ਬੰਦੇ ਦੀ, ਇਹਦੇ ਨਾਲ ਰੌਚਕਤਾ ਜਿਹੜੀ ਆ ਉਹ ਜ਼ਿਆਦਾ ਬਣਦੀ ਆ। ਤੇ ਦੂਜਾ ਮਸਲਾ ਇੱਕ ਹੋਰ ਵੀ ਆ ਵੀ ਇਹਨਾਂ ਵਾਦਾਂ ਜਾਂ ਸਿਧਾਂਤਾਂ ਦੀ ਪੁਨਰ ਪੜਚੋਲ ਦਾ ਵੀ ਹੈਗਾ। ਹਾਲਾਂਕਿ ਇਹਨਾਂ ਵਾਦਾਂ ਬਾਰੇ ਲੰਬੇ ਸਮੇਂ ਤੋਂ ਗੱਲ ਹੁੰਦੀ ਆ ਰਹੀ ਹੈ ਸਿਧਾਂਤਾਂ ਬਾਰੇ, ਪਰ 21ਵੀਂ ਸਦੀ ਦੇ ਦੂਜੇ ਦਹਾਕੇ ਚ ਆ ਕੇ ਜਾਂ ਉਸ ਤੋਂ ਵੀ ਬਾਅਦ 2021 ਚ ਆ ਕੇ ਵੀ ਅਸੀਂ ਇਹਨਾਂ ਵਾਦਾਂ ਬਾਰੇ ਕੋਈ ਆਪਦੀ ਸਮਝ ਨੂੰ ਪੁਨਰ ਵਿਕਸਿਤ ਕੀਤਾ, ਇਹ ਵੀ ਸਾਡਾ ਇੱਕ ਉਦੇਸ਼ ਹੈਗਾ। ਭਾਵੇਂ ਮੇਰਾ ਆਪਦਾ ਵਿਅਕਤੀਗਤ ਤੌਰ ਤੇ ਵਿਸ਼ਵਾਸ ਆ ਵੀ ਦੁਨੀਆਂ ਦਾ ਕੋਈ ਵੀ ਐਸਾ ਵਾਦ ਨਹੀਂ ਹੈਗਾ ਜਿਹੜਾ ਸਮੁੱਚੀ ਮਨੁੱਖਤਾ ਦੀ ਮੁਕਤੀ ਦਾ ਪ੍ਰਵਚਨ ਸਿਰਜਣ ਦਾ ਦਾਅਵਾ ਕਰ ਸਕਦਾ ਹੋਵੇ। ਸਾਡਾ ਹਾਲੇ ਤੱਕ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਵਾਦ ਆ ਉਹ ਮਾਨਵਵਾਦ ਆ। ਪਰ ਜੇ ਧਿਆਨ ਨਾਲ ਦੇਖੀਏ ਤਾਂ ਮਾਨਵਵਾਦ ਦੇ ਦਾਇਰੇ ਚੋਂ ਵੀ ਜੀਵ ਜੰਤੂ, ਪੌਣ ਪਾਣੀ, ਜੰਗਲ ਬੇਲੇ ਆ ਜਿਹੜੇ ਉਹ ਬਾਹਰ ਰਹਿ ਜਾਂਦੇ ਆ। ਪਰ ਫਿਰ ਵੀ ਇਹ ਜਿਹੜੇ ਸਾਰੇ ਵਾਦ ਆ ਮਨੁੱਖੀ ਜੀਵਨ ਨੂੰ ਜਾਂ ਆਲੇ ਦੁਆਲੇ ਨੂੰ, ਸਾਡੇ ਸਮਕਾਲ ਨੂੰ, ਸਾਡੇ ਭਵਿੱਖ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ ਚ ਸਹਾਈ ਹੁੰਦੇ ਆ। ਤੇ ਮੈਨੂੰ ਲੱਗਦਾ ਇਹੀ ਇਹਨਾਂ ਦਾ ਮਹੱਤਵ ਆ। ਪਰ ਸਾਡੀ ਇੱਕ ਸਮੱਸਿਆ ਵੀ ਰਹੀ ਆ ਵੀ ਅਸੀਂ ਵਾਦਾਂ ਨੂੰ, ਸਿਧਾਂਤਾਂ ਨੂੰ ਜਾਂ ਵਿਚਾਰਧਾਰਾਵਾਂ ਨੂੰ ਧਰਤੀ ਦੀ ਹਿੱਕ ਤੇ ਗੱਡੇ ਕਿੱਲੇ ਸਮਝ ਲੈਂਦੇ ਹਾਂ ਕਈ ਵਾਰੀ, ਤੇ ਉਹਨਾਂ ਕਿੱਲਿਆਂ ਦੇ ਨਾਲ ਆਪਣੇ ਦਿਮਾਗ ਦੀ ਲੱਤ ਬੰਨ ਲੈਂਦੇ ਹਾਂ, ਆਪਦੀ ਮਾਨਸਿਕ ਲੱਤ ਉਹਨਾਂ ਨਾਲ ਬੰਨ ਲੈਂਦੇ ਹਾਂ। ਤੇ ਫਿਰ ਅਸੀਂ ਉਹਨਾਂ ਵਿਚਾਰਧਾਰਾਵਾਂ ਦੀ, ਉਹਨਾਂ ਸਿਧਾਂਤਾਂ ਦੀ ਤੇ ਉਹਨਾਂ ਵਾਦਾਂ ਦੀ ਪ੍ਰਕਰਮਾ ਕਰਨ ਲੱਗ ਜਾਂਦੇ ਹਾਂ, ਅੜ ਜਾਂਦੇ ਹਾਂ ਵੀ ਨਹੀਂ ਇਹੀ ਵਾਦ ਜੋ ਕਹਿੰਦਾ ਉਹੀ ਅੰਤਮ ਆ। ਪਰ ਇਸ ਤਰ੍ਹਾਂ ਅਸੀਂ ਕਰਦੇ ਹੋਏ ਪਹੁੰਚਦੇ ਕਿਤੇ ਵੀ ਨਹੀਂ ਹੈ। ਅਸਲੀਅਤ ਇਹ ਆ ਵੀ ਇਹ ਦੁਨੀਆਂ ਭਰ ਦੇ ਜਿਹੜੇ ਸਿਧਾਂਤ ਆ ਸਿਰਫ ਅੰਤਰਦ੍ਰਿਸ਼ਟੀਆਂ ਹੀ ਹੈਗੀਆਂ ਜਿਨ੍ਹਾਂ ਦੇ ਨਾਲ ਜੀਵਨ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਜਾਂ ਵਧੇਰੇ ਸਪਸ਼ਟਤਾ ਦੇ ਨਾਲ ਸਮਝਿਆ ਜਾ ਸਕਦਾ। ਇਸ ਨੁਕਤੇ ਨੂੰ ਧਿਆਨ ਚ ਰੱਖਦੇ ਹਾਂ ਅਸੀਂ ਜਿਹੜੇ ਵਿਦਵਾਨਾਂ ਦੀ ਅੱਜ ਵਿਦਵਾਨ ਦੀ ਚੋਣ ਕੀਤੀ ਆ, ਉਹਨਾਂ ਦੀ ਖਾਸੀਅਤ ਵੀ ਇਹੀ ਆ ਪ੍ਰੋਫੈਸਰ ਸਤਿੰਦਰ ਕੁਮਾਰ ਦੇਵੇਸ਼ਵਰ ਦੀ ਕਿ ਉਹਨਾਂ ਨੇ ਆਪਦੇ ਆਪ ਨੂੰ ਕਿਸੇ ਇੱਕ ਵਾਦ ਦਾ ਗੁਲਾਮ ਨਹੀਂ ਬਣਾਇਆ, ਸਗੋਂ ਇਹਨਾਂ ਸਿਧਾਂਤਾਂ ਤੋਂ ਜਾਂ ਵਾਦਾਂ ਤੋਂ ਸਮਝ ਵਿਕਸਿਤ ਕਰਕੇ ਸਾਹਿਤ ਤੇ ਜੀਵਨ ਨੂੰ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਆ। ਚਾਹੇ ਉਹ ਪ੍ਰਗਤੀਵਾਦ ਹੋਵੇ, ਚਾਹੇ ਮਾਰਕਸਵਾਦ ਹੋਵੇ, ਆਧੁਨਿਕਤਾਵਾਦ ਹੋਵੇ ਜਾਂ ਫਿਰ ਭਾਰਤੀ ਗਿਆਨ ਪਰੰਪਰਾ ਹੋਵੇ, ਪ੍ਰੋਫੈਸਰ ਦੇਵੇਸ਼ਵਰ ਸਮੇਂ ਸਮੇਂ ਤੇ ਇਹਨਾਂ ਸਾਰੇ ਸਿਧਾਂਤਾਂ ਨਾਲ, ਵਾਦਾਂ ਨਾਲ ਸੰਵਾਦ ਰਚਾਉਂਦੇ ਰਹੇ ਆ ਤੇ ਅੱਜ ਵੀ ਰਚਾ ਰਹੇ ਆ। ਪ੍ਰੋਫੈਸਰ ਸੁਰਿੰਦਰ ਕੁਮਾਰ ਦੇਵੇਸ਼ਵਰ ਭਾਵੇਂ ਕਿਸੇ ਜਾਣ ਪਛਾਣ ਦੇ ਮੁਤਾਜ ਹੀ ਨਹੀਂ ਹੈਗੇ, ਪਰ ਉਹਨਾਂ ਬਾਰੇ ਬਾਕੀ ਗੱਲ ਚਾਹੇ ਡਾਕਟਰ ਰਜਨੀ ਕਰਨਗੇ, ਪਰ ਜਿੰਨਾ ਕੁ ਮੈਂ ਉਹਨਾਂ ਨੂੰ ਮਿਲਿਆ ਉਸ ਤੋਂ ਮੇਰਾ ਇਹ ਤਾਂ ਗੱਲ ਪੱਕੀ ਆ ਵੀ ਉਹਨਾਂ ਦੇ ਜੀਵਨ ਦਾ ਜਿਹੜਾ ਸਭ ਤੋਂ ਵੱਡਾ ਪਛਾਣ ਚਿੰਨ ਆ ਉਹ ਸੰਘਰਸ਼ ਆ, ਅਤੇ ਉਹ ਸੰਘਰਸ਼ ਆ ਜਿਹੜਾ ਉਹ ਅੱਜ ਤੱਕ ਜਾਰੀ ਆ। ਜਵਾਨੀ ਤੋਂ ਸ਼ੁਰੂ ਹੋਇਆ ਹੋਏਗਾ ਸੰਘਰਸ਼, ਸ਼ਾਇਦ ਬਚਪਨ ਤੋਂ ਸ਼ੁਰੂ ਹੋਇਆ ਹੋਏਗਾ, ਉਹ ਸੰਘਰਸ਼ ਅੱਜ ਤੱਕ ਜਾਰੀ ਆ। ਦੂਜਾ ਪਛਾਣ ਚਿੰਨ ਪ੍ਰੋਫੈਸਰ ਦੇਵੇਸ਼ਵਰ ਦਾ ਜਿਹੜਾ ਹੈਗਾ ਉਹ ਪ੍ਰਗਤੀ ਆ, ਤੇ ਆਪਦੇ ਨਿੱਜੀ ਜੀਵਨ ਚ ਵੀ ਤੇ ਆਪਦੇ ਅਕਾਦਮਿਕ ਜੀਵਨ ਚ ਵੀ ਉਹ ਸਦਾ ਲਗਾਤਾਰ ਵਿਕਾਸ ਮੁੱਖ ਰਹੇ ਆ। ਬਹੁਤ ਸਾਰੇ ਪ੍ਰੋਫੈਸਰ ਸਾਡੇ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੀ ਅਕਾਦਮਿਕ ਯਾਤਰਾ ਰੁਕ ਜਾਂਦੀ ਆ, ਉਹ ਚ ਖੜੋਤ ਆ ਜਾਂਦੀ ਆ, ਪਰ ਪ੍ਰੋਫੈਸਰ ਦੇਵੇਸ਼ਵਰ ਦੇ ਤਾਂ ਹੋਰ ਜ਼ਿਆਦਾ ਮੈਨੂੰ ਲੱਗਦਾ ਸਰਗਰਮ ਹੋਏ। ਜਿਹੜਾ ਤੀਜਾ ਪਛਾਣ ਚਿੰਨ ਆ ਡਾਕਟਰ ਦੇਵੇਸ਼ਵਰ ਦੀ ਸ਼ਖਸੀਅਤ ਦਾ ਉਹ ਇਹ ਆ ਵੀ ਇੱਕੋ ਵੇਲੇ ਪਰੰਪਰਕ ਆ ਉਹ ਤੇ ਇੱਕੋ ਵੇਲੇ ਆਧੁਨਿਕ ਆ, ਤੇ ਉਹਨਾਂ ਨੂੰ ਇਸ ਗੱਲ ਦਾ ਬੜਾ ਸ਼ਾਇਦ ਤਿੱਖਾ ਬੋਧ ਆ ਵੀ ਕਿੱਥੇ ਕਿਵੇਂ ਤੇ ਕਦੋਂ ਜੜਾਂ ਨਾਲ ਜੁੜੇ ਰਹਿਣਾ ਜ਼ਰੂਰੀ ਆ ਤੇ ਕਿਵੇਂ ਤੇ ਕਦੋਂ ਨਵੇਂ ਨੂੰ ਤੇ ਬਦਲ ਰਹੇ ਨੂੰ ਆਤਮਸਾਤ ਕਰਨਾ ਜ਼ਰੂਰੀ ਆ। ਸ਼ਾਇਦ ਸੰਘਰਸ਼, ਪ੍ਰਗਤੀ, ਪਰੰਪਰਾ ਤੇ ਆਧੁਨਿਕਤਾ ਦੇ ਜਿਹੜੇ ਜੀਵਨ ਮੁੱਲ ਆ ਜਿਨ੍ਹਾਂ ਨੂੰ ਸਮਝਣਾ ਅੱਜ ਸਾਡੇ ਲਈ ਬਹੁਤ ਜ਼ਰੂਰੀ ਆ।
ਤੇ ਡਾਕਟਰ ਦਵੇਸ਼ਵਰ ਨੂੰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ 'ਚ ਭਾਸ਼ਣ ਕਰਨ ਦੀ ਜਿਹੜੀ ਅਸੀਂ ਬੇਨਤੀ ਕੀਤੀ ਆ ਉਹਦਾ ਇੱਕ ਹੋਰ ਕਾਰਨ ਵੀ ਆ ਵੀ ਜਦੋਂ ਅੱਜ ਸਾਡੀ ਜਿਹੜੀ ਬਹੁਤੀ ਸਮੀਖਿਆ ਹੈਗੀ ਆ ਉਹ ਔਖੀ ਭਾਸ਼ਾ ਤੇ ਆਪਦੀ ਜ਼ਮੀਨ ਤੋਂ ਟੁੱਟੇ ਹੋਏ ਸਿਧਾਂਤਾਂ ਨੂੰ ਪੇਸ਼ ਕਰ ਰਹੀ ਆ ਤਾਂ ਡਾਕਟਰ ਦਵੇਸ਼ਵਰ ਉਹਨਾਂ ਗਿਣੇ ਚੁਣੇ ਵਿਦਵਾਨਾਂ 'ਚੋਂ ਆ ਜਿਹੜੇ ਪੰਜਾਬੀ ਸਾਹਿਤ ਨੂੰ ਸਮਾਜ ਨੂੰ ਤੇ ਸੱਭਿਆਚਾਰ ਬਾਰੇ ਤੇ ਵਿਸ਼ਵ ਚਿੰਤਨ ਬਾਰੇ ਬਹੁਤ ਹੀ ਵਿਦਵਤਾ ਭਰਪੂਰ ਗੱਲਾਂ ਆਮ ਬੰਦੇ ਦੀ ਭਾਸ਼ਾ 'ਚ ਕਰਦੇ ਆ ਤੇ ਪਰ ਜਿਹੜੀ ਨਵੀਂ ਪੀੜ੍ਹੀ ਨੂੰ ਉਹ ਸੰਬੋਧਿਤ ਹੋ ਰਹੇ ਆ ਉਸ ਪੀੜ੍ਹੀ ਦਾ ਤਾਂ ਐਲਾਨਨਾਮਾ ਹੀ ਇਹ ਆ ਵੀ ਮੁਝੇ ਪਤਝੜੋਂ ਕੀ ਕਹਾਣੀਆਂ ਨਾ ਸੁਣਾ ਸੁਣਾ ਕੇ ਉਦਾਸ ਕਰ ਨਏ ਮੌਸਮੋਂ ਕਾ ਪਤਾ ਬਤਾ ਜੋ ਗੁਜ਼ਰ ਗਿਆ ਸੋ ਗੁਜ਼ਰ ਗਿਆ ਭਾਵੇਂ ਇਹ ਪੀੜ੍ਹੀ ਪਤਝੜਾਂ ਦੀਆਂ ਕਹਾਣੀਆਂ ਨਹੀਂ ਸੁਣਨਾ ਚਾਹੁੰਦੀ ਪਰ ਪ੍ਰੋਫੈਸਰ ਦਵੇਸ਼ਵਰ ਉਹ ਵਿਦਵਾਨ ਆ ਜੋ ਨਵੇਂ ਮੌਸਮਾਂ ਦੀ ਬਾਤ ਪਾਉਂਦੇ ਆ ਪਰ ਪੁਰਾਣੇ ਮੌਸਮਾਂ ਦੀ ਬਾਤ ਪਾਉਂਦੇ ਹੋਏ ਨਵੇਂ ਮੌਸਮਾਂ ਦੀ ਬਾਤ ਪਾਉਂਦੇ ਆ ਇਹਨਾਂ ਸ਼ਬਦਾਂ ਨਾਲ ਹੀ ਮੈਂ ਪ੍ਰੋਫੈਸਰ ਸੁੰਦਰ ਕੁਮਾਰ ਦਵੇਸ਼ਵਰ ਜੀ ਦਾ ਆਪਦੇ ਵਿਭਾਗ ਦੇ ਅਧਿਆਪਕ ਸਾਥੀਆਂ ਦਾ ਵਿਦਿਆਰਥੀਆਂ ਦਾ ਤੇ ਫੇਸਬੁੱਕ ਦੇ ਮਾਧਿਅਮ ਰਾਹੀਂ ਜਿਹੜੇ ਸਾਡੇ ਨਾਲ ਜੁੜੇ ਹੋਏ ਦੋਸਤ ਆ ਉਹਨਾਂ ਨੂੰ ਜੀਆਂ ਆਖਦਾ ਤੇ ਡਾਕਟਰ ਰਜਨੀ ਨੂੰ ਬੇਨਤੀ ਕਰਦਾ ਕਿ ਉਸ ਪ੍ਰੋਗਰਾਮ ਬਾਰੇ ਡਾਕਟਰ ਦਵੇਸ਼ਵਰ ਬਾਰੇ ਸਾਡੇ ਸਰੋਤਿਆਂ ਦੇ ਨਾਲ ਵਿਸਤਾਰ ਦੇ ਵਿੱਚ ਗੱਲ ਕਰਨ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਡਾਕਟਰ ਰਵੀ ਰਵਿੰਦਰ ਜੀ ਬਹੁਤ ਸੋਹਣੀ ਗੱਲਬਾਤ ਤੁਸੀਂ ਡਾਕਟਰ ਦਵੇਸ਼ਵਰ ਜੀ ਬਾਰੇ ਤਿੰਨ ਨੁਕਤਿਆਂ ਦੇ ਵਿੱਚ ਆਖੀ ਹੈ ਉਹਨਾਂ ਨੂੰ ਵਾਦ ਮੁਕਤ ਸਰ ਉਹਨਾਂ ਨੂੰ ਵਾਦ ਮੁਕਤ ਸੋਚ ਵਾਲਾ ਔਰ ਸੰਘਰਸ਼ ਵਿੱਚ ਰਹਿਣ ਵਾਲੀ ਔਰ ਪਰੰਪਰਾ ਔਰ ਆਧੁਨਿਕਤਾ ਵਿੱਚ ਸੰਤੁਲਨ ਕਾਇਮ ਕਰਨ ਵਾਲੀ ਆਪ ਤੇ ਤੁਸੀਂ ਬਿਲਕੁਲ ਇਹ ਗੱਲ ਜਿਹੜੀ ਮੈਂ ਅੱਗੇ ਕਰਨ ਜਾ ਰਹੀ ਹਾਂ ਉਹਨੂੰ ਕਾਫੀ ਹੱਦ ਤੱਕ ਤੁਸੀਂ ਸਪਸ਼ਟ ਕਰ ਦਿੱਤਾ ਜਿਵੇਂ ਕਿ ਮੈਂ ਹੁਣ ਡਾਕਟਰ ਦਵੇਸ਼ਵਰ ਜੀ ਬਾਰੇ ਦੱਸਣ ਜਾ ਰਹੀ ਸੀਗੀ ਕਿਉਂਕਿ ਉਹਨਾਂ ਦਾ ਮੈਂ ਜਦੋਂ ਬਾਇਓਡਾਟਾ ਦੇਖ ਰਹੀ ਸੀ ਤੇ ਉਹਦੇ ਵਿੱਚ ਦੱਸਿਆ ਹੋਇਆ ਸੀ ਕਿ ਉਹਨਾਂ ਨੇ 43 ਸਾਲ ਤੱਕ ਅਧਿਆਪਨ ਕਾਰਜ ਕੀਤਾ ਤੇ ਇਹਦੇ ਵਿੱਚੋਂ ਹੀ ਬਹੁਤ ਕੁਛ ਸਾਨੂੰ ਪਤਾ ਲੱਗਦਾ ਕਿ ਜਿਸ ਵਿਅਕਤੀ ਨੇ ਇੰਨਾ ਲੰਬਾ ਸਮਾਂ ਅਧਿਆਪਨ ਕਾਰਜ ਦੇ ਵਿੱਚ ਆਪਣਾ ਦਿੱਤਾ ਹੋਵੇ ਤੇ ਉਹਨਾਂ ਦੇ ਸੰਘਰਸ਼ ਦੀ ਕਹਾਣੀ ਆਪਣੇ ਆਪ ਹੀ ਉਹਨਾਂ 43 ਸਾਲ ਕਹਿਣ ਨਾਲ ਹੀ ਬਿਆਨ ਹੋ ਜਾਂਦੀ ਆ ਮੈਂ ਤੁਹਾਨੂੰ ਉਹਨਾਂ ਬਾਰੇ ਵੈਸੇ ਤਾਂ ਉਹ ਕਿਸੇ ਵੀ ਜਾਣ ਪਛਾਣ ਦੇ ਮੁਥਾਜ ਨਹੀਂ ਹਨ ਲੇਕਿਨ ਫਿਰ ਵੀ ਮੈਂ ਉਹਨਾਂ ਦੇ ਜੀਵਨ ਦੇ ਕੁਛ ਪੱਖਾਂ ਵੀ ਆ ਉਹਨਾਂ ਦੀ ਜਿਹੜੀਆਂ ਅਕਾਦਮਿਕ ਪ੍ਰਾਪਤੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਊਗੀ ਮੈਂ ਦੱਸਣਾ ਚਾਹੂੰਗੀ ਕਿ ਉਹਨਾਂ ਨੇ ਜਿਵੇਂ ਮੈਂ ਦੱਸ ਰਹੀ ਸੀ ਕਿ 43 ਸਾਲ ਅਧਿਆਪਨ ਕਾਰਜ ਕੀਤਾ ਉਹਨਾਂ ਨੇ ਜਿਹਦੇ ਵਿੱਚ ਉਹ 23 ਸਾਲ ਤੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਵਿਭਾਗ ਵਿੱਚ ਪੜ੍ਹਾਉਂਦੇ ਰਹੇ ਨੇ ਤੇ ਪ੍ਰੋਫੈਸਰ ਸਾਹਿਬ ਇਹੋ ਜਿਹੇ ਵਿਦਵਾਨਾਂ ਵਿੱਚੋਂ ਨੇ ਜਿਹਨਾਂ ਨੂੰ ਸਿਧਾਂਤ ਚਿੰਤਨ ਦੇ ਜਿਹੜੇ ਗੂੜ ਨੁਕਤੇ ਨੇ ਗਹਿਨ ਨੁਕਤੇ ਨੇ ਉਹਨਾਂ ਬਾਰੇ ਵੀ ਬਹੁਤ ਹੀ ਸੌਖੀ ਤੇ ਸਹਿਜ ਭਾਸ਼ਾ ਵਿੱਚ ਕਹਿ ਸਕਣ ਦੀ ਉਹਨਾਂ ਕੋਲ ਮੁਹਾਰਤ ਹਾਸਲ ਆ ਜਿਵੇਂ ਰਵੀ ਸਰ ਵੀ ਇਹੀ ਗੱਲ ਕਰ ਰਹੇ ਸੀ ਤੇ ਮੈਂ ਕਿਉਂਕਿ ਮੈਂ ਜਦੋਂ ਵੀ ਕਦੇ ਡਾਕਟਰ ਦਵੇਸ਼ਵਰ ਜੀ ਨੂੰ ਸੁਣਿਆ ਹੈ ਤਾਂ ਹਰ ਵਾਰ ਇਹੀ ਗੱਲ ਮਹਿਸੂਸ ਕੀਤੀ ਆ ਕਿ ਇੰਨੇ ਡੂੰਘੇ ਵਿਚਾਰ ਉਹ ਇੰਨੀ ਸਿੰਪਲੀਸਿਟੀ ਨਾਲ ਇੰਨੀ ਸਧਾਰਨ ਭਾਸ਼ਾ ਦੇ ਵਿੱਚ ਔਰ ਬਿਲਕੁਲ ਮਤਲਬ ਕਿ ਸਾਨੂੰ ਡੂੰਘਾਈ ਦੇ ਵਿੱਚ ਉਸਦੇ ਜਿਹੜਾ ਉਸਦੇ ਅੰਦਰਲਾ ਭਾਸ਼ਾ ਦਾ ਪ੍ਰਵਚਨ ਪਿਆ ਉਹਦੀ ਗਹਿਰਾਈ ਤੱਕ ਸਾਨੂੰ ਲੈ ਜਾਂਦੇ ਨੇ ਤੇ ਇਹ ਗੱਲ ਬੇਸ਼ੱਕ ਹੁਣ ਸਾਡੇ ਸਰੋਤਿਆਂ ਨੂੰ ਵੀ ਮਹਿਸੂਸ ਹੋਏਗੀ ਸਾਰਿਆਂ ਨੂੰ ਬਾਕੀ ਮੈਂ ਇਹਨਾਂ ਦੇ ਜਿਹੜਾ ਮਲਵਈ ਲਹਿਜਾ ਜਿਸਦੇ ਵਿੱਚ ਇਹ ਆਪਣਾ ਗੱਲਬਾਤ ਕਰਦੇ ਨੇ ਭਾਸ਼ਣ ਦਿੰਦੇ ਨੇ ਇਹ ਇਹਨਾਂ ਨੂੰ ਹੋਰ ਵੀ ਜ਼ਿਆਦਾ ਇਹਨਾਂ ਦੇ ਭਾਸ਼ਣ ਨੂੰ ਦਿਲਕਸ਼ ਬਣਾ ਦਿੰਦਾ ਹੈ ਮੈਂ ਖੁਦ ਮਲਵਈ ਭਾਸ਼ਾ ਨਾਲ ਜੁੜੀ ਹੋਣ ਕਰਕੇ ਮੇਰੇ ਲਈ ਇਹ ਜ਼ਿਆਦਾ ਮਹੱਤਵਪੂਰਨ ਹੋ ਜਾਂਦਾ ਹੈ ਕਿ ਮੇਰੀ ਭਾਸ਼ਾ ਦੇ ਵਿੱਚ ਭਾਸ਼ਣ ਦਿੱਤਾ ਜਾ ਰਿਹਾ ਹੈ ਅਤੇ ਉਹ ਮੈਨੂੰ ਵੱਧ ਟੁੰਬਦਾ ਹੈ ਕਿਉਂਕਿ ਆਪਣੀ ਭਾਸ਼ਾ ਸੁਣ ਕੇ ਕੰਨਾਂ ਨੂੰ ਇੱਕ ਅਲੱਗ ਤਰ੍ਹਾਂ ਦਾ ਸਕੂਨ ਵੀ ਮਹਿਸੂਸ ਹੁੰਦਾ ਹੈ ਮੈਂ ਇਹਨਾਂ ਬਾਰੇ ਹੋਰ ਥੋੜ੍ਹੀ ਜਿਹੀ ਸੰਖੇਪ ਜਾਣਕਾਰੀ ਜ਼ਰੂਰ ਦੇਣਾ ਚਾਹੁੰਦੀ ਹਾਂ ਇਹਨਾਂ ਦੀ ਵਿਸ਼ੇਸ਼ਤਾ ਜਿਹੜੀ ਹੈ ਸਪੈਸ਼ਲਾਈਜੇਸ਼ਨ ਹੈ ਜਿਹੜੀ ਉਹ ਨਾਵਲ ਸਿਧਾਂਤ ਸਾਹਿਤ ਸਿਧਾਂਤ ਔਰ ਮੈਟਾ ਆਲੋਚਨਾ ਦੇ ਖੇਤਰ 'ਚ ਆ ਇਹਨਾਂ ਦੀ ਨਿਗਰਾਨੀ ਦੇ ਅਧੀਨ 2 ਦਰਜਨ ਤੋਂ ਵੱਧ ਵਿਦਿਆਰਥੀ PhD ਕਰ ਚੁੱਕੇ ਨੇ ਤੇ 4 ਦਰਜਨ ਤੋਂ ਵੱਧ ਵਿਦਿਆਰਥੀ MPhil ਕਰ ਚੁੱਕੇ ਨੇ
ਇਹਨਾਂ ਨੇ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਵਿੱਚ ਔਰ ਉੱਥੇ ਓਰੀਐਂਟੇਸ਼ਨ ਪ੍ਰੋਗਰਾਮਿੰਗ ਕੋਰਸਿਸ ਦੇ ਵਿੱਚ, ਰਿਫਰੈਸ਼ਰ ਕੋਰਸਿਸ ਦੇ ਵਿੱਚ, ਵਰਕਸ਼ਾਪਸ ਦੇ ਵਿੱਚ ਆਈਏਐਸ ਦੇ ਵਿਦਿਆਰਥੀਆਂ ਤੱਕ ਨੂੰ ਵੀ ਇਹਨਾਂ ਨੇ 150 ਦੇ ਕਰੀਬ ਜਾਂ ਇਸ ਤੋਂ ਵੀ ਜ਼ਿਆਦਾ ਲੈਕਚਰਸ ਜਿਹੜੇ ਨੇ ਉਹ ਡਿਲੀਵਰ ਕੀਤੇ ਨੇ। ਬਾਕੀ ਇਹਨਾਂ ਦੇ ਪ੍ਰਕਾਸ਼ਿਤ ਖੋਜ ਪੱਤਰਾਂ ਦੀ ਗਿਣਤੀ ਜੇ ਮੈਂ ਕਰਨ ਬੈਠਾਂ ਤਾਂ ਮੈਨੂੰ ਲੱਗਦਾ ਸਾਰਾ ਸਮਾਂ ਮੈਨੂੰ ਹੀ ਲੱਗ ਜਾਣਾ, ਮੇਰੇ ਬੋਲਣ ਵਿੱਚ ਡਿਟੇਲ ਦੱਸਣ ਵਿੱਚ ਹੀ ਸਾਰਾ ਸਮਾਂ ਲੰਘ ਜਾਊਗਾ। ਤੇ ਬਾਕੀ ਮੈਂ ਮੋਟੀ ਮੋਟੀ ਗੱਲ ਤਾਂ ਦੱਸ ਹੀ ਰਹੀ ਹਾਂ ਕਿ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰ ਨੇ ਕਿੰਨਾ ਜ਼ਿਆਦਾ ਅਧਿਐਨ ਦਾ ਕੰਮ ਕੀਤਾ ਹੈ ਅਧਿਆਪਨ ਦੇ ਨਾਲ ਨਾਲ, ਔਰ ਉਸਦੇ ਰਾਹੀਂ ਸਾਨੂੰ ਔਰ ਪੰਜਾਬੀ ਸਾਹਿਤ ਨੂੰ, ਪੰਜਾਬੀ ਭਾਸ਼ਾ ਨੂੰ ਕਿੰਨਾ ਮਾਲੂਮਾਲ ਕੀਤਾ ਹੈ। ਉਹਨਾਂ ਨੇ ਰਿਵਿਊ ਲੇਖਣ ਲਿਖੇ ਨੇ, ਵੱਖ ਵੱਖ ਅਖਬਾਰਾਂ ਦੇ ਵਿੱਚ ਉਹਨਾਂ ਦੇ ਆਰਟੀਕਲ ਛਪਦੇ ਰਹੇ ਨੇ, ਵੱਖ ਵੱਖ ਨੈਸ਼ਨਲ ਔਰ ਇੰਟਰਨੈਸ਼ਨਲ ਸੈਮੀਨਾਰ ਔਰ ਕਾਨਫਰੰਸਿਸ ਤੇ ਵੀ ਉਹ ਵੱਖ ਵੱਖ ਭੂਮਿਕਾ ਨਿਭਾਉਂਦੇ ਰਹੇ ਨੇ। ਉਹਨਾਂ ਨੇ 1.5 ਦਰਜਨ ਦੇ ਕਰੀਬ ਸਮੀਖਿਆ ਪੁਸਤਕਾਂ ਦੀ ਵੀ ਰਚਨਾ ਕੀਤੀ ਹੈ, ਜਿਹਨਾਂ 'ਚੋਂ ਕੁਛ ਪ੍ਰਮੁੱਖ ਪੁਸਤਕਾਂ ਦੇ ਨਾਮ ਮੈਂ ਇੱਥੇ ਦੱਸਣਾ ਵਾਜਬ ਸਮਝਦੀ ਹਾਂ। ਇਹਨਾਂ 'ਚੋਂ ਉਹਨਾਂ ਦੀ ਕਿਤਾਬ ਹੈ ਚਿੰਤਨ ਚੇਤਨਾ, ਪ੍ਰਗਤੀਵਾਦ, ਪੰਜਾਬੀ ਗਲਪ ਚਿੰਤਨ, ਨਾਵਲ ਸ਼ਾਸਤਰ ਤੇ ਪੰਜਾਬੀ ਨਾਵਲ, ਆਧੁਨਿਕ ਸਾਹਿਤ ਆਲੋਚਨਾ, ਵਿਸ਼ਵੀਕਰਨ ਦਾ ਪ੍ਰਵਚਨ ਤੇ ਪੰਜਾਬੀ ਨਾਵਲ, ਵਿਸ਼ਵੀਕਰਨ ਦਾ ਪ੍ਰਵਚਨ ਤੇ ਪੰਜਾਬੀ ਨਾਵਲ। ਇਸ ਤਰ੍ਹਾਂ ਇਹਨਾਂ ਦੀਆਂ ਇਹਨਾਂ ਕਿਤਾਬਾਂ ਤੋਂ ਵੀ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਨਾਵਲ ਦੇ ਕਿੰਨੇ ਵੱਡੇ ਇਹ ਚਿੰਤਕ ਔਰ ਆਲੋਚਕ ਨੇ। ਇਸ ਤਰ੍ਹਾਂ ਇਹਨਾਂ ਦੀਆਂ ਹੋਰ ਵੀ ਲਿਸਟ ਐਂਡ ਲਿਸਟ ਸਾਹਿਤਕ ਗਤੀਵਿਧੀਆਂ ਨੇ ਜਿਹਨਾਂ ਬਾਰੇ ਮੈਂ ਦੱਸਦੇ ਹੋਏ ਮੈਨੂੰ ਲੱਗਦਾ ਹੈ ਕਿ ਅਸੀਂ ਫਿਰ ਉਹਨਾਂ ਸਮਾਂ ਆਪਣਾ ਡਾਕਟਰ ਦੇਵੇਸ਼ਵਰ ਜੀ ਨੂੰ ਸੁਣਨ 'ਚ ਘਟਾ ਲਵਾਂਗੇ ਜੇ ਮੈਂ ਉਹਨਾਂ ਦੇ ਬਾਰੇ ਦੱਸਣ 'ਚ ਸਮਾਂ ਲਗਾ ਦਿੱਤਾ ਤਾਂ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਪੰਜਾਬੀ ਨਾਵਲ ਸਮੀਖਿਆ ਔਰ ਨਾਵਲ ਸ਼ਾਸਤਰ 'ਤੇ ਉਹਨਾਂ ਨੇ ਨਿੱਠ ਕੇ ਕੰਮ ਕੀਤਾ। ਸਿਧਾਂਤ ਚਿੰਤਨ ਬਾਰੇ ਗੱਲ ਕਰਦਿਆਂ ਭਾਰੇ ਅਤੇ ਬੋਝਲ ਸ਼ਬਦਾਂ ਨਾਲ ਮੈਨੂੰ ਲੱਗਦਾ ਅਕਸਰ ਭਾਵ ਪਤਲਾ ਪੈ ਜਾਂਦਾ ਹੈ ਨਾ, ਉਹਦੀ ਸੰਭਾਵਨਾ ਰਹਿੰਦੀ ਆ। ਪਰ ਜਦੋਂ ਅਸੀਂ ਡਾਕਟਰ ਦੇਵੇਸ਼ਵਰ ਜੀ ਨੂੰ ਸੁਣਦੇ ਹਾਂ ਤਾਂ ਅਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਉਹ ਭਾਸ਼ਾ ਦੀ ਸਹਿਜਤਾ ਔਰ ਗੰਭੀਰਤਾ ਦੋਨੋਂ, ਸਹਿਜ ਔਰ ਗੰਭੀਰ ਦੋਨੋਂ ਭਾਸ਼ਾ ਦੇ ਰੂਪਾਂ ਦਾ ਸੰਤੁਲਿਤ ਇਸ ਜਿਹੜਾ ਸੰਤੁਲਨ ਦੇ ਵਿੱਚ ਇਸਤੇਮਾਲ ਕਰਦੇ ਨੇ। ਜੇ ਸਿੱਖਣਾ ਹੋਵੇ ਕਿਸੇ ਨੇ ਕਿ ਭਾਸ਼ਾ ਦੀ ਔਖਿਆਈ ਔਰ ਸੌਖਿਆਈ, ਭਾਸ਼ਾ ਨੂੰ ਔਖੇ ਔਰ ਸੌਖੇ ਦੋਨੋਂ ਤਰੀਕਿਆਂ ਨਾਲ ਬੈਲੈਂਸ ਕਰਕੇ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ, ਸਾਨੂੰ ਜ਼ਰੂਰ ਪ੍ਰੋਫੈਸਰ ਦੇਵੇਸ਼ਵਰ ਜੀ ਦੇ ਲੈਕਚਰ ਸੁਣਨੇ ਚਾਹੀਦੇ ਨੇ। ਸੋ ਮੇਰੀ ਆਖਰੀ ਇੱਕ ਗੁਜ਼ਾਰਿਸ਼ ਹੈ ਸਾਰੇ ਸਰੋਤਿਆਂ ਨੂੰ ਕਿ ਜੇ ਕਿਸੇ ਦਾ ਕੋਈ ਸਵਾਲ ਹੋਵੇ ਲੈਕਚਰ ਦੌਰਾਨ ਤਾਂ ਉਹ ਮੈਸੇਜ ਬਾਕਸ ਦੇ ਵਿੱਚ ਡਰੋਪ ਕਰ ਸਕਦੇ ਨੇ ਆਪਣੇ ਕੁਐਸਚਨ ਨੂੰ, ਆਪਣੇ ਸਵਾਲ ਨੂੰ, ਕਿਉਂਕਿ ਲੈਕਚਰ ਤੋਂ ਬਾਅਦ 15 ਮਿੰਟ ਜਿਹੜੇ ਆ ਅਸੀਂ ਸਵਾਲ ਜਵਾਬ ਲਈ ਰੱਖੇ ਹੋਏ ਨੇ, ਤੇ ਫਿਰ ਉਸ ਤੋਂ ਬਾਅਦ ਯਾਨੀ ਲੈਕਚਰ ਤੋਂ ਬਾਅਦ ਇਹ ਸਵਾਲ ਜਵਾਬ ਅੱਗੇ ਰੱਖ ਉਹਦੇ ਉੱਤੇ ਡਿਸਕਸ਼ਨ ਕੀਤੀ ਜਾਏਗੀ ਲਾਸਟ ਵਿੱਚ। ਤੇ ਮੈਂ ਬਹੁਤਾ ਸਮਾਂ ਨਾ ਲੈਂਦੀ ਹੋਈ ਹੁਣ ਬਹੁਤ ਹੀ ਅਦਬ ਦੇ ਨਾਲ, ਸਤਿਕਾਰ ਦੇ ਨਾਲ ਪ੍ਰੋਫੈਸਰ ਦੇਵੇਸ਼ਵਰ ਜੀ ਨੂੰ ਸੱਦਾ ਦਿੰਦੀ ਹਾਂ ਕਿ ਉਹ ਆਪਣੇ ਅੱਜ ਦੇ ਵਿਸ਼ੇ ਆਧੁਨਿਕਤਾ ਤੇ ਆਧੁਨਿਕਤਾਵਾਦ ਉੱਤੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨ। ਡਾਕਟਰ ਦੇਵੇਸ਼ਵਰ ਜੀ ਸਰ ਮਾਈਕ, ਹੈਲੋ, ਆਵਾਜ਼ ਆ ਰਹੀ ਹੈ ਜੀ? ਹੈਲੋ, ਹਾਂਜੀ ਆ ਰਹੀ ਹੈ ਸਰ, ਆ ਰਹੀ ਹੈ, ਆ ਰਹੀ ਹੈ, ਆ ਰਹੀ ਹੈ, ਹਾਂਜੀ ਹਾਂਜੀ ਆ ਰਹੀ ਹੈ, ਹਾਂ ਆ ਰਹੀ, ਹਾਂਜੀ। ਰਵੀ ਰਵਿੰਦਰ, ਪ੍ਰੋਫੈਸਰ ਜਸਪਾਲ ਕੌਰ, ਪ੍ਰੋਫੈਸਰ ਕੁਲਵੀਰ ਗੋਦਰਾ ਜੀ, ਬਲਜਿੰਦਰ ਨਸਰਾਲੀ, ਡਾਕਟਰ ਨਛੱਤਰ ਸਿੰਘ, ਯਾਦਵਿੰਦਰ ਸਿੰਘ ਤੇ ਬੇਟੀ ਕੋਆਰਡੀਨੇਟਰ ਹੈ ਸਾਡੀ ਡਾਕਟਰ ਰਜਨੀ ਵਾਲਾ। ਅਸਲ ਦੇ ਵਿੱਚ ਜਦੋਂ ਪਹਿਲਾਂ ਵੀ ਮੈਂ ਕਦੇ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਦਿੱਲੀ ਆਉਣਾ ਤਾਂ ਮੈਨੂੰ ਕਦੇ ਇਸ ਤਰ੍ਹਾਂ ਮਹਿਸੂਸ ਨਹੀਂ ਹੋਇਆ ਵੀ ਇਹ ਕੋਈ ਉਪਰਾ ਜਾਂ ਮੇਰੇ ਲਈ ਡਿਪਾਰਟਮੈਂਟ ਹੈ। ਹਮੇਸ਼ਾ ਮੈਂ ਜਿਹੜਾ ਹੈ ਇਸ ਡਿਪਾਰਟਮੈਂਟ ਨੂੰ ਆਪਣੇ ਇੱਕ ਪਰਿਵਾਰ ਸਮਝਿਆ, ਆਪਣੇ ਜਿਹੜੇ ਨੇ ਮੇਰੇ ਸਾਰੇ ਇਹ ਖੱਬੇ ਸੱਜੇ ਜਿਹੜੀਆਂ ਮੇਰੀਆਂ ਆਪਣੀਆਂ ਬਾਹਾਂ ਨੇ। ਬੜੀ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਵਿਚਰ ਕੇ, ਤੁਹਾਡੇ ਨਾਲ ਗੱਲ ਕਰਕੇ, ਅਤੇ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਅੱਜ ਜਦੋਂ ਆਹ ਕੋਵਿਡ ਦਾ ਬਹੁਤ ਕਹਿਰ ਜਿਹੜਾ ਦੁਨੀਆਂ ਦੇ ਉੱਤੇ ਚੱਲ ਰਿਹਾ ਅਤੇ ਜਿਹਦੇ 'ਚ ਅਸੀਂ ਵੀ ਬਹੁਤ ਜ਼ਿਆਦਾ ਅਫੈਕਟਡ ਹੈ, ਉਹਨਾਂ ਸਮਿਆਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਅਰੇਂਜਮੈਂਟ ਨੇ ਔਨਲਾਈਨ ਕੀਤੇ ਨੇ ਆਪਣੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਿਹੜਾ ਗਿਆਨ ਦੇ ਰਾਹੀਂ ਐਨਰਿਚ ਕਰਨ ਦੀ, ਅਤੇ ਇਹ ਬਹੁਤ ਹੀ ਮੈਂ ਸਮਝਦਾ ਸਲਾਹਣੀ ਬਹੁਤ ਪ੍ਰਸ਼ੰਸਾਯੋਗ ਤੁਹਾਡਾ ਜਿਹੜਾ ਕਾਰਜ ਹੈ। ਸਿਧਾਂਤ ਚਿੰਤਨ ਇੱਕ ਭਾਸ਼ਣ ਲੜੀ ਤੁਸੀਂ ਸ਼ੁਰੂ ਕੀਤੀ ਹੈ ਅਤੇ ਉਹਦਾ ਆਗਾਜ਼ ਸੀ ਜਿਹੜਾ ਮੇਰੇ ਕੋਲੋਂ ਕਰਵਾ ਰਹੇ ਹੋ, ਚਲੋ ਮੇਰੇ ਲਈ ਬੜੀ ਮਾਣ ਦੀ ਗੱਲ ਹੈ।
ਆਧੁਨਿਕਤਾ ਦਾ ਜਦੋਂ ਅਸੀਂ ਇਹਨੂੰ ਇੱਕ ਐਜ਼ ਏ ਕਨਸੈਪਟ ਜਾਂ ਐਜ਼ ਏ ਕਾਲ ਦੇ ਤੌਰ ਤੇ ਇਹਨੂੰ ਡਿਫਾਈਨ ਕਰਦੇ ਹਾਂ, ਕਿਉਂਕਿ ਆਧੁਨਿਕਤਾ ਇੱਕੋ ਹੀ ਟਾਈਮ ਦੇ ਉੱਤੇ ਇਹ ਕਾਲ ਸਪੇਖ ਵੀ ਹੈ, ਇੱਕੋ ਹੀ ਟਾਈਮ ਦੇ ਉੱਤੇ ਇਹ ਇੱਕ ਸੰਕਲਪ ਵੀ ਹੈ। ਜਦੋਂ ਕਾਲ ਸਪੇਖ ਦੀ ਗੱਲ ਕਰਦੇ ਹਾਂ ਵੀ ਇਹ ਇਤਿਹਾਸਕ ਤੌਰ ਦੇ ਉੱਤੇ ਕਾਲ ਕਦੋਂ ਤੋਂ ਸ਼ੁਰੂ ਹੁੰਦਾ ਹੈ, ਤਾਂ ਉਹਦੇ 'ਚ ਮੈਂ ਤੁਹਾਨੂੰ ਕਹਿੰਦਾ ਦੋ ਤਿੰਨ ਪਹਿਲਾਂ ਐਗਜ਼ਾਮਪਲ ਦੇ ਦਿੰਦਾ, ਉੱਥੋਂ ਸਾਨੂੰ ਇਹ ਸਮਝ ਲੱਗੂਗੀ ਵੀ ਅਸਲ 'ਚ ਆਧੁਨਿਕਤਾ ਹੈ ਕੀ, ਉਹਦੀ ਸ਼ੁਰੂਆਤ ਜਿਹੜੀ ਹੈ ਉਹ ਕਿੱਥੋਂ ਕੋ ਹੋਈ। ਇਹ ਹਿਸਟੋਰੀਕਲੀ ਡਾਕੂਮੈਂਟਡ ਹੈ ਜਿਹੜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ, ਇਹ 1432 ਦੀ ਗੱਲ ਹੈ। ਈਸਾ ਦੇ ਵਿੱਚ ਉੱਥੇ ਇੱਕ ਜਿਹੜੀ ਹੈ ਉੱਥੇ ਇੱਕ ਵਿਸ਼ਾ ਸੀ ਬੜਾ ਕਿੰਨਾ ਕੋ ਇੰਪੋਰਟੈਂਟ ਸੀ, ਇਹ ਮੈਂ ਤੁਹਾਨੂੰ ਵਿਸ਼ਾ ਦੱਸ ਦਿੰਦਾ, ਤੁਸੀਂ ਹੋ ਸਕਦਾ ਇਸ ਦੇ ਉੱਤੇ ਹੱਸੋ ਵੀ, ਕਿਉਂਕਿ ਜੇ ਅੱਜ ਦੀ ਤੁਸੀਂ ਸੋਚ ਦੇ ਵਿੱਚ ਉਸ ਵਿਸ਼ੇ ਨੂੰ ਦੇਖੋਗੇ ਤਾਂ ਸਾਨੂੰ ਲੱਗਦਾ ਕਿ ਵੀ ਇਹੋ ਜਿਹੇ ਨਿਗੂਣੇ ਵਿਸ਼ਿਆਂ ਦੇ ਉੱਤੇ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਚਰਚਾ ਹੁੰਦੀ ਸੀ ਅਤੇ ਇੰਨੇ ਇੰਨੇ ਦਿਨ ਡਿਸਕਸ਼ਨ ਹੁੰਦੀ ਸੀ। ਵਿਸ਼ਾ ਇਹ ਸੀ ਕਿ ਘੋੜੇ ਦੇ ਕਿੰਨੇ ਦੰਦ ਹੁੰਦੇ ਨੇ, ਤਾਂ ਇਸ ਲਈ ਉਸ ਵੇਲੇ ਦੇ ਜਿੰਨੀ ਪ੍ਰੀਸਟ ਕਲਾਸ ਸੀ ਉਹ ਸਾਰੇ ਵਿਦਵਾਨ ਉਹਨਾਂ ਦੇ ਉੱਥੇ ਸੱਦੇ ਹੋਏ ਸੀ ਅਤੇ 3-4 ਦਿਨ ਇਹ ਡਿਸਕਸ਼ਨ ਚੱਲਦੀ ਰਹੀ ਕਿ ਵੀ ਘੋੜੇ ਦੇ ਕਿੰਨੇ ਦੰਦ ਹੁੰਦੇ ਨੇ। ਉਹ ਜਦੋਂ 3-4 ਦਿਨ ਨਿਕਲ ਗਏ ਕੋਈ ਥੋਸਰਾ ਜਿਹੜਾ ਉਹਨਾਂ ਦਾ ਨਹੀਂ ਲੱਗਿਆ, ਕਿਸੇ ਉਹ ਟਿਕਾਣੇ 'ਤੇ ਨਹੀਂ ਪਹੁੰਚੇ, ਤਾਂ ਉਹਨਾਂ ਵਿੱਚ ਇੱਕ ਮੇਰੇ ਵਰਗਾ ਵਿਦਵਾਨ ਨਾ ਕਹੋ ਆਪਾਂ ਮੂਰਖ ਬੰਦਾ ਬੈਠਾ ਸੀ ਅਤੇ ਜਿਹਨੂੰ ਇਹ ਲੱਗਿਆ ਵੀ ਇੰਨੇ ਦਿਨ ਹੋ ਗਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ, ਇਹ 'ਚ ਕੱਢਣ ਨੂੰ ਨਹੀਂ ਕੋਈ ਪਾਉਣ ਨੂੰ ਨਹੀਂ, ਇਹ ਕਰੀ ਕੀ ਜਾ ਰਹੇ ਨੇ। ਅਤੇ ਉਹ ਖੜ੍ਹਾ ਹੋ ਗਿਆ, ਉਹ ਖੜ੍ਹਾ ਹੋ ਕੇ ਕਹਿੰਦਾ ਜੀ ਮੈਂ ਵੀ ਕੁਛ ਕਹਿਣਾ ਚਾਹੁੰਦਾ, ਤਾਂ ਉਹ ਕਹਿੰਦੇ ਜੀ ਠੀਕ ਹੈ ਤੂੰ ਵੀ ਕਹਿ। ਤਾਂ ਉਹ ਕਹਿੰਦਾ ਵੀ ਇਹ ਕਿੱਡਾ ਕੁ ਬੜਾ ਵਿਸ਼ਾ ਜਿਹਦੇ 'ਤੇ ਤੁਸੀਂ ਗੱਲ ਕਰ ਰਹੇ ਹੋ, ਕਿੰਨਾ ਕੁ ਔਖਾ ਵਿਸ਼ਾ ਜਿਹਦੇ 'ਤੇ ਤੁਸੀਂ ਗੱਲ ਕਰ ਰਹੇ ਹੋ, ਵੀ ਇੱਥੇ ਆਪਾਂ ਘੋੜਾ ਲਿਆ ਉਹਨੇ ਉਹਦੇ ਦੰਦ ਗਿਣ ਲਓ, ਹੋਰ ਘੋੜਾ ਲਿਆ ਉਹਦੇ ਗਿਣ ਲਓ, 3-4 ਦੇ ਗਿਣ ਲਓ, ਅਸੀਂ ਐਵਰੇਜ ਹੀ ਕੱਢ ਲਵਾਂਗੇ ਅਤੇ ਸਾਨੂੰ ਇਸ ਗੱਲ ਦਾ ਪਤਾ ਲੱਗ ਜੂਗਾ। ਤਾਂ ਇਸ ਗੱਲ ਦੇ ਉੱਤੇ ਉੱਥੇ ਜਿਹੜੇ ਉਸ ਵੇਲੇ ਦੀ ਜਿਹੜੀ ਪ੍ਰੀਸਟਲੀ ਕਲਾਸ ਸੀ, ਜਿਹੜੇ ਉਹਨਾਂ ਦੀ ਜਿਹੜੀ ਵਿਦਵਤਾ ਸੀ, ਉਹ ਜਿਹੜੇ ਵਿਦਵਾਨ ਬੈਠੇ ਸੀ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਸੀ ਵੀ ਸਾਨੂੰ ਤ੍ਰੈ ਲੋਕੀ ਦਾ ਗਿਆਨ ਹੈ, ਤਾਂ ਉਹਨਾਂ ਨੇ ਕਿਹਾ ਵੀ ਇਹਦੇ ਸ਼ੈਤਾਨ ਆ ਵੜਿਆ, ਇਹਦੇ ਸਾਡੇ 'ਤੇ ਜੁੱਤੀਆਂ ਲਾਓ, ਮਤਲਬ ਉਹਦੇ ਜੁੱਤੀਆਂ ਜਾਤੀਆਂ ਲਾ ਕੇ ਉਹਨੂੰ ਉੱਥੋਂ ਭਜਾਤਾ ਜਿਹੜਾ ਹੈ। ਤਾਂ ਇਹ ਮੈਂ ਜਦੋਂ ਆਧੁਨਿਕਤਾ ਦੇ ਪ੍ਰਸੰਗ ਦੇ ਵਿੱਚ ਮੈਂ ਗੱਲ ਕਰਦਾ, ਅਸਲ ਦੇ ਵਿੱਚ ਇਹ ਜਿਹੜਾ 1432 ਦਾ ਜਿਹੜਾ ਪੁਆਇੰਟ ਆਫ ਟਾਈਮ ਹੈ ਮੇਰੇ ਲਈ ਬੜਾ ਇੰਪੋਰਟੈਂਟ ਹੈ। ਇਕੱਲਾ ਇਹੀ ਇੰਪੋਰਟੈਂਟ ਨਹੀਂ ਹੈਗਾ, ਕਿਉਂ ਇੰਪੋਰਟੈਂਟ ਹੈ ਇਹਦੇ ਬਾਰੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸਦਾ। ਇਹਦੇ ਨਾਲ ਹੀ ਜਿਹੜਾ ਫਿਰ 1500, ਦੇਖੋ 1432 ਦੇ ਵਿੱਚ ਇਹ ਗੱਲ ਹੋ ਰਹੀ ਹੈ, ਐਗਜੈਕਟ 100 ਸਾਲ ਬਾਅਦ ਇਹ 1532 ਦੀ ਗੱਲ ਹੈ। ਕੋਪਰਨਿਕਸ ਇੱਕ ਵਿਗਿਆਨੀ ਹੋਇਆ ਐਸਟਰੋਨੋਮੀ ਦੇ ਉੱਤੇ, ਉਸ ਬੰਦੇ ਨੇ ਕੰਮ ਕੀਤਾ, ਮੈਥਮੈਟੀਸ਼ੀਅਨ ਸੀ ਜਿਹੜਾ ਉਹ ਬੰਦਾ। ਤਾਂ ਉਸ ਬੰਦੇ ਨੇ ਇਹ ਗੱਲ ਕੀਤੀ ਕਿ ਜਿਹੜੀ ਧਰਤੀ ਹੈ ਇਹ ਸੈਂਟਰ ਦੇ ਵਿੱਚ ਨਹੀਂ ਹੈਗੀ ਪਲੈਨਟਸ ਦੇ, ਅਸਲ ਦੇ ਵਿੱਚ ਸੂਰਜ ਹੈ ਇਹਦੇ ਸੈਂਟਰ ਦੇ ਵਿੱਚ, ਧਰਤੀ ਜਿਹੜੀ ਉਹਦੇ ਦੁਆਲੇ ਘੁੰਮਦੀ ਹੈ, ਜਾਂ ਬਾਕੀ ਜਿਹੜੇ ਗ੍ਰਹਿ ਜਾਂ ਉਪਗ੍ਰਹਿ ਨੇ ਉਹ ਸੂਰਜ ਦੇ ਦੁਆਲੇ ਘੁੰਮਦੇ ਨੇ। ਇਹ ਜਿਹੜੀ ਗੱਲ ਉਸਨੇ ਕੀਤੀ, ਉਸਨੇ ਇੱਕ ਕਿਤਾਬ ਵੀ ਲਿਖੀ ਇਸ ਦੇ ਉੱਤੇ, ਜਿਹੜੀ ਉਸ ਵੇਲੇ ਦੇ ਮੈਨੂਸਕ੍ਰਿਪਟ ਉਹਨੇ ਲਿਖ ਕੇ ਆਪਣੇ ਲੋਕਾਂ ਦੇ ਵਿੱਚ ਵੰਡੀ। ਪਰ ਉਸ ਵੇਲੇ ਦੀ ਜਿਹੜੀ ਚਰਚ ਸੀ ਕੈਥੋਲਿਕ ਚਰਚ, ਤਾਂ ਉਹਨਾਂ ਨੇ ਜਿਹੜਾ ਹੈ ਉਸਨੂੰ ਰਿਜੈਕਟ ਕਰਤਾ। ਕਿਉਂ? ਕਿਉਂਕਿ ਬਾਈਬਲ ਦੇ ਅਗੇਂਸਟ ਸੀ, ਬਾਈਬਲ ਦੇ ਵਿੱਚ ਜਿਹੜਾ ਸੀ ਉੱਥੇ ਧਰਤੀ ਜਿਹੜੀ ਹੈਗੀ ਉਹ ਸਥਿਰ ਹੈ ਅਤੇ ਸੂਰਜ ਉਹਦੇ ਆਲੇ ਦੁਆਲੇ ਘੁੰਮਦਾ ਸੀ। ਉਹਨੇ ਕਿਹਾ ਵੀ ਇਹ ਬਾਈਬਲ ਦੇ ਖਿਲਾਫ ਹੈ, ਤਾਂ ਇਸ ਕਰਕੇ ਉਹਨਾਂ ਨੇ ਉਹਦੀ ਇਸ ਧਾਰਨਾ ਨੂੰ ਰਿਜੈਕਟ ਕਰਤਾ। ਹਾਲਾਂਕਿ ਉਸਨੇ ਕਾਫੀ ਜਿਹੜਾ ਲੌਜਿਕ ਸੀ ਜਿਹੜਾ ਉਹਨੇ ਉਹਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਐਕਸੈਪਟ ਨਹੀਂ ਹੋਇਆ। ਤਾਂ ਇਸੇ ਗੱਲ ਨੂੰ ਜਾ ਕੇ 1632 ਦੇ ਵਿੱਚ ਗਲੀਲੀਓ ਨੇ ਚੱਕਿਆ, ਉਸਨੇ ਜਿਹੜਾ ਇਸ ਨੂੰ ਜਿਹੜਾ ਸੈਂਟੀਫਿਕਲੀ ਉਹਨੇ ਆਪਣੀ ਇੱਕ ਵੱਡੀ ਜਿਹੜੀ ਹੈ ਉਹਦੇ ਉਹ ਦੇਖਣ ਦੇ ਲਈ ਦੂਰਬੀਨ ਬਣਾਈ, ਉਹਦੇ ਰਾਹੀਂ ਉਸਨੇ ਇਹ ਸਾਰਾ ਕੁਛ ਦੇਖ ਕੇ, ਕਿਉਂਕਿ ਉਹ ਵੀ ਮੈਥਮੈਟੀਸ਼ੀਅਨ ਸੀ ਐਸਟਰੋਨੋਮੀ ਦਾ, ਉਹ ਵੀ ਜਿਹੜਾ ਬਹੁਤ ਵੱਡਾ ਵਿਦਵਾਨ ਸੀ, ਸਾਇੰਟਿਸਟ ਸੀ, ਉਹਨੇ ਵੀ ਜਿਹੜਾ ਹੈਗਾ ਇਹ ਕੋਪਰਨਿਕਸ ਦੀ ਜਿਹੜੀ ਉਹ ਧਾਰਨਾ ਸੀ ਉਸਨੂੰ ਜਿਹੜਾ ਹੈ ਉਹਨੇ ਅੱਗੇ ਤੋਰਿਆ ਅਤੇ ਉਸਨੂੰ ਪ੍ਰੂਵ ਕੀਤਾ ਸਾਇੰਟੀਫਿਕਲੀ। ਪਰ ਉਹ ਚਰਚ ਦੀ ਜਿਹੜੀ ਪ੍ਰੀਸਟਲੀ ਕਲਾਸ ਸੀ ਜਿਹੜੀ, ਉਹਨਾਂ ਨੇ ਉਹਨੂੰ ਤਲਬ ਕਰ ਲਿਆ, ਅਤੇ ਤਲਬ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਉਸ ਨੂੰ ਕਿਹਾ ਕਿ ਜਾਂ ਤਾਂ ਤੂੰ ਮਾਫ਼ੀ ਮੰਗ ਜੋ ਕੁਛ ਕਿਹਾ, ਕਿਉਂਕਿ ਤੂੰ ਬਾਈਬਲ ਦੇ ਅਗੇਂਸਟ ਜਾ ਰਿਹਾ, ਜਾਂ ਜਿਹੜਾ ਹੈ ਤੂੰ ਸਜ਼ਾ ਲਈ ਤਿਆਰ ਹੋ ਜਾ। ਤਾਂ ਉਹ ਬੰਦਾ ਜਿਹੜਾ ਸਜ਼ਾ ਤੋਂ ਡਰ ਗਿਆ ਅਤੇ ਉਹਨੇ ਮਾਫ਼ੀ ਮੰਗ ਲਈ। ਪਰ ਕੁਛ ਸਾਲ ਬਾਅਦ ਉਹਨੂੰ ਇਹ ਗੱਲ ਲੱਗੀ ਵੀ ਇਹ ਜਿਹੜੀ ਗੱਲ ਤਾਂ ਸੈਂਟੀਫਿਕਲੀ ਜਿਹੜੀ ਗਲਤ ਹੈ ਜਿਹੜੀ ਇਹ ਬਾਈਬਲ ਦੇ ਵਿੱਚ ਲਿਖੀ ਹੋਈ ਹੈ। ਉਹਨੇ ਦੁਬਾਰਾ ਫਿਰ ਇਹ ਆਵਾਜ਼ ਉਠਾਈ, ਉਹਨੂੰ ਦੁਬਾਰਾ ਫਿਰ ਤਲਬ ਕੀਤਾ, ਫਿਰ ਉਹਨੇ ਡਰਦੇ ਨੇ ਮਾਫ਼ੀ ਤਾਂ ਮੰਗ ਲਈ, ਪਰ ਉਹਨੇ ਹੌਲੀ ਦੇ ਕੇ ਕਿਹਾ ਕਿ ਜੋ ਕੁਛ ਮੈਂ ਕਹਿ ਰਿਹਾ ਹੈ ਤਾਂ ਇਹੀ ਸੱਚ।
ਹੁਣ ਇਹ ਜਿਹੜੀਆਂ ਮੈਂ ਤੁਹਾਨੂੰ ਤਿੰਨ ਗੱਲਾਂ ਦੱਸੀਆਂ ਨੇ ਇਹਨਾਂ ਤਿੰਨਾਂ ਤੋਂ ਹੀ ਜਿਹੜੀ ਸਭ ਤੋਂ ਜਿਹੜੀ ਮੇਨ ਜਿਹੜੀ ਸਾਡੇ ਕੋਲ ਸਾਹਮਣੇ ਗੱਲ ਆ ਰਹੀ ਹੈ ਉਹ ਆ ਰਹੀ ਹੈ ਕਿ ਤੁਸੀਂ ਜਿਹੜਾ ਸਰਚ ਫਾਰ ਟਰੂਥ ਹੈ ਉਹਦਾ ਤੁਹਾਡਾ ਜਿਹੜਾ ਹੈ ਉਹਦੀ ਮੈਥਡੋਲੋਜੀ ਕੀ ਹੋਵੇ ਉਹਦੀ ਓਬਜ਼ਰਵੇਸ਼ਨ ਹੋਵੇ ਉਹਦੀ ਰੀਜ਼ਨਿੰਗ ਹੋਵੇ ਉਹਦੀ ਕੋਈ ਸੈਂਟੀਫਿਕ ਜਿਹੜੀ ਕੋਈ ਜਿਹੜੀ ਹੈ ਸਾਡੀ ਮੈਥਡੋਲੋਜੀ ਬਣੇ ਜਿਹੜੀ ਹੈ ਕੋਈ ਵਿਧੀ ਹੋਵੇ ਉਹ ਹੋਣੀ ਚਾਹੀਦੀ ਹੈ ਜਾਂ ਅਸੀਂ ਵਿਸ਼ਵਾਸ ਦੇ ਉੱਤੇ ਖੜਨਾ ਇਹ ਜਦੋਂ ਜਿਹੜਾ ਸਾਡੇ ਕੋਲ ਖਾਸ ਕਰਕੇ ਮੱਧ ਕਾਲ ਦਾ ਜਿਹੜਾ ਸਮਾਂ ਹੈ ਜਦੋਂ ਸਮੰਤਵਾਦੀ ਵਿਵਸਥਾ ਹੈ ਜਦੋਂ ਪੋਪ ਜਿਹੜਾ ਹੈਗਾ ਉਹ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਚਾਹੇ ਉਹ ਰਾਜਸੀ ਸ਼ਕਤੀਆਂ ਨੇ ਚਾਹੇ ਉਹ ਧਾਰਮਿਕ ਸ਼ਕਤੀਆਂ ਨੇ ਉਹ ਸਾਰੀਆਂ ਉਹ ਆਪਣੇ ਕੋਲ ਰੱਖੀ ਬੈਠਾ ਤਾਂ ਉਸ ਵੇਲੇ ਜੋ ਕਹਿ ਰਿਹਾ ਤੇ ਉਸਨੂੰ ਇਹ ਸਮਝਿਆ ਜਾ ਰਿਹਾ ਕਿ ਇਹ ਦੈਵੀ ਹੈ ਤੇ ਰੱਬੀ ਹੈ ਤੇ ਉਸਨੂੰ ਜਿਹੜਾ ਅਸੀਂ ਫਾਲੋ ਕਰਨਾ ਹੈ ਤੇ ਉਹਦੇ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਤੇ ਉਹਦੇ ਮੁਤਾਬਕ ਜਿੰਨੀਆਂ ਸਾਡੀਆਂ ਸੋਸ਼ਲ ਕੰਸਟਰਕਸ਼ਨ ਦੀਆਂ ਜਿੰਨੀਆਂ ਸੰਸਥਾਵਾਂ ਬਣੀਆਂ ਨੇ ਉਹ ਸਾਰਿਆਂ ਦੇ ਉੱਤੇ ਉਹ ਕਾਬਜ਼ ਹੈ ਉਹ ਰਾਜ ਦੇ ਉੱਤੇ ਵੀ ਕਾਬਜ਼ ਹੈ ਉਹ ਇਹਨਾਂ ਸੰਸਥਾਵਾਂ ਦੇ ਉੱਤੇ ਵੀ ਕਾਬਜ਼ ਹੈ ਤੇ ਉਹਨਾਂ ਸੰਸਥਾਵਾਂ ਦੇ ਰਾਹੀਂ ਉਹ ਉਸ ਤਰ੍ਹਾਂ ਦਾ ਜਿਹੜਾ ਹੈ ਮਨੁੱਖ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਹੜਾ ਮਨੁੱਖ ਉਹ ਚਾਹੁੰਦੇ ਨੇ ਕਿ ਉਹ ਇਸ ਤਰ੍ਹਾਂ ਸੋਚੇ ਇਸ ਤਰ੍ਹਾਂ ਬੋਲੇ ਇਸ ਤਰ੍ਹਾਂ ਬਿਹੇਵੀਅਰ ਜਿਹੜਾ ਹੈ ਉਹ ਕਰੇ ਹੁਣ ਇਹ ਜਿਹੜੀ ਸਾਰੀ ਦੀ ਸਾਰੀ ਸਾਡੇ ਕੋਲ ਪਰੰਪਰਾ ਚੱਲਦੀ ਆ ਰਹੀ ਸੀ ਇਹਦੇ ਅਗੇਂਸਟ ਜਿਹੜਾ ਹੈ ਇੱਕ ਬਹੁਤ ਵੱਡਾ ਉੱਥੇ ਜਿਹੜਾ ਹੈ ਸੰਘਰਸ਼ ਹੋਇਆ ਉਸ ਸੰਘਰਸ਼ ਦੇ ਵਿੱਚ ਅਲਟੀਮੇਟਲੀ 1648 ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਉਹਨੂੰ ਵੈਸਟਫੇਲੀਆ ਦੀ ਟ੍ਰੀਟੀ ਕਹਿੰਦੇ ਨੇ ਸਾਹਿਤ ਇਤਿਹਾਸ ਦੇ ਵਿੱਚ ਤਾਂ ਉਹਦੇ ਤਹਿਤ ਇਹ ਫੈਸਲਾ ਹੋਇਆ ਕਿ ਜਿਹੜੀ ਚਰਚ ਹੈ ਚਰਚ ਤੇ ਸਟੇਟ ਨੂੰ ਬਿਲਕੁਲ ਸੈਪਰੇਟ ਕਰ ਦੇ ਚਰਚ ਤੇ ਸਟੇਟ ਨੂੰ ਜਿਹੜਾ ਪਹਿਲੀ ਵਾਰੀ ਸੈਪਰੇਟ ਕਰਨ ਦੀ ਗੱਲ ਹੋਈ ਤੇ ਉੱਥੇ ਸੈਕੂਲਰਾਈਜੇਸ਼ਨ ਦੀ ਗੱਲ ਹੋਈ ਧਰਮ ਨਿਰਪੱਖਤਾ ਦੀ ਗੱਲ ਹੋਈ ਅਸਲ 'ਚ ਧਰਮ ਨਿਰਪੱਖਤਾ ਦਾ ਜਿਹੜਾ ਕੌਨਸੈਪਟ ਸੀ ਇਹ ਅਸਲ ਦੇ ਵਿੱਚ ਜਿਹੜਾ ਉਸ ਵੇਲੇ ਇੱਕ ਥੋਟ ਵਿਚਾਰ ਪੱਧਰ ਦੇ ਉੱਤੇ ਜਿਹੜਾ ਵਿਕਾਸ ਹੋ ਰਿਹਾ ਸੀ ਚਾਹੇ ਉਹ ਫਿਲੋਸਫੀ ਦੀ ਪੱਧਰ 'ਤੇ ਹੋ ਰਿਹਾ ਸੀ ਚਾਹੇ ਵਿਗਿਆਨ ਟੈਕਨੋਲੋਜੀ ਦੀ ਪੱਧਰ ਦੇ ਉੱਤੇ ਹੋ ਰਿਹਾ ਸੀ ਉਹਦੇ ਨਾਲ ਉਸ ਵੇਲੇ ਦਾ ਜਿਹੜਾ ਮਨੁੱਖ ਹੈ ਉਹਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸੋਚ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਚੇਤਨਾ ਉਹਦੇ ਵਿੱਚ ਇੱਕ ਵਿਕਸਿਤ ਹੋ ਰਹੀ ਸੀ ਉਹ ਜ਼ਿਆਦਾ ਓਬਜ਼ਰਵੇਸ਼ਨ ਦੇ ਉੱਤੇ ਵਿਸ਼ਵਾਸ ਕਰਨ ਵੱਲ ਨੂੰ ਜਾ ਰਿਹਾ ਸੀ ਬਜਾਏ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਪ੍ਰਤੱਖ ਰੂਪ ਦੇ ਵਿੱਚ ਦਿਖਦੀਆਂ ਸੀਗੀਆਂ ਜਿਵੇਂ ਆਮ ਬੰਦੇ ਨੂੰ ਘੋੜੇ ਦੇ ਦੰਦ ਦਿਖ ਰਹੇ ਸੀ ਤੇ ਉਹ ਕਹਿੰਦਾ ਵੀ ਜਦ ਸਾਨੂੰ ਇਹ ਚੀਜ਼ ਦਿਖ ਰਹੀ ਹੈ ਤਾਂ ਮੈਂ ਦੇਖ ਕੇ ਡਿਸਾਈਡ ਕਰਾਂ ਇਹ ਮੈਂ ਕਿਉਂ ਡਿਸਾਈਡ ਕਰਾਂ ਕਿ ਵੀ ਗ੍ਰੰਥਾਂ ਦੇ ਵਿੱਚ ਕੀ ਲਿਖਿਆ ਹੋਇਆ ਤੇ ਉਹ ਜੋ ਗ੍ਰੰਥਾਂ ਦੇ ਵਿੱਚ ਲਿਖਿਆ ਜਾਂ ਜੋ ਪੁਰਾਤਨ ਸੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹਨਾਂ ਨੇ ਉਹਦੀ ਰਿਜੈਕਸ਼ਨ ਕੀਤੀ ਇੱਕ ਤਰ੍ਹਾਂ ਦੇ ਨਾਲ ਉਹਦੇ ਲਈ ਜਿਹੜਾ ਹੈ ਸੈਕੂਲਰਾਈਜੇਸ਼ਨ ਰੈਸ਼ਨਲਿਜ਼ਮ ਜਿਹੜਾ ਹੈ ਇੰਡੀਵਿਜੁਅਲਿਜ਼ਮ ਇਹ ਅਸਲ ਦੇ ਵਿੱਚ ਉਹ ਸਾਡੇ ਕੋਲ ਵਿਚਾਰਧਰਾਈ ਕਹਿ ਲਓ ਆਧਾਰ ਨੇ ਜਿਹਨਾਂ ਦੇ ਰਾਹੀਂ ਆਧੁਨਿਕਤਾ ਨੇ ਪ੍ਰਵੇਸ਼ ਕੀਤਾ ਜਾਂ ਜਿਹੜੀ ਆਧੁਨਿਕਤਾ ਦੀ ਜਿਹੜੀ ਚੇਤਨਾ ਉਹ ਸਾਡੇ ਵਿੱਚ ਆਈ ਅਸਲ 'ਚ ਇਹਨਾਂ ਨੂੰ ਵੀ ਸਾਨੂੰ ਥੋੜ੍ਹਾ ਥੋੜ੍ਹਾ ਸਮਝਣਾ ਪਊਗਾ ਕਿਉਂਕਿ ਜਦੋਂ ਅਸੀਂ ਆਧੁਨਿਕਤਾ ਦੇ ਪ੍ਰਸੰਗ ਦੇ ਵਿੱਚ ਭਾਰਤ ਦੀ ਆਧੁਨਿਕਤਾ ਨੂੰ ਦੇਖਾਂਗੇ ਤਾਂ ਸਾਨੂੰ ਜਿਹੜਾ ਹੈ ਅਸੀਂ ਦੇਖਣਾ ਇਹ ਹੈ ਕਿ ਵੀ ਕੀ ਉੱਥੇ ਜਿਸ ਤਰ੍ਹਾਂ ਦਾ ਇਤਿਹਾਸਿਕ ਵਿਕਾਸ ਹੋਇਆ ਜਾਂ ਉੱਥੇ ਬੌਧਿਕ ਵਿਕਾਸ ਹੋਇਆ ਇਹ ਇਤਿਹਾਸਿਕ ਬੌਧਿਕ ਵਿਕਾਸ ਦੇ ਨਾਲ ਉਹ ਜਿਸ ਤਰ੍ਹਾਂ ਦੇ ਨਾਲ ਉਸ ਵੇਲੇ ਦੀ ਜਿਹੜੀਆਂ ਸਮਾਜਿਕ ਜੀਵਨ ਸੀ ਸੱਭਿਆਚਾਰਕ ਜੀਵਨ ਸੀ ਜਾਂ ਵਿਅਕਤੀ ਦਾ ਜੀਵਨ ਸੀ ਉਹਦੇ ਨਾਲ ਜਿਹੜੀ ਰਾਜਸੀ ਸੋਚ ਸੀ ਜਾਂ ਸੱਭਿਆਚਾਰ ਦੀਆਂ ਜਿਹੜੀਆਂ ਜਿਹੜਾ ਉਹਦੇ ਵਿੱਚ ਪਰਿਵਰਤਨ ਹੋਇਆ ਵੀ ਕੀ ਉਹ ਉਸ ਸੋਚ ਦੇ ਨਾਲ ਕਿਸ ਲੈਵਲ ਤੱਕ ਹੋਇਆ ਕੀ ਉਹੋ ਜਿਹੀ ਸੋਚ ਸਾਡੇ 'ਚ ਆਈ ਅਸੀਂ ਉਸ ਤਰ੍ਹਾਂ ਦਾ ਪਰਿਵਰਤਨ ਕਰ ਸਕੇ ਤਾਂ ਜੇ ਨਹੀਂ ਕਰ ਸਕੇ ਤਾਂ ਸਾਡੀਆਂ ਕੀ ਸੀਮਾਵਾਂ ਸੀਆਂ ਜਿਹਨੂੰ ਅਸੀਂ ਆਧੁਨਿਕਤਾ ਵੀ ਕਹਿੰਦੇ ਰਹੇ ਪਰ ਇਹਦੇ ਬਾਵਜੂਦ ਜਿਹੜਾ ਹੈ ਅਸੀਂ ਉਸ ਬਹੁਤ ਹੀ ਜ਼ਿਆਦਾ ਜਿਹਨੂੰ ਅਸੀਂ ਅੰਨੀ ਪਰੰਪਰਾ ਕਹਿੰਦੇ ਹਾਂ ਉਹਦੇ ਵਿੱਚ ਹੀ ਅਸੀਂ ਵੱਜੇ ਰਹੇ ਇਹ ਮਤਲਬ ਕੁਛ ਸਵਾਲ ਨੇ ਉਹ ਜਦੋਂ ਅਸੀਂ ਆਧੁਨਿਕਤਾ ਦੇ ਪ੍ਰਸੰਗ ਦੇ ਵਿੱਚ ਇਹਨਾਂ ਨੂੰ ਸੋਚਾਂਗੇ ਜਾਂ ਇਹਨਾਂ ਨੂੰ ਕਰਾਂਗੇ ਤਾਂ ਪਹਿਲਾਂ ਸਾਨੂੰ ਇਹ ਥੋੜ੍ਹੇ ਜਿਹੇ ਉਹਨਾਂ ਦੇ ਜਿਹੜੇ ਬੇਸਿਕ ਜਿਹੜੇ ਕੌਨਸੈਪਟਸ ਨੇ ਆਧੁਨਿਕਤਾ ਦੇ ਜਾਂ ਆਧੁਨਿਕਤਾ ਨੂੰ ਲਿਆਉਣ ਵਾਲੇ ਜਿਹਦੇ ਰਾਹੀਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਆਈਆਂ ਉਹਨਾਂ ਨੂੰ ਵੀ ਸਾਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜੇ ਅਸੀਂ ਉਹ ਨਹੀਂ ਸਮਝਾਂਗੇ ਤਾਂ ਫਿਰ ਅਸੀਂ ਐਵੇਂ ਭੰਬਲ ਭੂਸਿਆਂ ਦੇ ਵਿੱਚ ਹੀ ਪਏ ਰਹਾਂਗੇ ਦੂਜੀ ਗੱਲ ਬੜੀ ਜਿਹੜੀ ਅਹਿਮ ਹੈਗੀ ਆਧੁਨਿਕਤਾ ਦੇ ਪ੍ਰਸੰਗ ਦੇ ਵਿੱਚ ਕਿਉਂਕਿ ਆਧੁਨਿਕਤਾ ਨੇ ਜਿਸ ਤਰ੍ਹਾਂ ਦੀ ਚੇਤਨਾ ਤੇ ਸੰਵੇਦਨਾ ਪੈਦਾ ਕੀਤੀ ਉਹਦੇ ਵਿੱਚੋਂ ਜਿਹੜਾ ਸਾਹਿਤ ਪੈਦਾ ਹੋਇਆ ਸਾਹਿਤ ਦੇ ਜਿਹੜੇ ਨਵੇਂ ਰੂਪ ਪੈਦਾ ਹੋਏ ਸਾਹਿਤ ਨੂੰ ਪਰਖਣ ਦੇ ਜਿਹੜੇ ਨਵੇਂ ਪ੍ਰਤੀਮਾਨ ਉਹਦੇ ਵਿੱਚ ਪੈਦਾ ਹੋਏ ਉਹਦੀਆਂ ਜੋ ਸਾਡੇ ਕੋਲ ਨਵੀਆਂ ਆਲੋਚਨਾ ਪ੍ਰਣਾਲੀਆਂ ਸਿਧਾਂਤ ਚਿੰਤਨ ਸਾਡੇ ਕੋਲ ਆਇਆ ਇਹ ਸਾਰੇ ਦਾ ਸਾਰਾ ਆਧੁਨਿਕਤਾ ਨੂੰ ਸਮਝੇ ਬਿਨਾਂ ਅਸੀਂ ਇਹਨਾਂ ਦੇ ਉੱਤੇ ਗੱਲ ਨਹੀਂ ਕਰ ਸਕਦੇ ਅੱਜ ਬੇਸ਼ੱਕ ਅਸੀਂ ਉਹਨਾਂ ਆਲੋਚਨਾ ਪ੍ਰਣਾਲੀਆਂ ਦੀ ਗੱਲ ਕਰੀਏ ਜਿਹੜੀਆਂ ਪਾਠ ਮੂਲਕ ਨੇ ਜਾਂ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਭਾਸ਼ਾ ਕੇਂਦਰਿਤ ਨੇ ਅੰਤਰੰਗ ਆਲੋਚਨਾ ਪ੍ਰਣਾਲੀਆਂ ਵੀ ਕਹਿੰਦੇ ਹਾਂ ਜਿਹਨਾਂ ਵਿੱਚ ਸਾਡੇ ਕੋਲ ਸਟਰਕਚਰਲਿਜ਼ਮ ਹੈ ਫਾਰਮਲਿਜ਼ਮ ਹੈ ਜਾਂ ਇਸ ਤਰ੍ਹਾਂ ਦੇ ਹੈਗੇ ਨੇ
ਜਾਂ ਇਹਦੇ ਨਾਲ ਸੁਪੋਜ਼ ਕਰੋ ਅਸੀਂ ਆਧੁਨਿਕਤਾ ਦੀ ਗੱਲ ਕਰਦੇ ਹਾਂ, ਇਹਦੇ ਨਾਲ ਅਸੀਂ ਮਾਰਕਸਵਾਦ ਦੀ ਗੱਲ ਕਰਦੇ ਹਾਂ ਜਾਂ ਪ੍ਰਗਤੀਵਾਦ ਦੀ ਗੱਲ ਕਰਦੇ ਹਾਂ, ਯਥਾਰਥਵਾਦ ਵਗੈਰਾ ਜਿਹੜੀਆਂ ਸਾਡੇ ਕੋਲ ਵਿਧੀਆਂ ਦ੍ਰਿਸ਼ਟੀਆਂ ਸਾਡੀ ਰਚਨਾ ਦੇ ਵਿੱਚ ਆਈਆਂ ਉਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ, ਜਾਂ ਇਹਦੇ ਨਾਲ ਹੁਣੀ ਗੱਲ ਹੋਈ ਸੀ ਇਤਿਹਾਸਵਾਦ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਹਿਸਟੋਰੀਓਗ੍ਰਾਫੀ ਜਿਹੜੀ ਹੈਗੀ ਆ ਉਹ ਕਿਸ ਆਧਾਰ ਦੇ ਉੱਤੇ ਹੋਣੀ ਚਾਹੀਦੀ ਹੈ, ਉਹਦੇ 'ਚ ਫੈਕਟਸ ਜਾਂ ਜਿਹੜੇ ਨੇ ਤੱਥਾਂ ਨੂੰ ਅਸੀਂ ਕਿਸ ਰੂਪ ਦੇ ਵਿੱਚ ਲੈਣਾ, ਕੀ ਜਿਹੜੇ ਨੇ ਮਟੀਰੀਅਲਿਸਟਿਕ ਤੱਥ ਨੇ ਉਹੀ ਕਾਫੀ ਨੇ, ਜਾਂ ਅੱਜ ਜਿਹੜਾ ਨਵੇਂ ਗਿਆਨ ਦੇ ਆਰਕਾਈਵਸ ਜਿਹਦੇ ਵਿੱਚ ਅਸੀਂ ਲਿਟਰੇਚਰ ਨੂੰ ਲੈ ਰਹੇ ਹਾਂ ਇਹਨੂੰ ਅਸੀਂ ਆਧਾਰ ਬਣਾ ਕੇ ਵੀ ਹਿਸਟਰੀ ਨੂੰ ਰੀਕ੍ਰੀਏਟ ਜਾਂ ਰੀਕੰਸਟਰਕਟ ਕਰ ਸਕਦੇ ਹਾਂ। ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਜੇ ਅਸੀਂ ਬਹੁਤ ਡਿਟੇਲ ਦੇ ਵਿੱਚ ਸਮਝਣਾ ਤਾਂ ਆਧੁਨਿਕਤਾ ਦਾ ਜਿਹੜਾ ਕੋਨਸੈਪਟ ਹੈ ਇਹ ਸਾਨੂੰ ਸਮਝਣਾ ਬੜਾ ਜ਼ਰੂਰੀ ਹੈ। ਇਹਦੇ ਸਾਨੂੰ ਬੌਧਿਕ ਪੱਧਰ ਦੇ ਉੱਤੇ ਬਹੁਤ ਸਾਰੇ ਫਾਇਦੇ ਹੋਏ ਨੇ, ਪਦਾਰਥਕ ਪੱਧਰ ਦੇ ਉੱਤੇ ਬਹੁਤ ਸਾਰੇ ਫਾਇਦੇ ਹੋਏ ਨੇ, ਪਰ ਨਾਲ ਦੀ ਨਾਲ ਇਹਨੇ ਜਿਸ ਤਰ੍ਹਾਂ ਦਾ ਮਨੁੱਖ ਬਣਾਇਆ ਉਹ ਮਨੁੱਖ ਜਿਹੜਾ ਖਾਸ ਕਰਕੇ ਪੂੰਜੀਵਾਦੀ ਸਿਸਟਮ ਜਿਹੜਾ ਉਹ ਵੀ ਇਹਦੇ ਵਿੱਚੋਂ ਪੈਦਾ ਹੋਇਆ, ਉਹਨੇ ਕਹਾਂ ਜਾ ਕੇ ਮਨੁੱਖ ਦਾ ਕੀ ਕੀਤਾ, ਕਿਸ ਲੈਵਲ ਤੱਕ ਉਹਦਾ ਵਿਗਾੜ ਹੋਇਆ ਜਿਹਦੇ ਵਿੱਚ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਤੇ ਕੋਲਡ ਵਾਰ ਦਾ ਜਿਹੜਾ ਚੱਲਦਾ ਰਿਹਾ ਤੇ ਉਹਦੇ ਵਿੱਚੋਂ ਗਲੋਬਲਾਈਜੇਸ਼ਨ ਜਿਹੜੀ ਸਾਰੀ ਦੀ ਸਾਰੀ ਆਈ ਜਿਹਦੇ ਵਿੱਚ ਅਸੀਂ ਆਧੁਨਿਕਤਾ ਜਾਂ ਆਧੁਨਿਕਤਾਵਾਦ ਜਾਂ ਪੋਸਟ ਮਾਡਰਨਿਜ਼ਮ ਜਿਹੜੇ ਅਸੀਂ ਇਹ ਗੱਲਾਂ ਕਰਦੇ ਹਾਂ, ਇਹ ਅਸਲ ਦੇ ਵਿੱਚ ਸਾਰਾ ਕੁਛ ਜੇ ਤੁਸੀਂ ਸਮਝਣਾ ਇਹ ਸਾਰੇ ਦਾ ਸਾਰਾ ਆਧੁਨਿਕਤਾ ਨੂੰ ਪਰੇ ਰੱਖ ਕੇ ਨਹੀਂ ਕਰ ਸਕਦੇ। ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਆਪਣਾ ਇੱਕ ਸਿਧਾਂਤ ਚਿੰਤਨ ਦੇ ਉੱਤੇ ਭਾਸ਼ਣ ਲੜੀ ਸ਼ੁਰੂ ਕੀਤੀ ਹੈ ਤਾਂ ਉਹਦੇ ਲਈ ਬੜਾ ਅੱਛਾ ਇਹ ਕੀਤਾ ਕਿ ਸ਼ੁਰੂਆਤ ਤੁਸੀਂ ਜਿਹੜੀ ਆਧੁਨਿਕਤਾ ਤੋਂ ਜਿਹੜੀ ਕਰਵਾ ਲਈ ਤਾਂ ਕਿ ਇੱਥੋਂ ਜਦੋਂ ਅਸੀਂ ਸ਼ੁਰੂ ਕਰਾਂਗੇ ਤਾਂ ਅਗਲੀਆਂ ਗੱਲਾਂ ਸਾਡੇ ਸਮਝਣ ਦੇ ਵਿੱਚ ਕੋਈ ਮੈਨੂੰ ਲੱਗਦਾ ਮੁਸ਼ਕਲ ਨਹੀਂ ਆਉਣੀ, ਕਿਉਂਕਿ ਹਰ ਆਲੋਚਨਾ ਪ੍ਰਣਾਲੀ ਜਿਹੜੀ ਵੀ ਵਿਕਸਿਤ ਹੋਈ ਹੈ ਜਿਹੜੀ ਵੀ ਸਾਡੇ ਸਾਹਮਣੇ ਆਈ ਹੈ ਉਹਨਾਂ ਦੇ ਵਿਚਾਰਧਰਾਈ ਆਧਾਰ ਨੇ। ਜਦੋਂ ਤੱਕ ਅਸੀਂ ਉਹਨਾਂ ਦੇ ਵਿਚਾਰਧਰਾਈ ਆਧਾਰਾਂ ਨੂੰ ਨਹੀਂ ਸਮਝਾਂਗੇ ਉਦੋਂ ਤੱਕ ਉਹ ਆਲੋਚਨਾ ਪ੍ਰਣਾਲੀ ਸਾਡੇ ਲਈ ਕਿੰਨਾ ਕੁ ਫਾਇਦੇਮੰਦ ਹੈ ਕਿੰਨਾ ਨਹੀਂ, ਉਹਨਾਂ ਦੀ ਅਟਰੈਕਸ਼ਨ ਹੋ ਸਕਦੀ ਹੈ ਇੱਕ ਵੱਖਰੀ ਗੱਲ ਹੈ, ਪਰ ਉਹ ਕਿੰਨਾ ਕੁ ਸਾਡੇ ਲਈ ਲਾਭਕਾਰੀ ਹੈ ਉਹ ਕਿੰਨਾ ਕੁ ਨਹੀਂ ਹੈਗਾ ਉਹ ਅਸੀਂ ਉਸ ਨੂੰ ਉਦੋਂ ਤੋਂ ਬਿਨਾਂ ਜੱਜ ਨਹੀਂ ਕਰ ਸਕਦੇ। ਇਸ ਕਰਕੇ ਮੈਂ ਹੁਣ ਤੁਹਾਨੂੰ ਦੋ ਤਿੰਨ ਜਿਹੜੀਆਂ ਚੀਜ਼ਾਂ ਨੇ ਪਹਿਲਾਂ ਅਸੀਂ ਇਹਨਾਂ ਨੂੰ ਸਮਝ ਲਈਏ, ਸਿਸਟਮੈਟਿਕਲੀ ਅਸੀਂ ਥੋੜ੍ਹਾ ਜਿਹਾ ਚੱਲਾਂਗੇ ਅਤੇ ਜਿੱਥੇ ਜਾ ਕੇ ਲੱਗਿਆ ਮੈਂ ਕੋਆਰਡੀਨੇਟਰ ਹੈ ਬੇਟੀ ਡਾਕਟਰ ਰਜਨੀ ਵਾਲਾ ਮੈਨੂੰ ਦੱਸ ਦਿਓ ਵੀ ਉੱਥੇ ਕੁ ਆਪਾਂ ਥੋੜ੍ਹਾ ਜਿਹਾ ਨੂੰ ਫਿਰ ਛੋਟਾ ਵੀ ਕਰ ਲਵਾਂਗੇ ਕੋਈ ਪ੍ਰੋਬਲਮ ਨਹੀਂ, ਕਿਉਂਕਿ ਮੇਰਾ ਜਿਹੜਾ ਇੱਕ ਮਕਸਦ ਇਹ ਵੀ ਹੈ ਕਿ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਜਿਹੜਾ ਡਾਇਲੋਗ ਕੀਤਾ ਜਾਵੇ ਜਿਹਦੇ ਨਾਲ ਬੱਚਿਆਂ ਦੀ ਚੀਜ਼ਾਂ ਜ਼ਿਆਦਾ ਸਮਝ ਆਉਣ। ਹੁਣ ਜਿਹੜਾ ਸੈਕੂਲਰਿਜ਼ਮ ਹੈ, ਸੈਕੂਲਰਿਜ਼ਮ ਦਾ ਜਿਹੜਾ ਸ਼ੁਰੂਆਤ ਹੋਈ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਸਟੇਟ ਨੂੰ ਚਰਚ ਦੇ ਨਾਲੋਂ ਸੈਪਰੇਸ਼ਨ ਆਫ ਜਿਹੜੀ ਸਟੇਟ ਜਿਹੜੀ ਹੈ ਫਰੋਮ ਚਰਚ ਇਹ ਜਿਹੜੀ ਪਹਿਲੀ ਗੱਲ ਉੱਥੇ ਹੋਈ ਤਾਂ ਉਹਦੇ ਤਹਿਤ ਕੀ ਹੋਇਆ ਕਿ ਜਿੰਨੇ ਵੀ ਸਾਡੇ ਕੋਲ ਪਬਲਿਕ ਇੰਸਟੀਟਿਊਸ਼ਨ ਸੀ, ਮੰਨ ਲਓ ਸਾਡੇ ਕੋਲ ਸਕੂਲਸ ਨੇ ਜਾਂ ਹੋਰ ਸਾਡੇ ਕੋਲ ਇਸ ਤਰ੍ਹਾਂ ਦੇ ਇੰਸਟੀਟਿਊਸ਼ਨ ਨੇ ਸਰਕਾਰੀ ਜਿਹੜੇ ਸੀ ਸਾਰੇ ਤੇ ਸਾਰੇ, ਉਹਨਾਂ ਦੇ ਵਿੱਚੋਂ ਧਰਮ ਦਾ ਜਿਹੜਾ ਸੀ ਦਖਲ ਉਹ ਬਿਲਕੁਲ ਬੰਦ ਕਰਤਾ। ਮਤਲਬ ਉੱਥੇ ਇਹ ਕਰ ਲਿਆ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਰਿਲੀਜੀਅਸ ਸਿੰਬਲਸ ਨੇ ਜਾਂ ਜਿਹੜੀਆਂ ਰਿਲੀਜੀਅਸ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਰਮ ਕਾਂਡ ਹੈ ਜਾਂ ਹੋਰ ਰਿਲੀਜੀਅਸ ਕੋਈ ਵੀ ਸਾਈਨ ਹੈ ਜਿਹੜੀ ਉਹ ਜਿਹੜੀ ਹੈ ਉਸ ਨੂੰ ਅਸੀਂ ਨਹੀਂ ਇਹਦੇ ਵਿੱਚ ਵਰਤਣਾ ਬਿਲਕੁਲ ਹੀ। ਇਹ ਮਤਲਬ ਜਿਹੜੀ ਹੈ ਕ੍ਰਿਸਚਨ ਜਦੋਂ ਸੈਕੂਲਰਿਜ਼ਮ ਦੀ ਗੱਲ ਆਈ ਸੀ ਇਹਦਾ ਮਤਲਬ ਇਹ ਸੀ ਕਿ ਜਿਹੜਾ ਹੈ ਸਾਰੇ ਦਾ ਸਾਰਾ ਜਿਹੜਾ ਪਬਲਿਕ ਇੰਸਟੀਟਿਊਸ਼ਨ ਨੇ ਜਾਂ ਜਿਹੜੀ ਸਟੇਟ ਜਿਹੜੀ ਹੈਗੀ ਆ ਜਾਂ ਸਟੇਟ ਦਾ ਜਿੰਨਾ ਵੀ ਹੋਰ ਤੰਤਰ ਹੈਗਾ ਉਹਦੇ ਵਿੱਚ ਧਰਮ ਦਾ ਕੋਈ ਦਖਲ ਨਹੀਂ ਹੋਊਗਾ। ਇਹ ਜਿਹੜੀ ਵੱਡੀ ਗੱਲ ਸੀ ਇਹਦਾ ਮਤਲਬ ਸੀ ਕਿ ਇੱਕ ਸ਼ਬਦ ਜਿਹੜਾ ਵੈਸਟਰਨ ਹਿਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਡੀਕ੍ਰਿਸਚਨਾਈਜੇਸ਼ਨ। ਮਤਲਬ ਜਿਹੜਾ ਕ੍ਰਿਸਚਨ ਈਸਾਈ ਦਾ ਜਿਹੜਾ ਪ੍ਰਭਾਵ ਸੀ ਇਹਨਾਂ ਦੇ ਉੱਤੇ ਪਿਆ ਹੋਇਆ ਇਹਨਾਂ ਇੰਸਟੀਟਿਊਸ਼ਨ ਦੇ ਉੱਤੇ ਉਹ ਸਾਰੇ ਇੰਸਟੀਟਿਊਸ਼ਨ ਦੇ ਉੱਤੋਂ ਉਹ ਖਤਮ ਕਰਤਾ ਬਿਲਕੁਲ ਹੀ। ਇਹ ਜਿਹੜੀ ਹੈ ਇਹ ਉਹਦੇ 'ਚ ਆਈ ਸੀ ਗੱਲ। ਇਹ ਕਿਉਂ ਆਈ? ਉਹਦਾ ਕਾਰਨ ਇਹ ਸੀ ਕਿ ਧਰਮ ਨੇ ਬਹੁਤ ਸਾਰਾ ਜਿਹੜਾ ਹੈਗਾ ਨੁਕਸਾਨ ਪਹਿਲਾਂ ਆਲਰੇਡੀ ਕੀਤਾ ਹੋਇਆ ਸੀ ਜਿਹਦੇ ਖਿਲਾਫ ਉੱਥੋਂ ਦੇ ਬਾਦਸ਼ਾਹ ਨੇ ਅਤੇ ਲੋਕਾਂ ਨੇ ਮਿਲ ਕੇ ਪੋਪ ਦੇ ਖਿਲਾਫ ਇੱਕ ਬਹੁਤ ਵੱਡਾ ਸੰਘਰਸ਼ ਕੀਤਾ ਸੀ। ਉਹਨਾਂ ਨੂੰ ਰਿਲੀਜੀਅਸ ਵਾਰਸ ਕਹਿੰਦੇ 30 ਸਾਲ ਤੱਕ ਲੜੀਆਂ ਗਈਆਂ ਸੀਆਂ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ 1648 ਦੇ ਵਿੱਚ ਜਾ ਕੇ ਇੱਕ ਟ੍ਰੀਟੀ ਆਫ ਜਿਹੜੀ ਹੈ ਬੈਸਟ ਫੇਲੀਆ ਹੋਈ ਸੀ ਜਿਹਦੇ ਤਹਿਤ ਫਿਰ ਸਾਰੇ ਦਾ ਸਾਰਾ ਫੈਸਲਾ ਹੋਇਆ ਸੀ ਕਿ ਅੱਜ ਤੋਂ ਬਾਅਦ ਚਰਚ ਦਾ ਕੋਈ ਦਖਲ ਨਹੀਂ ਹੈਗਾ ਸਟੇਟ 'ਚ। ਉਹ ਆਪਣਾ ਕੰਮ ਕਰੇ ਵੱਖਰੇ ਤੌਰ ਦੇ ਉੱਤੇ, ਇਹ ਵਿਅਕਤੀ ਦਾ ਨਿੱਜੀ ਮਸਲਾ, ਉਹ ਇਹਨੂੰ ਮੰਨੇ ਜਾਂ ਨਾ ਮੰਨੇ ਇਹ ਉਹਦੀ ਮਰਜ਼ੀ ਆ। ਤੁਸੀਂ ਉਹਨੂੰ ਕੰਪੈਲ ਕਰ ਸਕਦੇ, ਫੋਰਸ ਨਹੀਂ ਕਰ ਸਕਦੇ, ਐਨਫੋਰਸ ਨਹੀਂ ਕਰ ਸਕਦੇ। ਜਾਂ ਜਿਹੜਾ ਹੈ ਜੋ ਪ੍ਰਕਿਰਤੀ ਦੇ ਬਾਰੇ ਦੇ ਵਿੱਚ, ਸਮਾਜ ਦੇ ਬਾਰੇ 'ਚ, ਵਿਅਕਤੀ ਦੇ ਬਾਰੇ 'ਚ ਜੋ ਧਾਰਨਾਵਾਂ ਨੇ ਉਹ ਧਾਰਨਾਵਾਂ ਨੂੰ ਅਸੀਂ ਤੁਹਾਨੂੰ ਨਹੀਂ ਮੰਨਣਾ ਹੈਗਾ, ਉਹ ਅਸੀਂ ਡਿਸਾਈਡ ਕਰਾਂਗੇ ਜਾਂ ਅਸੀਂ ਉਹਨਾਂ ਨੂੰ ਜਿਹੜਾ ਇੱਕ ਸੈਂਟੀਫਿਕਲੀ ਓਬਜ਼ਰਵ ਕਰਕੇ ਦੇਖਾਂਗੇ, ਜੋ ਸਾਨੂੰ ਠੀਕ ਲੱਗੂਗਾ ਉਹਦੇ ਮੁਤਾਬਕ ਅਸੀਂ ਕਰਾਂਗੇ। ਇਹ ਸੀ ਜਿਹੜਾ ਉੱਥੇ
ਸੈਕੂਲਰ ਸੈਕੂਲਰਿਜ਼ਮ ਦਾ ਅਰਥ ਸੀ। ਇਹ ਸੈਕੂਲਰਿਜ਼ਮ ਦੇ ਪਿੱਛੇ ਜਿਹੜੀ ਗੱਲ ਸੀ ਉਹ ਜਿਹੜੀਆਂ ਉਸ ਵੇਲੇ ਦੀਆਂ ਵਿਗਿਆਨਕ ਖੋਜਾਂ ਸੀਗੀਆਂ। ਉੱਥੋਂ ਤੁਸੀਂ ਦੇਖੋ ਵੀ ਪਹਿਲਾਂ ਫਿਲੋਸਫਰ ਰੂਸੋ ਵਰਗੇ ਬੰਦੇ ਆਏ ਜਿਨ੍ਹਾਂ ਨੇ ਜਿਹੜਾ ਹੈ ਆਜ਼ਾਦੀ ਦੀ ਗੱਲ ਕੀਤੀ, ਫਰੈਟਰਨਿਟੀ ਦੀ ਗੱਲ ਕੀਤੀ, ਲਿਬਰਟੀ ਦੀ ਗੱਲ ਕੀਤੀ, ਜਸਟਿਸ ਦੀ ਗੱਲ ਕੀਤੀ। ਇਸ ਤੋਂ ਬਾਅਦ ਜਿਹੜੇ ਨੇ ਨਿਊਟਨ ਵਰਗੇ ਜਾਂ ਜਿਹੜੀ ਐਵੋਲੂਸ਼ਨ ਥਿਊਰੀ ਸਾਡੇ ਕੋਲ ਆਈ ਉਹ ਸਾਡੇ ਕੋਲ ਉਹ ਵਿਗਿਆਨ ਆਇਆ। ਇਸੇ ਤਰ੍ਹਾਂ ਫਰਾਇਡ ਵਰਗੇ ਬੰਦਿਆਂ ਨੇ ਸਾਡੇ ਕੋਲ ਜਿਹੜਾ ਹੈ ਮਨੋਵਿਗਿਆਨ ਨੂੰ ਲਿਆ ਕੇ ਮਨੁੱਖੀ ਮਨ ਦੀ ਜਿਹੜੀ ਅੰਤਰੀ ਜਿਹੜੀ ਸਾਡੀ ਗੱਲ ਸੀ ਉਹ ਕਿਵੇਂ ਬਣਦਾ, ਕਿਵੇਂ ਉਹ ਕਾਰਜ ਕਰਦਾ, ਉਹਦੇ ਬਾਰੇ ਉਹਨੇ ਗੱਲ ਕੀਤੀ। ਮਤਲਬ ਇਹ ਜਿਹੜਾ ਉਹਦੇ ਪਿੱਛੇ ਇੱਕ ਪੂਰੇ ਦਾ ਪੂਰਾ ਵਿਗਿਆਨਕ ਜਿਹੜਾ ਤੇ ਵਿਚਾਰਧਾਰਾ ਇੱਕ ਪੂਰੇ ਦੀ ਪੂਰੀ ਇੱਕ ਧਾਰਾ ਚੱਲਦੀ ਹੈ। ਉਹ ਜਿਹੜੀ ਧਾਰਾ ਜਿਹੜੀ ਹੈ ਉਹ ਮਨੁੱਖੀ ਸੋਚ ਨੂੰ ਬਦਲ ਰਹੀ ਹੈ, ਮਨੁੱਖ ਨੂੰ ਜ਼ਿਆਦਾ ਉਹ ਤਰਕ ਸੰਗਤ ਬਣਾ ਰਹੀ ਹੈ, ਉਹਦੇ 'ਚ ਜਿਹੜੀ ਹੈ ਰੈਸ਼ਨੈਲਿਟੀ ਜ਼ਿਆਦਾ ਆ ਰਹੀ ਹੈ, ਉਹਦੇ 'ਚ ਯਥਾਰਥ ਬੋਧ ਦੀ ਵਿਗਿਆਨਕ ਵਿਧੀ ਡਿਵੈਲਪ ਹੋ ਰਹੀ ਹੈ। ਇਹਨੂੰ ਜੇ ਅਸੀਂ ਇੱਕ ਸ਼ਬਦ ਦੇ ਵਿੱਚ ਕਹਿਣਾ ਹੋਵੇ ਜਾਂ ਇੱਕ ਸੈਂਟੈਂਸ 'ਚ ਕਹਿਣਾ ਹੋਵੇ ਤਾਂ ਅਸੀਂ ਇੰਨੀ ਗੱਲ ਹੀ ਕਹਿ ਸਕਦੇ ਹਾਂ ਕਿ ਜਿਹੜੀ ਯਥਾਰਥ ਬੋਧ ਦੀ ਜਿਹੜੀ ਵਿਗਿਆਨਕ ਵਿਧੀ ਜਦੋਂ ਸਾਡੇ 'ਚ ਆਉਂਦੀ ਹੈ ਜਾਂ ਜਦੋਂ ਵੀ ਬੰਦਾ ਇਸ ਰੂਪ ਦੇ ਵਿੱਚ ਚੀਜ਼ਾਂ ਨੂੰ ਡਿਸਾਈਡ ਕਰਦਾ, ਇਹਦੀ ਮੈਂ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇ ਦਿੰਦਾ। ਸਪੋਜ਼ ਕਰੋ ਸਾਡੇ ਘਰਾਂ ਦੇ ਵਿੱਚ ਲੜਾਈ ਝਗੜੇ ਹੁੰਦੇ ਨੇ, ਤਾਂ ਉਹ ਲੜਾਈ ਝਗੜਿਆਂ ਦੇ ਵਿੱਚ ਇੱਕ ਤਾਂ ਸਾਡੇ ਕੋਲ ਇਹ ਹੁੰਦਾ ਵੀ ਇਹ ਜੀ ਸਾਡੇ ਕੋਈ ਗ੍ਰਹਿ ਜਿਹੜੇ ਨੇ ਉਹ ਚੰਗੇ ਨਹੀਂ ਹੈਗੇ, ਜਾਂ ਅਸੀਂ ਕਹਿੰਦੇ ਹਾਂ ਜੀ ਇਹ ਸਾਡੇ ਘਰ ਕੋਈ ਭੂਤ ਪ੍ਰੇਤ ਆ ਗਏ ਜੀ, ਇੱਕ ਇਹ ਵੀ ਇਹਦਾ ਇੱਕ ਕਾਰਨ ਹੋ ਸਕਦਾ। ਇਹ ਮਤਲਬ ਕਾਰਨ ਇਹ ਨਹੀਂ ਹੈਗੇ, ਇਹ ਸਾਰੇ ਦੇ ਸਾਰੇ ਉਹ ਕਾਰਨ ਨੇ ਜਿਹੜੇ ਭਰਮਕ ਕਾਰਨ ਨੇ। ਤਾਂ ਹੁਣ ਇਹ ਜਿਹੜਾ ਹੈ ਇਹ ਤਾਂ ਹੈ ਕਿ ਸਾਡੇ ਕੋਲ ਜਿਹੜੇ ਅੰਧ ਵਿਸ਼ਵਾਸ ਜਾਂ ਵਿਸ਼ਵਾਸ ਦੇ ਉੱਤੇ ਬਣੇ ਹੋਏ ਨੇ। ਇੱਕ ਹੈਗਾ ਇਹਦਾ ਵਿਗਿਆਨਕ ਵਿਧੀ। ਹੁਣ ਉਹਦੀ ਵਿਗਿਆਨਕ ਵਿਧੀ ਕੀ ਹੈ ਕਿ ਪਹਿਲਾਂ ਤੁਸੀਂ ਘਰ ਦੀ ਜਿਹੜੀ ਪ੍ਰੋਬਲਮ ਹੈ ਇਹਦੀ ਇੱਕ ਬਕਾਇਦਾ ਸੈਂਟੀਫਿਕ ਵਿਧੀ ਦੀ ਸਾਡੇ ਕੋਲ ਜਿਹੜੀ ਰਿਸਰਚ ਵਿਧੀ ਦੀ ਸਾਡੇ ਕੋਲ ਉਹਨਾਂ ਨੇ ਇੱਕ ਮਾਡਲ ਦਿੱਤਾ ਕਿ ਪਹਿਲਾਂ ਤੁਸੀਂ ਪ੍ਰੋਬਲਮ ਨੂੰ ਜਿਹੜਾ ਆਈਡੈਂਟੀਫਾਈ ਕਰੋ, ਆਈਡੈਂਟੀਫਾਈ ਕਰਕੇ ਜਿਹੜਾ ਹੈਗਾ ਉਸ ਦੇ ਬਾਰੇ 'ਚ ਕੋਈ ਤੁਸੀਂ ਹਾਈਪੋਥੈਟਿਕਲੀ ਕੋਈ ਜਿਹੜੀ ਹੈ ਇੱਕ ਟੈਂਟੇਟਿਵ ਜਿਹੜਾ ਹੈ ਉਹ ਤੁਸੀਂ ਆਪਣਾ ਇੱਕ ਉਹਦੀ ਸਲਿਊਸ਼ਨ ਤਿਆਰ ਕਰੋ। ਉਸ ਤੋਂ ਬਾਅਦ ਉਹਦਾ ਡਾਟਾ ਇਕੱਠਾ ਕਰੋ, ਡਾਟਾ ਤੋਂ ਬਾਅਦ ਉਹਦਾ ਅਨੈਲਿਸਿਸ ਕਰੋ, ਅਨੈਲਿਸਿਸ ਤੋਂ ਬਾਅਦ ਜਿਹੜਾ ਹੈ ਤੁਸੀਂ ਉਹਨੂੰ ਫਾਰਮੂਲੇਟ ਕਰੋ। ਇੱਕ ਵਿਧੀ ਸੀ ਸਾਡੇ ਕੋਲ। ਜਦੋਂ ਅਸੀਂ ਇਸ ਰੂਪ ਦੇ ਵਿੱਚ ਦੇਖਦੇ ਹਾਂ ਤਾਂ ਇਹਦੇ ਵਿੱਚ ਅਸੀਂ ਜ਼ਿਆਦਾ ਚੀਜ਼ਾਂ ਨੂੰ ਸਮਝਣ 'ਚ ਓਬਜੈਕਟਿਵ ਵੀ ਹੋ ਜਾਂਦੇ ਹਾਂ, ਓਬਜ਼ਰਵੇਸ਼ਨ ਵੀ ਸਾਡੀ ਹੁੰਦੀ ਹੈ, ਡਾਟਾ ਵੀ ਸਾਡੇ ਕੋਲ ਹੁੰਦਾ, ਇੱਕ ਸਾਡੇ ਕੋਲ ਵਿਸ਼ਲੇਸ਼ਣ ਵੀ ਹੁੰਦਾ, ਉਹਦੇ 'ਚ ਅਸੀਂ ਆਪਣੀ ਬੌਧਿਕਤਾ ਦੀ ਜਿਹੜੀ ਵਰਤੋਂ ਆ ਉਹ ਵੀ ਅਸੀਂ ਕਰਦੇ ਹਾਂ, ਅਸੀਂ ਆਪਣੇ ਵਿਵੇਕ ਦੀ ਜਿਹੜੀ ਵਰਤੋਂ ਆ ਉਹ ਵੀ ਅਸੀਂ ਕਰ ਰਹੇ ਹੁੰਦੇ ਹਾਂ। ਮਤਲਬ ਇੰਨਾ ਕੁਛ ਜਦੋਂ ਅਸੀਂ ਯੂਜ਼ ਕਰਦੇ ਹਾਂ ਤਾਂ ਨੈਚੁਰਲੀ ਅਸੀਂ ਉਸ ਦੇ ਪਹੁੰਚ ਜਾਵਾਂਗੇ, ਕਿਉਂਕਿ ਹਰ ਜੋ ਕੁਛ ਵਟ ਐਵਰ ਇਜ਼ ਹੈਪਨਿੰਗ ਦੈਟ ਹੈਜ਼ ਸਮ ਕਾਜ਼ ਐਂਡ ਇਫੈਕਟ ਦੀ ਗੱਲ ਆ। ਉਹ ਕਹਿੰਦੇ ਵੀ ਇਫ ਯੂ ਲਵ ਮਤਲਬ ਯੂ ਹੈਵ ਦਾ ਰੀਜ਼ਨ ਟੂ ਲਵ, ਇਫ ਯੂ ਹੇਟ ਯੂ ਹੈਵ ਦਾ ਰੀਜ਼ਨ ਟੂ ਹੇਟ। ਇਹ ਜਿਹੜੀ ਗੱਲ ਸੀ ਕਿ ਕਾਰਨ ਜਿਹੜਾ ਹੈਗਾ ਉਹਨੂੰ ਤੁਸੀਂ ਆਈਡੈਂਟੀਫਾਈ ਕਰੋ, ਕਿਸੇ ਵੀ ਮੰਨ ਲਓ ਮਾੜੀ ਚੀਜ਼ ਦਾ ਕੋਈ ਕਾਰਨ ਤੁਸੀਂ ਆਈਡੈਂਟੀਫਾਈ ਕਰ ਲਿਆ ਉਹਨੂੰ ਤੁਸੀਂ ਪਰੇ ਕਰ ਦਿਓ ਤਾਂ ਉਹ ਜਿਹੜੀ ਚੀਜ਼ ਹੈ ਆਪਣੇ ਆਪ ਹੀ ਉਹਦਾ ਹੱਲ ਹੈ ਤੁਹਾਡੇ ਸਾਹਮਣੇ ਆ ਜੂਗਾ। ਇਹ ਇੱਕ ਵਿਗਿਆਨਕ ਸੋਚ ਸੀ, ਇੱਕ ਵਿਗਿਆਨਕ ਵਿਧੀ ਸੀ ਜਿਹੜੀ ਸਾਨੂੰ ਇਸ ਆਧੁਨਿਕਤਾ ਨੇ ਦਿੱਤੀ, ਉਹਦੇ ਵਿੱਚੋਂ ਇਹ ਰੈਸ਼ਨੈਲਿਟੀ ਜਿਹੜੀ ਹੈਗੀ ਹੈ ਜਾਂ ਰੈਸ਼ਨੈਲਿਜ਼ਮ ਜਿਹੜਾ ਹੈਗਾ ਇਹ ਸਾਡੇ ਕੋਲ ਆਇਆ। ਤੀਸਰੀ ਗੱਲ ਇਹਦੇ ਨਾਲ ਹੀ ਜਿਹੜੀ ਜੁੜੀ ਹੋਈ ਸੀ ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਹੈ ਕਿ ਜਿਹੜੀ ਸੱਤਾ ਦੇ ਜਿੰਨੇ ਕੇਂਦਰ ਸੀ ਸਾਰੇ ਦੇ ਸਾਰੇ, ਵਿਅਕਤੀ ਤੋਂ ਲੈ ਕੇ ਪਰਿਵਾਰ ਤੋਂ ਲੈ ਕੇ ਧਰਮ ਤੋਂ ਲੈ ਕੇ ਨੈਤਿਕਤਾ ਤੋਂ ਲੈ ਕੇ ਪੋਲੀਟਿਕਸ ਤੋਂ ਲੈ ਕੇ ਸਾਰੇ ਦੇ ਸਾਰੇ, ਇਹ ਇੱਕ ਖਾਸ ਕਿਸਮ ਦੀ ਧਾਰਮਿਕ ਸੋਚ ਦੇ ਅਧੀਨ ਸੀ, ਪੋਪ ਦੇ ਅਧੀਨ ਸੀ ਜਿਹੜਾ ਹੈਗਾ। ਜਿਹੜਾ ਇੰਡੀਵਿਜੁਅਲਿਜ਼ਮ ਆਇਆ ਸਾਡੇ ਕੋਲ, ਵਿਅਕਤੀਵਾਦ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਸਾਡੇ ਕੋਲ ਆਈ। ਰੈਸ਼ਨਲਿਜ਼ਮ ਨੇ ਮਨੁੱਖ ਦੇ ਵਿੱਚ ਇੱਕ ਇਹ ਵਿਸ਼ਵਾਸ ਪੈਦਾ ਕੀਤਾ ਕਿ ਕੁਛ ਵੀ ਐਸਾ ਨਹੀਂ ਜਿਹੜਾ ਸੋਲਵ ਨਹੀਂ ਕੀਤਾ ਜਾ ਸਕਦਾ, ਸਿਰਫ ਸਾਡੀ ਬੌਧਿਕ ਸਮਰੱਥਾ ਜਾਂ ਬੌਧਿਕ ਸਾਡੀ ਸ਼ਕਤੀ ਜਿਹੜੀ ਹੈਗੀ ਹੈ ਉਹ ਹੋਣੀ ਚਾਹੀਦੀ ਹੈ, ਤੇ ਜੇ ਸਾਡੇ ਕੋਲ ਹੋਵੇ ਤਾਂ ਅਸੀਂ ਉਸ ਦੇ ਰਾਹੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ। ਤੇ ਇਸੇ ਤਰ੍ਹਾਂ ਜਿਹੜਾ ਇੰਡੀਵਿਜੁਅਲਿਜ਼ਮ ਸੀ, ਇੰਡੀਵਿਜੁਅਲਿਜ਼ਮ ਦੇ ਵਿੱਚ ਕੀ ਆਇਆ ਕਿ ਸੱਤਾ ਦੇ ਜਿਹੜੇ ਜਿੰਨਾ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਸਾਡੇ ਤੇ ਥੋਸਿਆ ਗਿਆ ਇਸ ਤੋਂ ਲਿਬਰੇਸ਼ਨ ਹੋਣੀ ਚਾਹੀਦੀ ਹੈ। ਇਹ ਜਿਹੜਾ ਹੈ ਸਾਨੂੰ ਵਿਅਕਤੀਵਾਦ ਨੇ ਦਿੱਤਾ। ਇਹਦਾ ਮਤਲਬ ਹੈ ਕਿ ਵਿਅਕਤੀ ਦਾ ਜਿਹੜਾ ਆਪਣੇ ਆਪ ਤੇ ਵਿਸ਼ਵਾਸ ਹੈ ਬਜਾਏ ਇਸੇ ਕਿ ਕਿਸੇ ਹੋਰ ਚੀਜ਼ ਤੇ ਵਿਸ਼ਵਾਸ ਕਰੇ, ਉਹ ਆਪਣੀ ਬੌਧਿਕਤਾ ਤੇ ਆਪਣੀ ਜਿਹੜੀ ਹੈਗਾ ਉਹਦੀ ਸਮਰੱਥਾ ਜਿਹੜੀ ਸੋਚਣ ਦੀ ਹੈ ਉਹ ਉਹਦੇ ਤੇ ਵਿਸ਼ਵਾਸ ਕਰਨ ਲੱਗ ਪਿਆ ਤੇ ਇਸ ਰਾਹੀਂ ਉਹ ਚੀਜ਼ਾਂ ਨੂੰ ਸੋਲਵ ਕਰਨ ਲੱਗ ਪਿਆ। ਇਹ ਜਿਹੜੀਆਂ ਤਿੰਨ ਚੀਜ਼ਾਂ ਉਹ ਸਮੇਂ ਦੇ ਵਿੱਚ ਵਾਪਰੀਆਂ, ਇਹ ਸਾਰੀ ਨੇ ਸਾਰਾ ਆਈਆਂ ਤਾਂ ਕਿ ਉਸ ਵੇਲੇ ਦੇ ਜਿਹੜੇ ਫਿਲੋਸਫਰ ਸੀ, ਉਸ ਵੇਲੇ ਦੇ ਜਿਹੜੇ ਥਿੰਕਰ ਚਿੰਤਕ ਸੀ, ਫਰਾਇਡ ਆਇਆ ਜਿਵੇਂ ਮੈਂ ਤੁਹਾਨੂੰ ਦੱਸਿਆ, ਨਿਊਟਨ ਵਰਗੇ ਜਿਹੜੇ ਨੇ ਇਹ ਵਿਗਿਆਨੀ ਸਾਡੇ ਕੋਲ ਆਏ। ਇਸ ਤੋਂ ਪਹਿਲਾਂ ਗਲੈਲੀਓ ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਕੇ ਹਟਿਆ, ਤਾਂ ਇਸ ਤੋਂ ਬਾਅਦ ਕਾਰਲ ਮਾਰਕਸ ਵਰਗੇ ਜਿਹੜੇ ਨੇ, ਫਰੈਡਰਿਕ ਐਂਗਲ ਵਰਗੇ ਜਿਹੜੇ ਨੇ ਸਾਡੇ ਕੋਲ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਫਿਲੋਸਫਰ ਆਏ, ਉਹਨਾਂ ਨੇ ਪਦਾਰਥਵਾਦੀ ਸਾਨੂੰ ਫਲਸਫਾ ਦਿੱਤਾ। ਉਹ ਪਦਾਰਥਵਾਦਤਾ ਦਾ ਜਿਹੜਾ ਹੈਗਾ ਉਹ ਕਿਵੇਂ ਪਦਾਰਥ ਨੂੰ ਉਹਨੇ
ਜਿਹੜਾ ਮੁੱਖ ਰੱਖ ਕੇ ਜਿਹੜੀ ਗੱਲ ਕੀਤੀ ਪਦਾਰਥ ਦੇ ਨਿਯਮ ਸਮਝਾਏ ਉਹਨੇ ਕਿ ਜੇ ਵਿਕਾਸ ਕਰ ਰਿਹਾ ਜਿਹੜੀ ਡਾਇਲੈਕਟੀਕਲ ਮਟੀਰੀਅਲਿਜ਼ਮ ਦੀ ਗੱਲ ਕੀਤੀ ਜਾਂ ਉਹਨੇ ਹਿਸਟੋਰੀਕਲ ਮਟੀਰੀਅਲਿਜ਼ਮ ਦੀ ਗੱਲ ਕੀਤੀ ਤਾਂ ਉਹਦੇ ਰਾਹੀਂ ਇਹ ਅਸਲ ਦੇ ਵਿੱਚ ਵਿਗਿਆਨਕ ਬੋਧ ਵੱਲ ਨੂੰ ਵਧਣ ਦਾ ਸਾਰੇ ਦਾ ਸਾਰਾ ਸਾਡੇ ਕੋਲ ਇੱਕ ਵਿਚਾਰ ਧਰਾਈ ਧਰਾਤਲ ਸੀ ਜਿਹੜਾ ਲਗਾਤਾਰ ਚੱਲਿਆ ਤੇ ਲਗਾਤਾਰ ਚੱਲਣ ਦੇ ਨਾਲ ਇਹ ਜਿਹੜਾ ਇੱਕ ਪੁਰਖੀ ਰਾਜ ਸੀ ਸਾਡੇ ਕੋਲ ਮੋਨਾਰਕੀ ਸੀ ਜਿਹੜੀ ਇਹ ਖਤਮ ਹੋਈ ਸਮੰਤਵਾਦ ਸਾਡੇ ਕੋਲ ਖਤਮ ਹੋਇਆ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸੰਸਕ੍ਰਿਤੀ ਜਿਹੜੀ ਹੈਗੀ ਹੈ ਕਿਉਂਕਿ ਵਿਗਿਆਨ ਤੇ ਟੈਕਨੋਲੋਜੀ ਨੇ ਕੀ ਕੀਤਾ ਵਿਗਿਆਨ ਤੇ ਟੈਕਨੋਲੋਜੀ ਨੇ ਮਨੁੱਖ ਦੇ ਵਿਕਾਸ ਦਾ ਜਿਹੜਾ ਮਨੁੱਖ ਨੂੰ ਅੱਗੇ ਤੋਰਨ ਦਾ ਜਿਹੜਾ ਮਨੁੱਖ ਦੇ ਪਸਾਰ ਦਾ ਜਿਹੜਾ ਰਾਹ ਉਹ ਖੋਲਿਆ ਨੈਵੀਗੇਸ਼ਨ ਦੇ ਨਵੇਂ ਨਵੇਂ ਢੰਗ ਤਰੀਕੇ ਆ ਗਏ ਟਰਾਂਸਪੋਰਟੇਸ਼ਨ ਦੇ ਨਵੇਂ ਢੰਗ ਤਰੀਕੇ ਆ ਗਏ ਸੰਚਾਰ ਦੇ ਸਾਡੇ ਕੋਲ ਸਾਧਨ ਜਿਹੜੇ ਨੇ ਉਹ ਸਾਡੇ ਕੋਲ ਬਦਲ ਗਏ ਜਿਹੜਾ ਹੈ ਬਹੁਤ ਦੁਨੀਆ ਨੇੜੇ ਆ ਗਈ ਮਨੁੱਖ ਬੜਾ ਨੇੜੇ ਆ ਗਿਆ ਸੰਦੇਸ਼ ਪ੍ਰਣਾਲੀ ਸਾਡੀ ਜਿਹੜੀ ਆ ਬਹੁਤ ਜ਼ਿਆਦਾ ਮਜ਼ਬੂਤ ਹੋ ਗਈ ਤਾਂ ਇਹਦੇ ਨਾਲ ਜਿਹੜੀ ਇੱਕ ਤਰ੍ਹਾਂ ਦੀ ਉਹ ਫਿਊਡਲ ਸਿਸਟਮ ਸੀ ਜਿਹੜਾ ਉਹ ਵੀ ਖਤਮ ਹੋਇਆ ਉਹ ਫਿਊਡਲ ਸਿਸਟਮ ਨੇ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਪੂੰਜੀਵਾਦ ਨੂੰ ਜਨਮ ਦਿੱਤਾ ਡੈਮੋਕਰੈਟਿਕ ਸਟੇਟਸ ਬਣੀਆਂ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਇਹ ਆਧੁਨਿਕ ਸੋਚ ਦੇ ਵਿੱਚੋਂ ਜਾਂ ਆਧੁਨਿਕਤਾ ਦਾ ਜਿਹੜਾ ਸਾਡੇ ਕੋਲ ਇੱਕ ਵਿਗਿਆਨਕ ਬੋਧ ਆਇਆ ਇਹ ਸਾਰੇ ਦਾ ਸਾਰਾ ਉਹਦੇ ਵਿੱਚੋਂ ਆਇਆ ਉਸਨੇ ਪਦਾਰਥਕਤਾ ਦਾ ਇਕਨੋਮਿਜ਼ਮ ਦਾ ਸਾਰਾ ਸਿਸਟਮ ਬਦਲਤਾ ਇਕਨੋਮਿਜ਼ਮ ਦੇ ਸਿਸਟਮ ਵਿੱਚ ਜਦੋਂ ਪਸਾਰਵਾਦ ਆਇਆ ਤਾਂ ਉਹ ਪਸਾਰਵਾਦ ਦੇ ਵਿੱਚ ਜਿਹੜਾ ਹੈਗਾ ਉਹਦੇ ਨਾਲ ਅਸੀਂ ਕਲੋਨੀਅਲ ਜਿਹੜਾ ਹੈ ਮਾਰਕੀਟਿੰਗ ਇਹ ਜਿਹੜਾ ਸਾਰੇ ਦਾ ਸਾਰਾ ਉਹਦੇ ਨਾਲ ਉਹ ਪ੍ਰੋਡਕਸ਼ਨ ਦੀ ਗੱਲ ਨੇਚਰ ਨੂੰ ਜ਼ਿਆਦਾ ਆਪਣੇ ਅਧੀਨ ਲਿਆਉਣ ਦੀ ਗੱਲ ਉਹਦੇ ਨਾਲ ਜਿਹੜੀ ਫਿਰ ਡਿਸਟ੍ਰੀਬਿਊਸ਼ਨ ਦੇ ਲਈ ਜਾਂ ਜਿਹੜਾ ਉਹਦੇ 'ਚ ਸਾਰੀ ਇਸ ਲਈ ਇੱਕ ਕੰਜ਼ਿਊਮਰ ਜਿਹੜੀ ਸੁਸਾਇਟੀ ਨੇ ਬਣਨਾ ਸੀ ਕੰਮਾਂ ਕਿੱਤਿਆਂ ਦੇ ਵਿੱਚ ਜਿਹੜੇ ਨੇ ਕੰਮਾਂ ਕਾਰਾਂ ਦੇ ਵਿੱਚ ਉਹ ਪਰਿਵਰਤਨ ਹੋਇਆ ਤੇ ਜਿਹੜਾ ਰੂਲਰਾਈਜੇਸ਼ਨ ਤੋਂ ਅਰਬਨਾਈਜੇਸ਼ਨ ਨੂੰ ਅਸੀਂ ਚੱਲ ਪਏ ਤਾਂ ਹੁਣ ਇਹ ਸਾਰੀ ਦੀ ਸਾਰੀ ਤੁਸੀਂ ਦੇਖੋ ਵੀ ਕਿੰਨੇ ਪੱਧਰ ਤੇ ਵਿਕਾਸ ਹੋ ਰਿਹਾ ਇਹਨੇ ਕੋਈ ਐਸਾ ਸਾਡਾ ਮਨੁੱਖੀ ਜੀਵਨ ਦਾ ਕੋਈ ਐਸਾ ਪੱਖ ਨਹੀਂ ਛੱਡਿਆ ਚਾਹੇ ਉਹਦਾ ਵਿਅਕਤੀਗਤ ਸੀ ਚਾਹੇ ਉਹ ਸਮਾਜਿਕ ਸੀ ਚਾਹੇ ਰਾਜਨੀਤਿਕ ਸੀ ਚਾਹੇ ਨੈਤਿਕ ਸੀ ਚਾਹੇ ਉਹ ਧਾਰਮਿਕ ਸੀ ਕੋਈ ਵੀ ਸੀ ਤੇ ਇਸੇ ਤਰ੍ਹਾਂ ਜਿਹੜਾ ਉਹਦਾ ਚਾਹੇ ਸੱਭਿਆਚਾਰਕ ਸੀ ਇਹ ਜਦੋਂ ਮਨੁੱਖ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਸ਼ੁਰੂ ਕੀਤਾ ਤਾਂ ਨੈਚੁਰਲੀ ਜਿਹੜਾ ਉਹਦੇ ਮਨੁੱਖੀ ਰਿਸ਼ਤਿਆਂ ਦੇ ਵਿੱਚ ਪਰਿਵਰਤਨ ਆਇਆ ਮੁੱਲਾਂ ਦੇ ਵਿੱਚ ਪਰਿਵਰਤਨ ਆਇਆ ਉਹਦੇ ਵਿਹਾਰ ਦੇ ਵਿੱਚ ਜਿਹੜਾ ਹੈ ਸਮੁੱਚੇ 'ਚ ਪਰਿਵਰਤਨ ਆਇਆ ਤਾਂ ਹੁਣ ਇਹ ਸਾਰੀਆਂ ਚੀਜ਼ਾਂ ਦਾ ਜੇ ਤੁਸੀਂ ਨਟਸ਼ੈਲ ਰਿਪੋਰਟ ਰਿਜ਼ਲਟ ਕੱਢਣਾ ਹੋਵੇ ਤਾਂ ਇੱਕ ਤਰ੍ਹਾਂ ਦੀ ਇੱਕ ਨਵੀਂ ਚੇਤਨਾ ਹੈ ਤੇ ਉਸ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਸੰਵੇਦਨਾ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਜਿੰਨਾ ਵਿਚਾਰਧਾਰਾ ਦੀ ਪੱਧਰ ਦੇ ਉੱਤੇ ਭੌਤਿਕਤਾ ਦੀ ਪੱਧਰ ਦੇ ਉੱਤੇ ਜਿੰਨਾ ਇਹ ਸਾਰੇ ਦਾ ਸਾਰਾ ਪਰਿਵਰਤਨ ਆਇਆ ਉਸ ਪਰਿਵਰਤਨ ਨੇ ਜਿਹੜੀ ਮੈਂ ਤੁਹਾਨੂੰ ਇੱਕ ਸੈਂਟੈਂਸ ਦੇ ਵਿੱਚ ਗੱਲ ਦੱਸੀ ਸੀ ਕਿ ਉਹਨੇ ਯਥਾਰਥ ਬੋਧ ਦੀ ਸਾਨੂੰ ਵਿਗਿਆਨਕ ਵਿਧੀ ਦਿੱਤੀ ਚੀਜ਼ਾਂ ਨੂੰ ਦੇਖਣ ਦਾ ਸਾਨੂੰ ਇੱਕ ਯਥਾਰਥਵਾਦੀ ਜਾਂ ਜਿਹੜਾ ਹੈ ਪ੍ਰਗਤੀਵਾਦੀ ਜਿਹੜਾ ਇੱਕ ਨਜ਼ਰੀਆ ਦਿੱਤਾ ਉਸਨੇ ਹਰ ਚੀਜ਼ ਨੂੰ ਮੁੱਲ ਹੈ ਸਪੋਜ਼ ਕਰੋ ਮੁੱਲਾਂ ਨੂੰ ਕਾਲ ਤੇ ਸਥਾਨ ਸਾਪੇਖ ਕੀਤਾ ਕਿ ਕੋਈ ਮੁੱਲ ਅਲਟੀਮੇਟ ਨਹੀਂ ਹੈ ਕੋਈ ਵਿਚਾਰ ਅਲਟੀਮੇਟ ਨਹੀਂ ਹੈ ਉਹਨੂੰ ਸਮੇਂ ਸਥਾਨ ਦੇ ਨਾਲ ਜੋੜ ਕੇ ਉਹਦੀ ਪ੍ਰਸੰਗਿਕਤਾ ਦੇ ਵਿੱਚ ਉਹਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹੁਣ ਜਦੋਂ ਇਹ ਸਾਰੇ ਦਾ ਸਾਰਾ ਅਸੀਂ ਸਮੇਂ ਸਥਾਨ ਦੇ ਵਿੱਚ ਦੇਖਣਾ ਸ਼ੁਰੂ ਕਰ ਲਿਆ ਤਾਂ ਸਮੇਂ ਨੂੰ ਵੀ ਅਸੀਂ ਕਿਸੇ ਖੜੋਤ ਦੇ ਵਿੱਚ ਨਹੀਂ ਦੇਖਿਆ ਸਮਾਜ ਜਾਂ ਵਿਅਕਤੀ ਜਾਂ ਸਮਾਂ ਕਿਸੇ ਖੜੋਤ ਦੇ ਵਿੱਚ ਨਹੀਂ ਸੀ ਇਹ ਸਥਿਰ ਨਹੀਂ ਸੀ ਇਹ ਗਤੀਸ਼ੀਲ ਹੋ ਗਿਆ ਤਾਂ ਜਦੋਂ ਇਹ ਗਤੀਸ਼ੀਲ ਹੈ ਤਾਂ ਜਿਹੜਾ ਕੱਲ੍ਹ ਅਤੀਤ ਸੀ ਉਹਦਾ ਅੱਜ ਨਾਲ ਸੰਬੰਧ ਜੁੜ ਗਿਆ ਜਿਹੜਾ ਅੱਜ ਇਹਦਾ ਭਵਿੱਖ ਨਾਲ ਜੁੜ ਗਿਆ ਇਹਦਾ ਮਤਲਬ ਵਿਕਾਸ ਜਿਹੜਾ ਹੈਗਾ ਉਹ ਸਿਰਫ ਵਰਤਮਾਨ ਨੂੰ ਨਹੀਂ ਦੇਖ ਰਿਹਾ ਕਿ ਮੇਰਾ ਵਿਕਾਸ ਅੱਜ ਹੋ ਰਿਹਾ ਅੱਜ ਰਾਹੀਂ ਉਹ ਭਵਿੱਖ ਦਾ ਵੀ ਉਹਨੂੰ ਬੋਧ ਹੋ ਰਿਹਾ ਇਹਨੂੰ ਅਸੀਂ ਕਹਿੰਦੇ ਹਾਂ ਤ੍ਰੈਕਾਲ ਸਮਗਰਤਾ ਦੇ ਵਿੱਚ ਸਮੇਂ ਨੂੰ ਦੇਖਣਾ ਇਹ ਜਿਹੜੀ ਤ੍ਰੈਕਾਲ ਸਮਗਰਤਾ ਨੂੰ ਦੇਖਣ ਦੀ ਇੱਕ ਵਿਚਾਰ ਦ੍ਰਿਸ਼ਟੀ ਇੱਕ ਸੋਚ ਜਿਹੜੀ ਸਮਝ ਸਾਡੇ 'ਚ ਵਿਕਸਿਤ ਹੋਈ ਇਸ ਤੇ ਸਾਨੂੰ ਬੜੇ ਫਾਇਦੇ ਹੋਏ ਇਹਦੇ ਨਾਲ ਜਿਹੜਾ ਹੈ ਇੱਕ ਤਾਂ ਇਹ ਹੋਇਆ ਕਿ ਅਸੀਂ ਜੋ ਸਾਡੇ ਕੋਲ ਪ੍ਰਾਪਤ ਸੀ ਪਰ ਜਿਹਨੂੰ ਅਸੀਂ ਕਹਿ ਸਕਦੇ ਹਾਂ ਜਿਹੜੀ ਸਾਡੇ ਕੋਲ ਗਿਵਨ ਰਿਐਲਿਟੀ ਸੀ ਉਹ ਗਿਵਨ ਰਿਐਲਿਟੀ ਦੇ ਵਿੱਚ ਜੋ ਨੈਗੇਟਿਵ ਚੀਜ਼ ਸੀ ਉਹਨੂੰ ਅਸੀਂ ਆਈਡੈਂਟੀਫਾਈ ਕੀਤਾ ਉਹਦੇ 'ਚੋਂ ਜਿਹੜੀ ਪੋਜ਼ਿਟਿਵ ਸੀ ਉਹਨੂੰ ਅਸੀਂ ਆਈਡੈਂਟੀਫਾਈ ਕੀਤਾ ਕਿਉਂਕਿ ਦੋਨੋਂ ਇੱਕ ਸੰਘਰਸ਼ ਦੇ ਵਿੱਚ ਨੇ ਇਹ ਸੰਘਰਸ਼ ਦੇ ਵਿੱਚ ਅਸੀਂ ਦੇਖਿਆ ਕਿ ਜਿਹੜੀ ਪੋਜ਼ਿਟਿਵਿਟੀ ਆ ਉਹਨੂੰ ਅਸੀਂ ਅੱਗੇ ਕਿਵੇਂ ਤੋਰ ਸਕਦੇ ਇਹ ਜਿਹੜੀ ਪੋਜ਼ਿਟਿਵਿਟੀ ਨੂੰ ਅੱਗੇ ਤੋਰਨ ਦੀ ਗੱਲ ਉਹ ਅੱਗੇ ਕਿਸ ਸਿਹਤ ਦੇ ਵਿੱਚ ਲੈ ਕੇ ਜਾਣਾ ਹੈ ਜਦੋਂ ਅਸੀਂ ਉਹਨੂੰ ਵੀ ਨਾਲ ਇਹਦੇ ਨਾਲ ਜੋੜ ਲਿਆ ਇਹੀ ਜਿਹੜਾ ਆਧੁਨਿਕਤਾਵਾਦ ਸੀ ਇਹ ਪ੍ਰਗਤੀਵਾਦ ਬਣ ਗਿਆ ਜੇ ਹੁਣ ਤੁਸੀਂ ਪ੍ਰਗਤੀਵਾਦ ਨੂੰ ਵੀ ਸਮਝਣਾ ਹੋਵੇ ਤਾਂ ਮੈਨੂੰ ਲੱਗਦਾ ਇੰਨੀ ਕੁ ਗੱਲ ਦੇ ਵਿੱਚ ਸਮਝ ਆਜੂ ਇੱਥੋਂ ਹੀ ਤੁਹਾਡੇ ਮਾਰਕਸਵਾਦ ਸਮਝ ਆਜੂਗਾ ਇਹੀ ਵਿਕਾਸ ਦੇ ਨਿਯਮ ਨੇ ਜਿਹੜੀ ਡਾਇਲੈਕਟੀਕਲ ਮੈਂ ਤੁਹਾਨੂੰ ਮਟੀਰੀਅਲਿਜ਼ਮ ਦੀ ਗੱਲ ਦੱਸੀ ਹੈ ਕਿ ਪਦਾਰਥ ਕਿਵੇਂ ਵਿਕਾਸ ਕਰਦਾ ਉਹਦਾ ਇੱਕ ਥੀਸਿਸ ਹੈ ਐਂਟੀ ਥੀਸਿਸ ਹੈ ਤੇ ਸਿੰਥੇਸਾਈਜ਼ ਹੈ ਇਹ ਬੇਸ਼ੱਕ ਇਸ ਤੋਂ ਪਹਿਲਾਂ ਆਈਡੀਅਲਿਜ਼ਮ ਦੇ ਵਿੱਚ ਵੀ ਆਇਆ ਹੋਇਆ ਸੀ
कांत वगैरह ने जिहड़ा उन्होंने गल की हुई सी, पर उन्होंने जिहड़ी कार्ल मार्क्स की सब तो वड्डी जिहड़ी देन सो इह सी कि उसने उस विचारवाद नू जिहड़ा सिर भार खड़ा सी उहनू पैरां भार खड़ा करता। यह मतलब यह गल कही जाती है, इहदा मतलब की सी कि उहने उस गल नू विचार उसने जिहड़ा हैगा क्योंकि असीं उह विचार नू जिहड़ा है ये देखते थे कि एक विचार है, एक वह एंटी विचार है, तो एक वह सिंथेसाइज हो जो अगला हो जाएगा। उन्हें उन्होंने पदार्थ के कण के उत्ते लागू करके उन्हें यह गल तोरती। ये राही उसने दसिया कि जो पदार्थ इस तरह विकास कर सकता है, वह अपना रूप परिवर्तित परिवर्तन कर सकता है, जिद उसने यूनिटी ऑफ ओपोजिट की गल की, नगेशन ऑफ नगेशन की गल की, जी क्वानिटेटिव चेंज टू क्वालिटेटिव चेंज की गल की। यह सारी असल देखोगे ना, जो मैं आरंभ के थोड़े ना गल की है कि जो तुम आधुनिकता दे कॉन्सैप्ट समझ लो, आधुनिकता का जो विचार है उन्होंने तुम समझ लो, सोच न समझ लो, तो यहाँ अगे सारा कुछ विकसित होंगे नजर आजगा। प्रगतिवाद भी ये लभ जूगा, तो मार्क्सवाद भी अगे ज्यों ज्यों विकास करना इन्हें उसके सू लभते चले जाना है, पर इन्हों एक नहीं असी कर सकते। जे तुम ये कहो भी सारे आधुनिकता ने, यह ठीक है आधुनिकता ने सानू एक विज्ञानिक सोच दी, जिवें मसलन सानू उन्हें एक पदार्थवादी सोच तो देती, पर हुण मसला है कि पदार्थ किहदे हथ च है। पदार्थवादी सोच माड़ी नहीं है, जां थोड़ा पदार्थक नजरिया रखना माड़ी गल नहीं है। माड़ी कदों हैगी है जदों तुसीं उस पदार्थकता दे नाल अपनियां लोड़ां दी थां दे उत्ते एक्सट्रा पैदा करना शुरू करो। वह जिहड़ा एक्सट्रा है वह सरप्लस है, वह सरप्लस फिर थोड़े शोषण से दमन का आधार बनता है। ये गल बड़ी कमाल की है, यही चीज़ा ने जिहड़ियां इस समाज के अंतर विरोध पैदा कर दिंदियां। उही अंतर विरोध सी ये जिहड़ी पूंजीवादी व्यवस्था बनी सारी दी सारी, जिहदे विचों ये सारी दी सारी आधुनिकता आई। ये आधुनिकता ने जिहड़ी जिस तरह मैं दस्सिया भी नवीं चेतना ते नवीं संवेदना आई, तो जे नवीं चेतना ते संवेदना आई है तो उहदे प्रगटावे रूप भी बदल जाणगे। उस चेतना ते संवेदना दे विचों जिहड़ा नवां साहित आया साडे कोल, ਉਹ ਜਿਹੜਾ ਹੈਗਾ ਪੁਰਾਤਨ ਸਾਹਿਤ ਨਾਲੋਂ ਵੱਖਰਾ ਸੀ। ਉਹ ਵੱਖਰਤਾ ਉਹਦੀ ਕਾਹਦੀ ਆਈ? ਉਹਦੀ ਰੂਪ ਵਿਧਾਵਾਂ ਦੀ ਜਨਰਿਕ ਜਿਹੜੀ ਹੈ ਵਿਲੱਖਣਤਾ ਵੀ ਪਈ ਹੈ ਤੇ ਵੱਖਰਤਾ ਵੀ ਪਈ ਹੈ, ਤੇ ਉਹ ਜਨਰਿਕ ਵੱਖਰਤਾ ਤੇ ਵਿਲੱਖਣਤਾ ਵਿਲੱਖਣਤਾ ਦੇ ਵਿੱਚ ਉਹਦੀਆਂ ਜਿਹੜੀਆਂ ਸੰਚਾਰ ਵਿਧੀਆਂ ਨੇ, ਉਹਦੀ ਪੇਸ਼ਕਾਰੀ ਦੀਆਂ ਵਿਧੀਆਂ ਨੇ, ਉਹ ਵੀ ਉਹਦੇ ਵਿੱਚ ਬਦਲ ਗਈਆਂ। ਤਾਂ ਜਦੋਂ ਇਹ ਇੱਕ ਨਵੀਂ ਤਰ੍ਹਾਂ ਦਾ ਸਾਡੇ ਕੋਲ ਸਾਹਿਤ ਆਊਗਾ ਤਾਂ ਨੈਚੁਰਲੀ ਇੱਕ ਨਵੀਂ ਤਰ੍ਹਾਂ ਦਾ ਕਾਵਿ ਸ਼ਾਸਤਰ ਤਿਆਰ ਹੋਊਗਾ। ਉਸ ਕਾਵਿ ਸ਼ਾਸਤਰ ਦੇ ਆਧਾਰ ਦੇ ਉੱਤੇ ਨਵੀਂ ਤਰ੍ਹਾਂ ਦੇ ਜਿਹੜੇ ਨੇ ਕਾਵਿ ਆਲੋਚਨਾ ਦੇ ਪ੍ਰਤੀਮਾਨ ਬਣਨਗੇ। ਇਹਦਾ ਮਤਲਬ ਹੈ ਕਿ ਸਾਹਿਤ ਦੇ ਨਾਲ ਜੁੜਿਆ ਹੋਇਆ, ਕਲਾ ਨਾਲ ਜੁੜਿਆ ਹੋਇਆ ਜੋ ਸਾਰੇ ਦਾ ਸਾਰਾ ਜਾਂ ਸੋਹਜ ਬਾਰੇ ਸਾਡਾ ਜੋ ਅਲਟੀਮੇਟ ਨਜ਼ਰੀਆ ਪਹਿਲਾਂ ਸੀ, ਉਹ ਸਾਰੇ ਦਾ ਸਾਰਾ ਸਾਡਾ ਉਹ ਬਦਲ ਗਿਆ। ਹੁਣ ਸਾਡਾ ਸੋਹਜ ਉਹ ਨਹੀਂ ਹੈ ਜਿਹੜਾ ਪੁਰਾਤਨ ਕਾਲ ਦਾ ਜਿਹੜਾ ਸੋਚ ਸੀ ਜਾਂ ਜਿਹਨੂੰ ਅਸੀਂ ਉਹ ਮੰਨਦੇ ਸੀ, ਠੀਕ ਹੈ, ਹੁਣ ਉਹ ਸੋਹਜ ਬਣ ਗਿਆ। ਉਹਦਾ ਕਾਰਨ ਕੀ ਹੈ? ਲਿਟਰੇਚਰ ਦੇ ਵਿੱਚ ਸਧਾਰਨ ਬੰਦਾ ਆ ਗਿਆ। ਹੁਣ ਸਧਾਰਨ ਬੰਦਾ ਵੀ ਸਾਹਿਤ ਲਿਖ ਸਕਦਾ ਸੀ, ਉਸ ਨੂੰ ਲਿਖਣ ਲਈ ਕਿਸੇ ਤਰ੍ਹਾਂ ਦੀ ਜਿਹੜੀ ਹੈ ਸ਼ਾਹੀ ਜਿਹੜੀ ਪੈਟਰੋਨੇਜ ਦੀ ਲੋੜ ਨਹੀਂ ਹੈ, ਨਾ ਹੀ ਉਹਨਾਂ ਕੋਲੋਂ ਉਹਨੂੰ ਉਹਨਾਂ ਤੋਂ ਉਹਨਾਂ ਦੇ ਕੋਲੋਂ ਕੋਈ ਸਰਟੀਫਿਕੇਟ ਲੈਣ ਦੀ ਲੋੜ ਹੈ। ਅੱਛਾ, ਨਾ ਉਹਨੂੰ ਉਹ ਵਿਸ਼ਿਆਂ ਦੇ ਵਿੱਚ ਬੱਝਣ ਦੀ ਲੋੜ ਹੈ, ਨਾ ਉਹਨੂੰ ਪ੍ਰਗਟਾ ਦੇ ਵਿੱਚ ਬੱਝਣ ਦੀ ਲੋੜ ਹੈ। ਤਾਂ ਉਹ ਨਵੇਂ ਢੰਗ ਦਾ ਨਵੇਂ ਤਰ੍ਹਾਂ ਦੇ ਜਿਹੜੇ ਪ੍ਰਯੋਗ ਨੇ ਉਹ ਉਹਦੇ ਵਿੱਚ ਕਰਨਗੇ, ਤਾਂ ਉਸ ਰੂਪ ਦੇ ਵਿੱਚ ਨਵੇਂ ਰੂਪ ਜਿਹੜੇ ਸਾਡੇ ਕੋਲ ਸਾਹਿਤਕ ਰੂਪ, ਮੰਨ ਲਓ ਨਾਵਲ ਹੈ ਸਾਡੇ ਕੋਲ, ਨਵੀਂ ਤਰ੍ਹਾਂ ਦੀ ਕਵਿਤਾ ਹੈ, ਕਹਾਣੀ ਹੈ ਜਾਂ ਨਾਟਕ ਹੈ, ਉਹ ਜਿਹੜੇ ਪਹਿਲਾਂ ਦੇ ਨਾਟਕ ਸੀ ਉਹਨਾਂ ਨਾਲੋਂ ਵੱਖਰੇ ਹੋ ਗਏ। ਇਹ ਜ਼ਿਆਦਾਤਰ ਜਿਹੜੇ ਸਧਾਰਨ ਬੰਦੇ ਨੂੰ ਕੇਂਦਰ ਦੇ ਵਿੱਚ ਲੈ ਕੇ ਹੋਏ, ਉਹਦੀ ਸਧਾਰਨਤਾ ਦੀ ਗੱਲ ਜਿਹੜੀ ਹੈ ਉਹ ਕਰਨ ਲੱਗ ਗਏ। ਇਹ ਪੂਰੇ ਦਾ ਪੂਰਾ ਜਿਹੜਾ ਸਾਡੇ ਕੋਲ ਸਾਹਿਤ ਦਾ, ਇਸੇ ਤਰ੍ਹਾਂ ਕਲਾ ਦੇ ਵਿੱਚ ਫੋਟੋਗ੍ਰਾਫੀ ਆ ਗਈ, ਟੈਕਨੋਲੋਜੀ ਆ ਗਈ, ਤਾਂ ਹੁਣ ਜਿਹੜੀਆਂ ਪੇਂਟਿੰਗਸ ਪਹਿਲਾਂ ਇੱਕ ਬੰਦਾ ਬਣਾਉਂਦਾ ਸੀ ਉਹਦੀ ਥਾਂ 'ਤੇ ਜਦੋਂ ਫੋਟੋਗ੍ਰਾਫੀ ਆਈ, ਤਾਂ ਉਹਦੇ ਨਾਲ ਜਿਹੜਾ ਹੈ ਉਹ ਇੱਕ ਸੋਹਜ ਉਹਦਾ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਾਡੇ ਸਾਹਮਣੇ ਪੇਸ਼ ਆਇਆ। ਆਰਕੀਟੈਕਚਰ ਸੀ ਜਿਵੇਂ ਸਾਡੇ ਕੋਲ, ਉਹਦੇ ਮਾਡਲ ਸਾਡੇ ਕੋਲ ਜਿਹੜੇ ਨੇ ਉਹ ਸਾਰੇ ਬਦਲ ਗਏ। ਇਹਦਾ ਮਤਲਬ ਹੈ ਕਿ ਸ਼ੁਰੂ ਸ਼ੁਰੂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਇਸ ਆਧੁਨਿਕਤਾ ਦਾ ਬਹੁਤ ਜ਼ਿਆਦਾ ਸਾਨੂੰ ਫਾਇਦਾ ਹੋਇਆ। ਬੜੀ ਇਹ ਜਿਹੜੀ ਸੋਚ ਸੀ ਸਾਡੀ ਬੜੀ ਵਧੀਆ ਸੋਚ ਸੀ, ਇਹਨੇ ਜਿਹੜਾ ਹੈ ਯਥਾਰਥ ਬੋਧ ਦੀ ਜਿਵੇਂ ਮੈਂ ਦੱਸਿਆ ਵਿਗਿਆਨਕ ਵਿਧੀ ਦਿੱਤੀ, ਤ੍ਰੈਕਾਲ ਸਮਗਰਤਾ ਦੇ ਵਿੱਚ ਚੀਜ਼ਾਂ ਨੂੰ ਵਰਤਾਰਿਆਂ ਨੂੰ ਦੇਖਣ ਦੀ ਜਿਹੜੀ ਸਾਡੇ ਕੋਲ ਜਾਂਚ ਆ ਗਈ, ਇਹਦੇ ਨਾਲ ਅਸੀਂ ਥੋੜ੍ਹਾ ਜਿਹਾ ਭਵਿੱਖਮੁਖੀ ਜਿਹੜੀ ਸਾਡੀ ਬਣਦੀ ਸੀ ਕੋਈ ਗੱਲ ਉਹਦੇ ਬਾਰੇ ਵੀ ਅਸੀਂ ਸੋਚ ਸਕਦੇ ਸੀ, ਆਸ਼ਾਵਾਦੀ ਹੋ ਗਏ। ਡੈਮੋਕ੍ਰੇਸੀ ਨੇ ਜਿਹੜਾ ਹੈਗਾ ਸਧਾਰਨ ਬੰਦੇ ਦੀ ਗੌਰਵਤਾ ਨੂੰ ਸਥਾਪਿਤ ਕੀਤਾ, ਨਵੇਂ ਜਿਹੜੇ ਨੇ ਅਪਰਚੁਨਿਟੀ ਮਿਲੀਆਂ, ਮੌਕੇ ਮਿਲੇ, ਨਵੀਆਂ ਥਾਵਾਂ ਦੇ ਉੱਤੇ ਗਏ ਅਸੀਂ, ਨਵੀਂ ਤਰ੍ਹਾਂ ਦੇ ਸਾਡੇ ਕੋਲ ਐਕਸਪੀਰੀਅੰਸਿਸ ਆਏ, ਇਹ ਸਾਰੀਆਂ ਚੀਜ਼ਾਂ ਪੋਜ਼ਿਟਿਵ ਨੇ, ਇਹ ਇੱਕ ਸਟੇਜ ਤੱਕ ਪੋਜ਼ਿਟਿਵ ਰਹੀਆਂ। ਅੱਗੇ ਜਾ ਕੇ ਕੀ ਹੋਇਆ, ਖਾਸ ਕਰਕੇ ਜਦੋਂ ਅਸੀਂ 1900
21वीं सदी जदों प्रवेश करते हैं 19वीं सदी के एंड तक यह सारे का सारा बहुत पॉजिटिव रहा। 20वीं सदी के आरंभ के आके उस जिहड़ा यूरोपीयन वर्ल्ड सी खास करके जिथे आधुनिकता ने सब तो वध प्रभावित किया जिथे डेमोक्रेटिक कंट्री बन गए पूंजीवादी सिस्टम उत्थे विकसित हो गए उन्होंने अपनिया सारिया जिहड़े ने इंस्टीट्यूशन उहदे आधार के उत्ते उस संस्कृति के मुताबिक जिहड़े ने बना ले व्यक्ति जिहड़ा है उस ढंग नाल जिहड़ा अपना एक जीवन जो उहदा विहार सी उह करन लग गया उहदियां जीवन शैलियां उस तरह दियां बन गईयां। यह सारा कुछ जदों होण लग गया नवीं तरह का सारा कुछ लिटरेचर वगैरह पैदा होण लग गया ਤਾਂ ਉਸ ਵੇਲੇ ਆ ਕੇ ਇੱਕ ਬਹੁਤ ਵੱਡੀ ਕੰਟਰਾਡਿਕਸ਼ਨ ਜਿਹੜੀ ਜਿਹਨੂੰ ਅਸੀਂ ਨੋਨ ਐਂਟਾਗੋਨਿਸਟਿਕ ਨਹੀਂ ਕਹਿ ਸਕਦੇ ਉਹ ਐਂਟਾਗੋਨਿਸਟਿਕ ਕੰਟਰਾਡਿਕਸ਼ਨ ਸੀ ਮੁੱਖ ਵਿਰੋਧ ਸੀ ਸੋਰੀ ਨੋਨ ਐਂਟਾਗੋਨਿਸਟਿਕ ਸੀ ਜਿਹੜਾ ਇੱਕ ਵਿਸ਼ੇਸ਼ ਜਮਾਤ ਦੇ ਵਿੱਚ ਪੈਦਾ ਹੋਇਆ ਉਹ ਸੀ ਕੈਪੀਟਲਿਸਟ ਕਲਾਸ ਉਹ ਸੀ ਐਕਸਪੈਂਸ਼ਨ ਉਹ ਸੀ ਕਲੋਨੀਅਲਿਜ਼ਮ ਉਹਨਾਂ ਨੂੰ ਮਾਰਕੀਟ ਦੀ ਲੋੜ ਸੀ ਨਵੀਆਂ ਨਵੀਆਂ ਮਾਰਕੀਟ ਦੇ ਲਈ ਉਹ ਏਸ਼ੀਆ ਅਫਰੀਕਾ ਵੱਲ ਨੂੰ ਤੁਰ ਪਏ ਉਹਦੇ ਨਾਲ ਉਹਨਾਂ ਦਾ ਜਿਹੜਾ ਗਿਆਨਵਾਦ ਸੀ ਉਹ ਵੀ ਚੱਲ ਪਿਆ ਉੱਧਰ ਨੂੰ ਜਿਹੜਾ ਉਹਨਾਂ ਦਾ ਪੱਛਮੀ ਕਰਨ ਵਾਲੀ ਗੱਲ ਸੀ ਪੱਛਮੀ ਕਲਚਰ ਸੀ ਉਹ ਵੀ ਤੁਹਾਨੂੰ ਚੱਲ ਪਈ ਪਰ ਜਿਹੜੀ ਹੈ ਇਸ ਐਕਸਪੈਂਸ਼ਨ ਦੀ ਜਿਹੜੀ ਨੀਤੀ ਦੇ ਵਿੱਚ ਉਹਨਾਂ ਦੇ ਵਿੱਚ ਇੱਕ ਇਹ ਵੀ ਹੋ ਗਿਆ ਕਿ ਮੈਂ ਉੱਥੇ ਚਲਿਆ ਜਾਵਾਂ ਮੈਂ ਉੱਥੇ ਕਬਜ਼ਾ ਕਰ ਲਵਾਂ ਅਤੇ ਉੱਥੋਂ ਦਾ ਜਿਹੜੇ ਨੈਚੁਰਲ ਅਤੇ ਹਿਊਮਨ ਰਿਸੋਰਸਿਸ ਦੇ ਉੱਤੇ ਕਬਜ਼ਾ ਕਰ ਲਵਾਂ ਤਾਂ ਇਹ ਸਾਰੀ ਗੱਲ ਦੇ ਵਿੱਚ ਉਹਨਾਂ ਦੇ ਵਿੱਚ ਆਪਣੇ ਕਲੈਸ਼ ਸ਼ੁਰੂ ਹੋ ਗਏ ਉਹ ਕਲੈਸ਼ ਦਾ ਫਲ ਸੀ ਜਿਹਦੇ ਵਿੱਚੋਂ ਫਸਟ ਵਰਲਡ ਵਾਰ ਜਿਹਦੇ ਵਿੱਚੋਂ ਸੈਕਿੰਡ ਵਰਲਡ ਵਾਰ ਫਸਟ ਵਰਲਡ ਵਾਰ ਦੇ ਵਿੱਚ 50 ਲੱਖ ਤੋਂ ਉੱਤੇ ਜਾਨਾਂ ਗਈਆਂ ਹੋਰ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਹ ਸਾਰਾ ਕੁਛ ਹੋਣ ਦੇ ਨਾਲ ਮਨੁੱਖ ਭੈਭੀਤ ਹੋ ਗਿਆ ਉਹਨੇ ਸੋਚਿਆ ਵੀ ਜੇ ਵਿਕਾਸ ਦਾ ਆਹ ਮਾਡਲ ਹੈ ਅਤੇ ਇਸ ਮਾਡਲ ਦੇ ਵਿੱਚ ਮਨੁੱਖ ਦਾ ਆਹ ਹਸ਼ਰ ਹੋਣਾ ਹੈ ਤਾਂ ਇਹ ਹਸ਼ਰ ਤਾਂ ਸਾਨੂੰ ਨਹੀਂ ਮਨਜ਼ੂਰ ਹੈ ਉਹਦੇ ਵਿੱਚੋਂ ਠੀਕ ਹੈ ਇੱਕ ਪੋਜ਼ਿਟਿਵ ਸੋਚ ਵੀ ਆਈ ਜਿਹੜਾ ਰਸ਼ੀਆ ਦੇ ਵਿੱਚ ਇਨਕਲਾਬ ਵਗੈਰਾ ਆਇਆ ਕੁਛ ਸੋਸ਼ਲਿਸਟ ਜਿਹੜੇ ਨੇ ਸਟੇਟਾਂ ਨੇ ਜਿਹੜੀਆਂ ਹੋਣ ਦੇ ਵਿੱਚ ਆਈਆਂ ਜਿਹੜੀਆਂ ਉਹ ਇੱਕ ਵੱਖਰੀ ਤਰ੍ਹਾਂ ਦਾ ਥੋੜ੍ਹਾ ਜਿਹਾ ਹੋਇਆ ਪਰ ਮੈਜੋਰਿਟੀ ਰੂਪ ਦੇ ਵਿੱਚ ਕੀ ਹੋਇਆ ਕਿ ਸਾਰਾ ਯੂਰਪ ਜਿਹੜਾ ਹੈਗਾ ਉਹ ਦੋ ਜਿਹੜਾ ਹੈ ਮੇਨ ਗਰੁੱਪਾਂ ਦੇ ਵਿੱਚ ਜਿਹੜਾ ਹੈ ਉਹ ਵੰਡਿਆ ਗਿਆ ਅਤੇ ਉਹ ਵੰਡੇ ਦੇ ਨਾਲ ਉਹ 'ਚ ਇੱਕ ਕਲੈਸ਼ ਪੈਦਾ ਹੋਇਆ ਉਸ ਕਲੈਸ਼ ਨੇ ਜਾਨੀ ਮਾਲੀ ਨੁਕਸਾਨ ਪੈਦਾ ਕੀਤਾ ਅਤੇ ਉਹਦੇ ਨਾਲ ਉਸੇ ਕਲੈਸ਼ ਦੀ ਜਿਹੜੀ ਟ੍ਰੀਟੀ ਹੋਈ ਵਾਰਸਾ ਦੀ 1919 ਦੇ ਵਿੱਚ ਉਹਨੇ ਸੈਕਿੰਡ ਵਰਲਡ ਵਾਰ ਦੇ ਜਿਹੜੇ ਬੀ ਬੋਤੇ ਜਿਹਦੇ ਵਿੱਚੋਂ ਨਾਜ਼ੀਜ਼ਮ ਅਤੇ ਫਾਸ਼ੀਜ਼ਮ ਜਿਹੜਾ ਹੈ ਉਹ ਪੈਦਾ ਹੋਇਆ ਕਿਉਂਕਿ ਵਾਰ ਇੰਡੈਪੈਂਡੈਂਟਸੀ ਦਾ ਸਾਰਾ ਖਰਚਾ ਉਹਨਾਂ ਦੇ ਉੱਤੇ ਪਾਤਾ ਉਹ ਦੇ ਨਹੀਂ ਸਕੇ ਅਤੇ ਉੱਥੇ ਇੱਕ ਅੰਨਾ ਅੰਧ ਜਿਹਨੂੰ ਅਸੀਂ ਕਹਿ ਸਕਦੇ ਹਾਂ ਉੱਥੇ ਨੈਸ਼ਨਲਿਜ਼ਮ ਜਿਹੜਾ ਪੈਦਾ ਹੋਇਆ ਅਤੇ ਉਸ ਨੈਸ਼ਨਲਿਜ਼ਮ ਨੇ ਜੋ ਨੁਕਸਾਨ ਫੇਰ ਕੀਤਾ ਮਨੁੱਖਤਾ ਦਾ ਉਹ ਵੀ ਦੁਨੀਆਂ ਨੇ ਦੇਖਿਆ ਸੈਕਿੰਡ ਵਰਲਡ ਵਾਰ ਦੇ ਵਿੱਚ ਕਹਿਣ ਦਾ ਮੇਰਾ ਭਾਵ ਹੈ ਕਿ ਇਹ ਜਿਹੜੀ 1900 ਤੋਂ 1930 ਤੱਕ ਜਿਹੜੀ ਮਨੁੱਖ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਫੀਅਰ ਪੈਦਾ ਹੋਇਆ ਇਸ ਤਰ੍ਹਾਂ ਦੀ ਉਹਦੇ 'ਚ ਇੱਕ ਇਨਸਟੇਬਿਲਟੀ ਆਈ ਉਹਦੇ ਨਾਲ ਮਾਨਸਿਕ ਤੌਰ ਦੇ ਉੱਤੇ ਉਹਦੇ 'ਚ ਬਹੁਤ ਸਾਰੀ ਟੁੱਟ ਭੱਜ ਹੋਈ ਇਹ ਜਿਹੜੀ ਇਸ ਤਰ੍ਹਾਂ ਦੀ ਟੁੱਟ ਭੱਜ ਦੇ ਵਿੱਚੋਂ ਜਾਂ ਇਸ ਤਰ੍ਹਾਂ ਦੀ ਟੁੱਟ ਭੱਜ ਵਾਲੀ ਸੰਵੇਦਨਾ ਦੇ ਵਿੱਚੋਂ ਜਿਹੜਾ ਲਿਟਰੇਚਰ ਰਚਿਆ ਗਿਆ ਉਹ ਆਧੁਨਿਕਤਾਵਾਦੀ ਲਿਟਰੇਚਰ ਸੀ ਉਹ ਜਿਹੜਾ ਹੈ ਆਧੁਨਿਕਤਾਵਾਦੀ ਸੀ ਇਸੇ ਕਰਕੇ ਉਹ ਜਕਾਵ ਜਿਹੜੇ ਨੇ ਇਹਨਾਂ ਦੇ ਜਿਹੜੇ ਨਾਵਲ ਜੋਇਸ ਵਗੈਰਾ ਦੇ ਸਟ੍ਰੀਮ ਆਫ ਕੌਨਸ਼ੀਅਸਨੈਸ ਜਿਸ 'ਚ ਟੈਕਨੀਕ ਵਗੈਰਾ ਆਈ ਹੈਗੀ ਹੈ ਕਾਫਕਾ ਵਗੈਰਾ ਦੇ ਜਿਹੜੇ ਨਾਵਲ ਆਏ ਜਿਹਦੇ 'ਚ ਇੱਕ ਅਜਨਮਿਤੀ ਐਲੀਨੇਸ਼ਨ ਦੀ ਜਿਹੜੀ ਗੱਲ ਹੋਈ ਉਹ ਜਿਹੜੀ ਐਲੀਨੇਸ਼ਨ ਦੀ ਜਿਹੜੀ ਭਾਵਨਾ ਹੈ ਜਿਹਨੂੰ ਅਸੀਂ ਕਹਿ ਸਕਦੇ ਹਾਂ ਅਲਗਾਵ ਉਹ ਅਲਗਾਵ ਦੀ ਜਿਹੜੀ ਗੱਲ ਹੈ ਉਹ ਵੀ ਇਸ ਦੇ ਵਿੱਚੋਂ ਪੈਦਾ ਹੋਈ ਇਸ ਤਰ੍ਹਾਂ ਦੀ ਆਰਥਿਕ ਅਤੇ ਪੂੰਜੀਵਾਦੀ ਵਿਵਸਥਾ ਦੇ ਵਿੱਚੋਂ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀ ਰਾਜਸੀ ਜਿਹੜੀ ਚਾਲਾਂ ਸੀਆਂ ਜਾਂ ਜਿਹੜੀ ਰਾਜਨੀਤੀ ਦਾ ਜਿਹੜਾ ਇਸ ਤਰ੍ਹਾਂ ਦਾ ਸ਼ਡਯੰਤਰ ਸੀ ਉਹਦੇ ਵਿੱਚੋਂ ਇਹ ਜੋ ਮਨੁੱਖਤਾ ਦਾ ਮਨੁੱਖਤਾ ਨੂੰ ਇਹ ਦੇਖਣਾ ਪਿਆ ਉਸਨੇ ਮੈਨੂੰ ਇਹਦੇ ਜਿਹੜਾ ਪੂੰਜੀਵਾਦ ਦਾ ਕਹਿ ਲਓ ਜਾਂ ਆਧੁਨਿਕਤਾ ਦਾ ਜਿਹੜਾ ਵਿਕਾਸ ਮਾਡਲ ਸੀ ਉਹਦੇ 'ਤੇ ਇਹਨੇ ਸਵਾਲੀਆ ਚਿੰਨ ਲਾ ਤੇ ਹੁਣ ਇਹ ਇਹਦੇ ਵਿੱਚੋਂ ਫਿਰ ਮੈਂ ਤੁਹਾਨੂੰ ਦੱਸਦਾ ਵੀ ਉਹ ਜਿਹੜੀ ਇੱਕ ਨੈਗੇਟਿਵ ਸੋਚ ਪੈਦਾ ਹੋਈ ਜਾਂ ਮਨੁੱਖ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਤੋੜ ਫੋੜ ਹੋਈ ਉਹਦੇ ਵਿੱਚੋਂ ਜਿਹੜਾ ਹੈ ਆਧੁਨਿਕਤਾਵਾਦ ਨੇ ਜਨਮ ਲਿਆ ਅਤੇ ਉਹਦੇ ਇਹਦਾ ਪ੍ਰਭਾਵ ਸਾਡੀਆਂ ਜਿਹੜੀਆਂ ਪੇਂਟਿੰਗਸ ਦੇ ਉੱਤੇ ਵੀ ਪਿਆ ਸਾਡੇ ਸਾਹਿਤ ਦੇ ਉੱਤੇ ਵੀ ਪਿਆ ਅਤੇ ਨਵੀਂ ਤਰ੍ਹਾਂ ਦਾ ਜਿਹੜਾ ਇੱਕ ਸਾਹਿਤ ਸਾਡੇ ਕੋਲ ਆਇਆ ਜਿਹੜਾ ਜਿਹਨੂੰ ਅਸੀਂ ਬਹੁਤ ਵਾਰੀ ਇਹ ਕਹਿੰਦੇ ਕਿ ਉਹ ਨਿਰਾਸ਼ਾ ਦਾ ਸੀ ਬਹੁਤ ਜ਼ਿਆਦਾ ਉਹ ਮੌਤ ਦਾ ਸੀ ਬਹੁਤ ਜ਼ਿਆਦਾ ਭੈ ਦਾ ਸੀ ਜਿਹੜਾ ਉਹ ਤੋਂ ਬਚਣ ਦਾ ਸੀ ਜਿਹੜਾ ਹੈਗਾ ਉਹਦੇ 'ਚ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਵੀ ਆਉਣ ਲੱਗੀਆਂ ਕਿ ਮਨੁੱਖ ਨੇ ਸੋਚਿਆ ਕਿ ਇਹੋ ਜਿਹੀ ਲਾਈਫ ਨਾਲੋਂ ਤਾਂ ਮਰ ਜਾਣਾ ਚੰਗਾ ਜਿਹੜੀ ਐਗਜ਼ਿਸਟੈਂਸ਼ੀਅਲਿਜ਼ਮ ਦੀ ਇੱਕ ਨੈਗੇਟਿਵ ਇਸ ਤਰ੍ਹਾਂ ਦੀ ਜਿਹੜੀ ਗੱਲ ਸੀ ਉਹ ਵੀ ਇਹਦੇ ਵਿੱਚੋਂ ਆਈ ਮਤਲਬ ਇਹ ਸਾਰੇ ਦਾ ਸਾਰਾ ਇਹਦੇ ਵਿੱਚੋਂ ਪੈਦਾ ਹੋਇਆ ਫਿਰ ਮੈਂ ਉਹੀ ਗੱਲ ਤੁਹਾਨੂੰ ਦੁਹਰਾ ਰਿਹਾ ਕਿ ਜਦੋਂ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਦੋਂ ਤੱਕ ਅਸੀਂ ਇਹ ਆਧੁਨਿਕਤਾ ਨੂੰ ਨਹੀਂ ਸਮਝਾਂਗੇ ਆਧੁਨਿਕਤਾ ਦੇ ਇਸ ਸਾਰੇ ਦੇ ਸਾਰੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਮਾਡਰਨਾਈਜੇਸ਼ਨ ਨੂੰ ਅਸੀਂ ਨਹੀਂ ਸਮਝਾਂਗੇ ਉਦੋਂ ਤੱਕ ਸਾਡੇ ਇਹ ਜਿਹੜੀਆਂ ਅਗਲੀਆਂ ਗੱਲਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ
क्योंकि इतिहास खड़ोत दे विच नहीं है, इट इज ऑलवेज इन कंटिन्यूटी। तो जब वो कंटिन्यूटी दे विच हैगा तो वो दे विच बहुत कुछ जिहड़ा ऐसा चंगा माड़ा वो दे विच मिलता रहिंदा है। तो वो जिहड़ा हैगा वो अगे फिर असी उहनूं कई रूपां दे विच फिर वो प्रगट भी हुंदा है। तो प्रगट रूपां दी जो भी उहदी एक तरह की रूपांतरता हैगी है उहनूं जे असी समझणा है तो उहदे जिहड़े इह उहदे पिछोकड़ दे विच इतिहासिक संदर्भ पिया हुंदा है इहनूं समझणा साडे लई बड़ा जरूरी है। उस तों बाद इही जिहड़ी है उह जिहड़ियां मैं तुहानूं दस रिहा हां ਜਿਹੜੀਆਂ ਪੂੰਜੀਵਾਦ ਦੀਆਂ ਬਹੁਤ ਜ਼ਿਆਦਾ ਜਟਿਲਤਾਵਾਂ ਸੀਆਂ, ਜਿਹੜੇ ਉਹਨਾਂ ਦੇ ਸੰਕਟ ਸੀ, ਜਿਹੜੇ ਉਹਨਾਂ ਦੇ ਤਣਾਅ ਸੀ, ਜਿਹੜੇ ਉਹਨਾਂ ਦੇ ਟਕਰਾਅ ਸੀ, ਉਸਨੇ 1929 ਦੇ ਵਿੱਚ ਇਕਨੋਮਿਕ ਜਿਹੜਾ ਡਿਪਰੈਸ਼ਨ ਪੈਦਾ ਕੀਤਾ ਜਿਹਨੂੰ ਆਰਥਿਕ ਮੰਦਹਾਲੀ ਕਹਿੰਦੇ। ਉਹ ਮੰਦਹਾਲੀ ਦੀ ਮੈਂ ਤੁਹਾਨੂੰ ਸਿੰਪਲ ਇੱਕ ਐਗਜ਼ਾਮਪਲ ਦੇ ਦਿੰਦਾ, ਉਹ ਇਸ ਲੈਵਲ ਦੀ ਸੀ ਕਿ ਜਰਮਨ ਦੀ ਜਿਹੜੀ ਕਰੰਸੀ ਸੀ ਮਾਰਕੋ ਇੰਨੀ ਥੱਲੇ ਚਲੀ ਗਈ, ਡੀਵੈਲਿਊ ਹੋ ਗਈ ਸੀ ਕਿ ਜੇ ਕੋਈ ਝੋਲਾ ਭਰ ਕੇ ਇੱਕ ਮੰਡੀ ਦੇ ਵਿੱਚ ਲੈ ਜਾਂਦਾ ਸੀ ਉਹਨੂੰ ਇੱਕ ਬ੍ਰੈਡ ਨਹੀਂ ਸੀ ਪੂਰੀ ਮਿਲਦੀ ਹੁੰਦੀ, ਜਿਹੜੀ ਆਪਾਂ ਲੈ ਕੇ ਆਉਂਦੇ ਹਾਂ 40 ਰੁਪਏ ਦੀ, ਉਹਨੂੰ ਮਿਲਦੀ ਨਹੀਂ ਸੀ ਹੁੰਦੀ, ਉਹ ਇੰਨੀ ਡੀਵੈਲਿਊ ਹੋ ਗਈ ਸੀ। ਤਾਂ ਉਹਦੀ ਜਿਹੜੀ ਸਲਿਊਸ਼ਨ ਨੂੰ ਕਰਨ ਦੇ ਲਈ ਫਿਰ ਉਹ ਕੁਛ ਆਰਥਿਕ ਤੌਰ 'ਤੇ ਚਲੋ ਸਹਾਇਤਾ ਦਿੱਤੀਆਂ, ਮਤਲਬ ਇਹ ਆਉਂਦੇ ਆਉਂਦੇ 1950 ਤੱਕ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਗਿਆ ਸੀ ਆਰਥਿਕਤਾ ਦਾ। ਅਤੇ ਮੋਰਓਵਰ ਜਿਹੜੀਆਂ ਦੂਸਰੀਆਂ ਕਲੋਨੀਅਲ ਸਟੇਟਸ ਸੀਆਂ ਸਾਰੀ ਦੀਆਂ ਸਾਰੀਆਂ, ਉਹਨਾਂ ਦੇ ਵਿੱਚ ਰਾਸ਼ਟਰੀ ਅੰਦੋਲਨ ਸ਼ੁਰੂ ਹੋ ਗਏ, ਅਫਰੀਕਾ ਦੇ ਵਿੱਚੋਂ ਵੀ ਦੇਸ਼ ਬਹੁਤ ਸਾਰੇ ਆਜ਼ਾਦ ਹੋ ਗਏ, ਹਿੰਦੁਸਤਾਨ ਏਸ਼ੀਆ ਦੇ ਵਿੱਚੋਂ ਵੀ ਬਹੁਤ ਸਾਰੇ ਕੰਟਰੀ, ਉਹਨਾਂ 'ਚ ਇੱਕ ਹਿੰਦੁਸਤਾਨ ਸੀ ਇਹ ਵੀ ਆਜ਼ਾਦ ਹੋਇਆ 1947 ਦੇ ਵਿੱਚ। ਤਾਂ ਕੁਛ UNO ਵਗੈਰਾ ਹੋਣ ਦੇ ਵਿੱਚ ਆ ਗਈ। ਤਾਂ ਇਹਨਾਂ ਸਾਰਿਆਂ ਹਾਲਾਤ ਉੱਥੇ ਇਸ ਤਰ੍ਹਾਂ ਦੇ ਬਣ ਗਏ ਕਿ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਕਿਸੇ ਵੀ ਰਾਸ਼ਟਰ ਨੂੰ ਉਸ ਤਰ੍ਹਾਂ ਪੋਲੀਟੀਕਲੀ ਆਪਣੇ ਅਧੀਨ ਲਿਆ ਕੇ ਉਹਦਾ ਸ਼ੋਸ਼ਣ ਕਰਨਾ ਇਹ ਪੋਸੀਬਲ ਨਹੀਂ ਸੀ। ਤਾਂ ਇਹਦੇ ਲਈ ਫਿਰ ਕਿਉਂਕਿ ਮੰਡੀ ਨੂੰ ਜਿਹੜੀ ਇੰਡਸਟਰੀ ਜਿਹੜੀ ਚੱਲ ਰਹੀ ਹੈ ਉਹਦੇ ਨਾਲ ਜਿਹੜੀ ਪ੍ਰੋਡਕਸ਼ਨ ਹੋ ਰਹੀ ਹੈ ਉਹਦੀ ਜਿਹੜੀ ਕੰਜਮਸ਼ਨ ਦਾ ਮਸਲਾ ਸੀ, ਇਹ ਸਾਰੇ ਮਸਲੇ ਸੀ ਪ੍ਰੋਡਕਸ਼ਨ ਤੋਂ ਲੈ ਕੇ ਡਿਸਟ੍ਰੀਬਿਊਸ਼ਨ ਤੱਕ, ਡਿਸਟ੍ਰੀਬਿਊਸ਼ਨ ਤੋਂ ਲੈ ਕੇ ਕੰਜਮਸ਼ਨ ਤੱਕ, ਇਹ ਸਾਰੇ ਜਿਹੜੇ ਮਸਲੇ ਬਣੇ ਹੋਏ ਸੀ ਆਰਥਿਕਤਾ ਦੇ। ਤਾਂ ਇਹਨੂੰ ਸੋਲਵ ਕਰਨ ਦੇ ਲਈ ਫਿਰ ਹੌਲੀ ਹੌਲੀ ਇਹ ਸਕੀਮ ਜਿਹੜੀ ਗਲੋਬਲਾਈਜੇਸ਼ਨ ਜਿਹਨੂੰ ਅਸੀਂ ਵਿਸ਼ਵੀਕਰਨ ਕਹਿੰਦੇ ਹਾਂ, ਅਸਲ 'ਚ ਇੱਕ ਆਰਥਿਕਤਾ ਦਾ ਹੀ ਇੱਕ ਨਵੀਂ ਤਰ੍ਹਾਂ ਦਾ, ਮੈਂ ਇਹਨੂੰ ਕਹਿੰਦਾ ਹੁੰਦਾ ਇੱਕ ਇੰਪੀਰੀਅਲਿਜ਼ਮ ਹੈ, ਇੱਕ ਨਵੀਂ ਤਰ੍ਹਾਂ ਦਾ ਸਾਮਰਾਜ ਹੈ ਇਹ। ਪਰ ਇਹ ਸਾਮਰਾਜ ਜਿਹੜਾ ਹੈ ਇਹ ਜ਼ਿੰਮੇਵਾਰੀ ਨਹੀਂ ਲੈਂਦਾ ਕਿਸੇ ਵੀ, ਜਿੱਥੇ ਜਿੱਥੇ ਫੈਲਦਾ ਜਿੱਥੇ ਜਿੱਥੇ ਵੀ ਜਾਂਦਾ ਇਹ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਹੈਗਾ। ਤਾਂ ਇਹਨੇ ਆਪਣਾ ਪ੍ਰਚਾਰ ਤੰਤਰ ਪੈਦਾ ਕਰਨ ਦੇ ਲਈ ਇਹਨੇ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਗਿਆਨ ਸ਼ਾਸਤਰ ਜਿਹੜਾ ਪੈਦਾ ਕੀਤਾ, ਉਹ ਗਿਆਨ ਸ਼ਾਸਤਰ ਜਿਹੜਾ ਪੋਸਟ ਮਾਡਰਨਿਜ਼ਮ ਦੇ ਰੂਪ ਦੇ ਵਿੱਚ ਸਾਡੇ ਕੋਲ ਸਾਹਮਣੇ ਆਇਆ ਹੋਇਆ। ਤਾਂ ਉਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀਆਂ ਗੱਲਾਂ ਦੇ ਰਾਹੀਂ, ਜਿਸ ਵਿਗਿਆਨਕ ਸੋਚ ਦੇ ਰਾਹੀਂ, ਜਿਸ ਰੈਸ਼ਨੈਲਿਟੀ ਦੇ ਰਾਹੀਂ ਜਿਹੜਾ ਹੈ ਅਸੀਂ ਜਿਹੜਾ ਹੈ ਪੂਰੇ ਦੇ ਪੂਰੇ ਸਮਾਨਤਵਾਦੀ ਵਿਵਸਥਾ ਨੂੰ ਬਦਲਿਆ, ਅਸੀਂ ਪ੍ਰੋਡਕਸ਼ਨ ਵੱਲ ਨੂੰ ਅੱਗੇ ਵਧੇ, ਇਹਨੂੰ ਅਸੀਂ ਜ਼ਿਆਦਾ ਪ੍ਰੋਗਰੈਸਿਵ ਮੰਨਿਆ। ਪੋਸਟ ਮਾਡਰਨਿਜ਼ਮ ਦੇ ਵਿੱਚ ਆ ਕੇ ਅਸੀਂ ਇਹ ਉਹ ਸਾਰੇ ਦੇ ਸਾਰੇ ਜਿਹੜੇ ਸਾਡੇ ਕੋਲ, ਚਾਹੇ ਉਹ ਰੈਸ਼ਨੈਲਿਟੀ ਸੀ, ਚਾਹੇ ਉਹ ਮੈਟਾ ਨੈਰੇਟਿਵ ਸੀ, ਚਾਹੇ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਸੀਆਂ, ਉਹਨਾਂ ਨੂੰ ਅਸੀਂ ਰਿਜੈਕਟ ਕਰਤਾ, ਉਹਨੂੰ ਅਸੀਂ ਰਿਜੈਕਟ ਕਰਤਾ। ਅਸੀਂ ਇਹ ਜਿਹੜਾ ਪੋਸਟ ਮਾਡਰਨ ਸੀ ਕਿ ਨੋ ਰੈਸ਼ਨੈਲਿਟੀ, ਇਹ ਜਿਹੜਾ ਅਸੀਂ ਇਹਨੂੰ ਇੱਕ ਟੋਟੈਲਿਟੀ ਦੇ ਵਿੱਚ ਰਿਐਲਿਟੀ ਨੂੰ ਸਮਝ ਹੈਲੋ ਹਾਂ ਜਿਸ ਨੂੰ ਉਹਨੂੰ ਸਮਝਦੇ ਸੀ ਉਸ ਯਥਾਰਥ ਪ੍ਰਤੀ ਜਿਹੜਾ ਹੈ, ਇਹਨਾਂ ਨੇ ਕਿਹਾ ਤਾਂ ਫਰੈਗਮੈਂਟਡ ਹੈ, ਇਹਦਾ ਇੱਕ ਕੋਈ ਕੇਂਦਰ ਨਹੀਂ ਹੈ, ਬਹੁਤ ਰੂਬੀ ਹੈ ਇਹ ਜਿਹੜੀਆਂ ਗੱਲਾਂ ਸਾਰੀਆਂ ਦੀਆਂ ਸਾਰੀਆਂ ਆਈਆਂ। ਮਤਲਬ ਇਹਨਾਂ ਨੇ ਅਰਥ ਨੂੰ ਵੀ ਖੋਲਣ ਦੀ ਕੋਸ਼ਿਸ਼ ਕੀਤੀ, ਵਿਚਾਰ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਇਹ ਕਹਿ ਕੇ ਕਿ ਸਾਰੇ ਦਾ ਸਾਰਾ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ। ਇਹ ਸਾਰਾ ਇਹ ਪੋਸਟ ਮਾਡਰਨਿਜ਼ਮ ਦਾ ਸਾਰਾ ਯੁੱਗ ਹੈ ਜਿੱਥੇ ਨੋ ਰੈਸ਼ਨੈਲਿਟੀ, ਨੋ ਮੈਟਾ ਜਿਹੜਾ ਹੈਗਾ ਨੈਰੇਟਿਵ, ਤਾਂ ਨੋ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਹੈ ਹੋਰ ਕੋਈ ਅਲਟੀਮੇਟ ਜਿਹੜਾ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਕੁਛ ਨਹੀਂ ਹੈਗਾ। ਠੀਕ ਹੈ, ਯਥਾਰਥ ਬਾਰੇ ਉਹਨਾਂ ਦੀ ਜਿਹੜੀ ਧਾਰਨਾ ਜਿਹੜੀ ਬਦਲੀ, ਇਹਦੇ ਤਹਿਤ ਇਤਿਹਾਸ ਨੂੰ ਵੀ ਜਿਹੜਾ ਨਵੇਂ ਰੂਪ ਦੇ ਵਿੱਚ ਜਿਹੜੀ ਸਿਰਜਣ ਦੀ ਗੱਲ ਹੋਈ, ਇਹ ਮਤਲਬ ਇੱਥੇ ਤੱਕ ਸਾਰੇ ਦਾ ਸਾਰਾ ਕੰਟੀਨਿਊ ਚੱਲਣਾ। ਇੱਕ ਬੜਾ ਤੁਸੀਂ ਦੇਖਿਆ ਹੋਗਾ ਨਾ ਇਹਨਾਂ ਦੇ ਪਿੱਛੇ ਵਿਚਾਰ ਧਰਾਈ ਤੇ ਭੌਤਿਕ ਜਿਹੜੇ ਆਧਾਰ ਬਣਨੇ ਨੇ ਸਾਰੇ ਦੇ ਸਾਰੇ, ਜਿੰਨੇ ਵੀ ਇਹ ਨਵੇਂ ਸਾਡੇ ਕੋਲ ਇਸ ਤਰ੍ਹਾਂ ਦੀਆਂ ਚਿੰਤਨ ਪ੍ਰਣਾਲੀਆਂ ਆਉਣਗੀਆਂ ਨਾ, ਜਾਂ ਸਾਹਿਤ ਨੂੰ ਸਮਝਣ ਦਾ ਜੋ ਵੀ ਸਾਡੇ ਕੋਲ ਵਿਧੀ ਵਿਧਾਨ ਨਵਾਂ ਆਊਗਾ, ਉਹਦਾ ਸਾਰੇ ਦਾ ਸਾਰਾ ਇਤਿਹਾਸਕ ਪਿਛੋਕੜ ਦੇ ਵਿੱਚ ਦੋ ਚੀਜ਼ਾਂ ਦੇ ਉੱਤੇ ਕੇਂਦਰਿਤ ਜ਼ਰੂਰ ਕਰਨਾ ਹੈ ਕਿ ਉਹਦਾ ਵਿਚਾਰ ਧਰਾਈ ਆਧਾਰ ਕੀ ਹੈ ਤੇ ਉਹਦਾ ਭੌਤਿਕ ਆਧਾਰ ਕੀ ਹੈ। ਜਦੋਂ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝ ਲਵਾਂਗੇ
ਅਸੀਂ ਮੈਨੂੰ ਲੱਗਦਾ ਕਿ ਉਸ ਆਲੋਚਨਾ ਪ੍ਰਣਾਲੀ ਦੇ ਨਾਲ ਅਸੀਂ ਇਨਸਾਫ ਕਰ ਸਕਾਂਗੇ ਉਹਦਾ ਅਸੀਂ ਸਹੀ ਅਰਥਾਂ ਦੇ ਵਿੱਚ ਜਿਹੜਾ ਹੈ ਉਹਨੂੰ ਉਹਦੀ ਕਟੀਕ ਹੈ ਜਿਹੜੀ ਅਸੀਂ ਉਹ ਤਿਆਰ ਕਰ ਸਕਾਂਗੇ ਇਹਨੂੰ ਇਸ ਵਿੱਚ ਧਿਆਨ ਰੱਖਣਾ ਤਾਂ ਹੁਣ ਇਹਦਾ ਜੇ ਪ੍ਰਸੰਗ ਭਾਰਤ ਵੱਲ ਆ ਜਾਈਏ ਤਾਂ ਭਾਰਤ ਦੇ ਵਿੱਚ ਇਹ ਬਿਲਕੁਲ ਉਲਟ ਹੋਇਆ ਭਾਰਤ ਦੇ ਵਿੱਚ ਕੀ ਹੋਇਆ ਤੁਸੀਂ ਇਹ ਦੇਖੋ ਕਿ ਜਿਹੜੀ ਸੈਕੂਲਰਿਜ਼ਮ ਦੀ ਗੱਲ ਉੱਥੇ ਹੋਈ ਯੂਰਪ ਦੇ ਵਿੱਚ ਉੱਥੇ ਤਾਂ ਇਹ ਹੋਈ ਹੈ ਕਿ ਧਰਮ ਨੂੰ ਸਟੇਟ ਤੋਂ ਬਾਹਰ ਕੱਢ ਦਿਓ ਉਹਦਾ ਕੋਈ ਰੋਲ ਨਹੀਂ ਹੈਗਾ ਇਹ ਨਿੱਜੀ ਮਸਲਾ ਕਿਸੇ ਦਾ ਕੋਈ ਮੰਨੇ ਚਾਹੇ ਨਾ ਮੰਨੇ ਸਾਡੇ ਕੀ ਹੋਇਆ ਕਿ 1949 ਦੇ ਵਿੱਚ ਇਹ ਜਦੋਂ ਪੰਡਿਤ ਨਹਿਰੂ ਨੇ ਇੱਕ ਪੋਲੀਟੀਕਲ ਫਾਰਮੂਲਾ ਸਾਨੂੰ ਦਿੱਤਾ ਉਹ ਪੋਲੀਟੀਕਲ ਫਾਰਮੂਲਾ ਕੀ ਸੀ ਸੈਕੂਲਰਿਜ਼ਮ ਦਾ ਹੁਣ ਇੱਥੇ ਜਿਹੜਾ ਸੈਕੂਲਰਿਜ਼ਮ ਹੈ ਇਹ ਅਸਲ ਦੇ ਵਿੱਚ ਉਹ ਸੈਕੂਲਰਿਜ਼ਮ ਦੇ ਅਰਥਾਂ ਦੇ ਵਿੱਚ ਨਹੀਂ ਆਇਆ ਜਿੱਥੇ ਜਿਹੜੇ ਅਰਥਾਂ ਦੇ ਵਿੱਚ ਇਹ ਵੈਸਟ ਦੇ ਵਿੱਚੋਂ ਆਇਆ ਸੀ ਸਾਡੇ ਇਹ ਸਾਰੇ ਦਾ ਸਾਰਾ ਅੰਗਰੇਜ਼ਾਂ ਨੇ ਸੈਕੂਲਰਿਜ਼ਮ ਦੀ ਜਿਹੜੀ ਗੱਲ ਕੀਤੀ ਉਹਨਾਂ ਨੇ ਆਪਣੇ ਗਿਆਨ ਸ਼ਾਸਤਰ ਦੇ ਰਾਹੀਂ ਜਦੋਂ ਇੱਥੇ ਲਿਆ ਕੇ ਉਹਨਾਂ ਨੇ ਲਾਗੂ ਕੀਤਾ ਉਹਦੇ ਰਾਹੀਂ ਅਸਲ 'ਚ ਇੱਥੇ ਉਹਨਾਂ ਨੇ ਧਰਮ ਨਿਰਪੱਖਤਾ ਤੋਂ ਭਾਵ ਇਹ ਰਿਹਾ ਕਿ ਸਾਨੂੰ ਸਾਰੇ ਧਰਮਾਂ ਨੂੰ ਸਪੇਸ ਦਿਓ ਕਿਉਂ ਕਿਉਂਕਿ ਉਹਨਾਂ ਨੇ ਆਪਣਾ ਕ੍ਰਿਸਚੀਅਨਿਟੀ ਦਾ ਪ੍ਰਚਾਰ ਕਰਨਾ ਸੀ ਉਹਨਾਂ ਨੇ ਕ੍ਰਿਸਚੀਅਨਿਟੀ ਨੂੰ ਇੱਥੇ ਸਪੇਸ ਦੇਣੀ ਸੀ ਉਹ ਸਪੇਸ ਦੇਣ ਦੇ ਲਈ ਉਹਨਾਂ ਨੇ ਕਿਹਾ ਕਿ ਧਰਮ ਨਿਰਪੱਖ ਹੋਣਾ ਚਾਹੀਦਾ ਇਸੇ ਤਰ੍ਹਾਂ ਵਿਗਿਆਨਕਤਾ ਦੀ ਗੱਲ ਹੋਈ ਹੁਣ ਵਿਗਿਆਨਕਤਾ ਦੇ ਵਿੱਚ ਕੀ ਹੋਇਆ ਤੁਸੀਂ ਦੇਖੋ ਸਾਡਾ ਤਾਂ ਸਾਰਾ ਰਾਸ਼ਟਰੀ ਅੰਦੋਲਨ ਜਿਹੜਾ ਹੈਗਾ ਉਹ ਰਾਮ ਰਾਜ ਦੇ ਨਾਂ ਦੇ ਉੱਤੇ ਲੜਿਆ ਗਿਆ ਹੁਣ ਤੁਸੀਂ ਇਹ ਦੇਖੋ ਵੀ ਇੱਕ ਅਸੀਂ ਮਾਡਰਨ ਸਟੇਟ ਪੈਦਾ ਕਰ ਰਹੇ ਹਾਂ ਇੱਕ ਸੈਕੂਲਰ ਜਿਹੜੀ ਇੱਕ ਸਟੇਟ ਪੈਦਾ ਕਰ ਰਹੇ ਹਾਂ ਇੱਕ ਡੈਮੋਕਰੈਟਿਕ ਸਟੇਟ ਦਾ ਅਸੀਂ ਮਾਡਲ ਬਣਾਉਣਾ ਹੈ ਜਿਹੜਾ ਉਹਦੇ ਵਿੱਚ ਜਦੋਂ ਅਸੀਂ ਸਾਡੀ ਪਰੰਪਰਾ ਨੂੰ ਯੂਜ਼ ਕਰ ਰਹੇ ਹਾਂ ਅਸੀਂ ਆਪਣੀ ਧਾਰਮਿਕਤਾ ਨੂੰ ਯੂਜ਼ ਕਰ ਰਹੇ ਹਾਂ ਤਾਂ ਇਹ ਪਰੰਪਰਾ ਅਤੇ ਧਾਰਮਿਕਤਾ ਸਾਡੀ ਜਿਹੜੀ ਅੱਗੇ ਤੱਕ ਵੀ ਚੱਲੀ ਜਾਊਗੀ ਹਿੰਦੁਸਤਾਨ ਦੀ ਜਿਹੜੀ ਵਿਵਸਥਾ ਉੱਥੇ ਨਾਲੋਂ ਵੱਖਰੀ ਸੀ ਥੋੜ੍ਹੀ ਜਿਹੀ ਹੋਰ ਵੀ ਇੱਥੇ ਕਾਸਟ ਦਾ ਮਸਲਾ ਵੀ ਪਿਆ ਹੋਇਆ ਸੀ ਇੱਥੇ ਜਿਹੜਾ ਐਥਨੀਸਿਟੀ ਦਾ ਮਸਲਾ ਵੀ ਪਿਆ ਹੋਇਆ ਸੀ ਬਹੁਤ ਸਾਰੇ ਅਸੀਂ ਅਜਿਹੀਆਂ ਚੀਜ਼ਾਂ ਉਹ ਰਲ ਗੱਡ ਹੁੰਦੀਆਂ ਚਲੀਆਂ ਗਈਆਂ ਇਸੇ ਤਰ੍ਹਾਂ ਜਿਹੜਾ ਮੱਧ ਵਰਗ ਸਾਡੇ ਕੋਲ ਪੈਦਾ ਹੋਇਆ ਉਹ ਇੱਕੋ ਹੀ ਟਾਈਮ ਦੇ ਉੱਤੇ ਪਰੰਪਰਾ ਨਾਲ ਵੀ ਜੁੜਿਆ ਹੋਇਆ ਇੱਕੋ ਟਾਈਮ ਦੇ ਉੱਤੇ ਆਧੁਨਿਕਤਾ ਨਾਲ ਵੀ ਜੁੜਿਆ ਹੋਇਆ ਉਹ ਮਿਲਗੋਭਾ ਜਿਹਾ ਬਣ ਗਿਆ ਜਿੱਥੇ ਜਿਹੜੀ ਗੱਲ ਉਹਨੂੰ ਸੂਟ ਕਰਦੀ ਹੈ ਉੱਥੇ ਉਹ ਅਪਣਾਉਂਦਾ ਰਿਹਾ ਇਸ ਕਰਕੇ ਇੱਥੇ ਕਿਤੇ ਨਾ ਕਿਤੇ ਪ੍ਰਾਤਨਤਾ ਜਿਹੜੀ ਹੈਗੀ ਹੈ ਜਾਂ ਧਾਰਮਿਕਤਾ ਜਿਹੜੀ ਹੈਗੀ ਹੈ ਉਹ ਹਮੇਸ਼ਾ ਸਾਡੇ ਅਵਚੇਤਨ ਦੇ ਵਿੱਚ ਬੈਠੀ ਰਹੀ ਹੈ ਅਤੇ ਉਹਦਾ ਕੀ ਹੋਇਆ ਸਾਰੇ ਦਾ ਸਾਰਾ ਹਸ਼ਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹ ਮੈਂ ਹੁਣ ਤੁਹਾਡੇ ਨਾਲ ਬਾਹਲੀ ਉਸ ਇਸ਼ੂ 'ਤੇ ਗੱਲ ਨਹੀਂ ਕਰਨੀ ਕਿ ਕਦੇ ਧਰਮ ਨੂੰ ਲੈ ਕੇ ਕਦੇ ਜਾਤ ਨੂੰ ਲੈ ਕੇ ਕਦੇ ਕਿਸੇ ਹੋਰ ਇਸੇ ਤਰ੍ਹਾਂ ਐਥਨੀਸਿਟੀਜ਼ ਦਾ ਜਿਹੜਾ ਮਸਲਾ ਹੈ ਕਦੇ ਮਨਿਓਰਟੀ ਦਾ ਮਸਲਾ ਇਹ ਲੈ ਕੇ ਤੁਸੀਂ ਦੇਖੋ ਵੀ ਹੁਣ ਤੱਕ ਅਸੀਂ ਇਹੀ ਕੁਛ ਹੀ ਕਰੀ ਜਾ ਰਹੇ ਹਾਂ ਇਹਦੇ ਨਾਂ ਦੇ ਉੱਤੇ ਵੋਟਾਂ ਵਟੋਰਨੀਆਂ ਜਾਂ ਪੋਲੀਟਿਕਸ ਖੇਡਣੀ ਇਹ ਸਾਡਾ ਸਾਰੇ ਦਾ ਸਾਰਾ ਜਿਹੜਾ ਹੋ ਰਿਹਾ ਪਰ ਮੈਨੂੰ ਲੱਗਦਾ ਕਿ ਇਸ ਸਾਰੀ ਜਿਹੜੀ ਇਸ ਤਰ੍ਹਾਂ ਦੀ ਅਵਸਥਾ ਜਾਂ ਵਿਵਸਥਾ ਬਣੀ ਹੋਈ ਹੈ ਇਹਦੇ ਵਿੱਚ ਸਾਡਾ ਜਿਹੜਾ ਬੁੱਧੀਜੀਵੀ ਹੈ ਉਹ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਪਰ ਇਹ ਗੱਲ ਮੈਨੂੰ ਬੜੇ ਦੁੱਖ ਨਾਲ ਕਹਿਣੀ ਪੈਂਦੀ ਹੈ ਕਿ ਸਾਡਾ ਜਿਹੜਾ ਬੁੱਧੀਜੀਵੀ ਹੈ ਉਹ ਵੀ ਪਦਵੀ ਦੇ ਪਿੱਛੇ ਭੱਜਿਆ ਫਿਰਦਾ ਪੈਸੇ ਦੇ ਪਿੱਛੇ ਭੱਜਿਆ ਫਿਰਦਾ ਪ੍ਰਸਿੱਧੀ ਦੇ ਪਿੱਛੇ ਭੱਜਿਆ ਫਿਰਦਾ ਮਤਲਬ ਇਹ ਤਿੰਨ ਚੀਜ਼ਾਂ ਸਾਡੇ 'ਚ ਇਸ ਰੂਪ ਤੱਕ ਆ ਗਈਆਂ ਕਿ ਅਸੀਂ ਕਹਿੰਦੇ ਵੀ ਸਾਨੂੰ ਇਹ ਚੀਜ਼ਾਂ 'ਚੋਂ ਕੋਈ ਚੀਜ਼ ਇੱਕ ਦੇ ਦਿਓ ਉਹ ਕਿਸੇ ਵੀ ਲੈਵਲ ਤੱਕ ਵਿਕਣ ਲਈ ਤਿਆਰ ਹੋ ਜਾਵੇ ਇਹ ਮਤਲਬ ਹੁਣ ਇਹ ਜਿਹੜਾ ਸਾਡੇ ਕੋਲ ਪੈਸਾ ਪਦਵੀ ਪ੍ਰਸਿੱਧੀ ਇਹਦੀ ਇੱਕ ਹੋੜ ਲੱਗੀ ਹੋਈ ਹੈ ਉਸ ਹੋੜ ਦੇ ਵਿੱਚ ਜਿਹੜਾ ਹੈ ਅਸੀਂ ਇਸ ਵੇਲੇ ਦੌੜ ਰਹੇ ਹਾਂ ਅਤੇ ਉਸੇ 'ਚ ਅਸੀਂ ਟ੍ਰੈਪ ਹੋ ਰਹੇ ਹਾਂ ਇਸੇ ਕਰਕੇ ਜਿਸ ਤਰ੍ਹਾਂ ਦਾ ਸਾਡੇ ਕੋਲ ਐਨਰਿਚਮੈਂਟ ਹੈਗੀ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਦਾ ਸਾਡੇ ਕੋਲ ਕਲਚਰ ਹੈਗੀ ਮੈਂ ਬਹੁਤ ਵਾਰੀ ਸੋਚਦਾ ਹੁੰਦਾ ਕਈ ਵਾਰੀ ਮੈਂ ਗੱਲ ਵੀ ਕਰਦਾ ਹੁੰਦਾ ਕਿ ਸਾਡੀ ਜਿਹੜੀ ਸਪਿਰਚੁਅਲ ਫਿਲੋਸਫੀ ਸੀ ਉਹ ਅਹਮ ਅਤੇ ਬ੍ਰਹਮ ਨੂੰ ਜੋੜਨ ਦੀ ਸੀ ਉਹਦੇ 'ਚ ਕੋਈ ਫਰਕ ਨਹੀਂ ਸੀ ਇਸ ਕਰਕੇ ਜਦੋਂ ਉਹ 'ਚ ਫਰਕ ਨਹੀਂ ਹੈ ਉੱਥੇ ਕੋਈ ਡਾਇਕੋਟਮੀ ਨਹੀਂ ਹੈ ਉੱਥੇ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਹੈ ਪਰ ਇਹ ਸਾਡੀ ਸੋਸ਼ਲ ਫਿਲੋਸਫੀ ਕਿਉਂ ਨਹੀਂ ਬਣੀ ਇੱਥੇ ਸਾਡੀਆਂ ਤੁਸੀਂ ਦੇਖੋ ਪੂਰੇ ਦਾ ਪੂਰਾ ਜਿਹੜੀ ਸਪਿਰਚੁਅਲ ਜਿਹੜੀ ਹੈਗੀ ਆ ਸਾਡੀ ਪੂਰੀ ਧਾਰਾ ਉਹਨੂੰ ਤੁਸੀਂ ਸਟੱਡੀ ਕਰੋ ਤਾਂ ਉਹਦੇ ਵਿੱਚ ਇਹ ਕਹਿੰਦੇ ਅਸੀਂ ਸਾਰੇ ਆ ਗਏ ਜਿੰਨੀਆਂ ਸਾਡੇ ਕੋਲ ਧਾਰਮਿਕ ਜਾਂ ਸਾਡੀ ਜਿਹੜੀ ਆਪਣੀ ਜਾਗਰਤੀ ਹੈ ਅੰਦੋਲਨ ਨੇ ਜਿਹੜੇ ਸਾਡੇ ਧਰਮ ਸੁਧਾਰ ਦੇ ਚੱਲੇ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਆਪਣੇ ਆਪਣੇ ਧਰਮ ਨੂੰ ਲੈ ਕੇ ਬਹਿ ਗਏ ਆਪਣੀ ਆਪਣੀ ਭਾਸ਼ਾ ਨੂੰ ਲੈ ਕੇ ਭਾਸ਼ਾ ਦੇ ਉੱਤੇ ਵੀ ਮਤਲਬ ਧਰਮ ਨੇ ਕੰਟਰੋਲ ਕਰ ਲਿਆ ਕਿ ਇਹ ਮੇਰੀ ਭਾਸ਼ਾ ਤੇਰੀ ਭਾਸ਼ਾ ਜਿਹੜੀ ਹੈਗੀ ਹੈ ਮਤਲਬ ਭਾਸ਼ਾ ਦੀ ਪੱਧਰ ਦੇ ਉੱਤੇ ਧਰਮ ਦੀ ਪੱਧਰ ਦੇ ਉੱਤੇ ਉਹ ਜਿਹੜੀ ਇੱਕ ਸਪਿਰਚੁਅਲ ਜਿਹੜੀ ਸਾਡੇ ਕੋਲ ਉਪਨਿਸ਼ਦ ਦਰਸ਼ਨ ਵਗੈਰਾ ਜਾਂ ਇਹਨਾਂ 'ਚੋਂ ਜਿਹੜੀ ਇੱਕ ਬਹੁਤ ਅੱਛੀ ਫਿਲੋਸਫੀ ਆਈ ਸੀ ਜਿਹੜੀ ਇੱਥੋਂ ਤੱਕ ਪ੍ਰਕਿਰਤੀ ਦੀ ਹਰ ਚੀਜ਼ ਨੂੰ ਆਪਣੇ ਨਾਲ ਜੋੜ ਰਹੀ ਸੀ ਉਹ ਤਾਂ ਕਿਸੇ 'ਚ ਫਰਕ ਭੇਦ ਨਹੀਂ ਸੀ ਕਰ ਰਹੀ
ਤਾਂ ਫਿਰ ਜਿਹੜੀ ਭੇਦ ਦੀ ਗੱਲ ਅਸੀਂ ਲਿਆਂਦੀ ਜਾਤ ਪਾਤ ਵਰਨ ਵਿਵਸਥਾ ਫਲਾਣਾ ਧਿਮਕਾ ਅਮਕਾ ਜਿਹੜਾ ਇਹ ਸਾਰੇ ਦਾ ਸਾਰਾ ਨੈਗੇਟਿਵਿਟੀ ਆ ਗਈ ਇਹ ਕਿੱਥੋਂ ਆ ਗਈ ਅਸੀਂ ਹੁਣ ਤੱਕ ਜ਼ੋਰ ਲਾ ਲਿਆ ਸਾਡੇ ਧਰਮ ਸੁਧਾਰ ਦੀਆਂ ਜਿਹੜੀਆਂ ਮੂਵਮੈਂਟ ਚੱਲੀਆਂ ਭਗਤੀ ਮੂਵਮੈਂਟ ਚੱਲੀ ਹੋਰ ਵੀ ਜਿਹੜੇ ਜਿੰਨੇ ਅੰਦੋਲਨ ਸਾਡੇ ਹੁਣ ਤੱਕ ਚੱਲੇ ਨੇ ਧਰਮ ਦੇ ਨਾਲ ਧਰਮ ਸੁਧਾਰ ਦੇ ਨਾਂ ਦੇ ਨਾਲ ਇਹ ਸਾਰੇ ਚੱਲ ਗਏ ਪਰ ਅੱਜ ਤੱਕ ਦੋ ਮੁੱਦੇ ਐਸੇ ਨੇ ਜਿਹਨਾਂ ਨੂੰ ਅਸੀਂ ਅੱਜ ਤੱਕ ਨਹੀਂ ਬਦਲ ਸਕੇ ਪਹਿਲਾ ਜਾਤ ਪਾਤ ਦਾ ਇਹ ਸੰਸਥਾ ਨੂੰ ਅਸੀਂ ਨਹੀਂ ਤੋੜ ਸਕੇ ਦੂਸਰਾ ਔਰਤ ਪ੍ਰਤੀ ਜਿਹੜਾ ਸਾਡਾ ਨਜ਼ਰੀਆ ਇਹਨੂੰ ਨਹੀਂ ਅਸੀਂ ਬਦਲ ਸਕੇ ਇਸ ਕਰਕੇ ਹੁਣ ਅਸੀਂ ਕਿੰਨੇ ਕੁ ਆਧੁਨਿਕ ਹੈਗੇ ਹਾਂ ਇਸ ਆਧੁਨਿਕਤਾ ਦੇ ਵਿੱਚੋਂ ਅਸੀਂ ਕਿੰਨਾ ਕੁ ਜਿਹੜਾ ਨਵਾਂ ਜਾਂ ਨਵਾਂ ਜਿਹੜਾ ਬੋਧ ਹੈ ਨਵੀਂ ਤਰ੍ਹਾਂ ਦੀ ਸੋਚ ਨੂੰ ਅੱਗੇ ਤੋਰ ਸਕਦੇ ਹਾਂ ਇਹ ਮੈਂ ਤੁਹਾਡੇ ਸਾਰਿਆਂ ਤੇ ਛੱਡਦਾ ਮੈਂ ਤੁਹਾਨੂੰ ਇੱਕ ਇਤਿਹਾਸਕ ਜਾਂ ਇੱਕ ਵਿਚਾਰਧਾਰਕ ਜਿਹੜਾ ਉਹਦਾ ਪ੍ਰਸੰਗ ਸੀ ਉਸ ਦੇ ਵਿੱਚ ਮੈਂ ਜਿਹੜੀ ਹੈ ਤੁਹਾਨੂੰ ਬੜੀ ਸੰਖੇਪ ਦੇ ਵਿੱਚ ਸਾਦੇ ਭਾਸ਼ਾ ਦੇ ਵਿੱਚ ਸਾਦੇ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲਾਂ ਅਸੀਂ ਉਸ ਦੇ ਫਰੇਮਵਰਕ ਨੂੰ ਸਮਝੀਏ ਜੇ ਉਹ ਚੀਜ਼ਾਂ ਸਾਡੇ 'ਚ ਆ ਰਹੀਆਂ ਨੇ ਤਾਂ ਅਸੀਂ ਆਧੁਨਿਕ ਹੈਗੇ ਹਾਂ ਹੁਣ ਅਸੀਂ ਕਹਿਣ ਨੂੰ ਅੱਜ ਅਸੀਂ ਪੋਸਟ ਮਾਡਰਨਿਜ਼ਮ ਦੀਆਂ ਗੱਲਾਂ ਵੀ ਲਾਗੇ ਕਰਨ ਅਜੇ ਤਾਂ ਆਧੁਨਿਕਤਾ ਦੀ ਪ੍ਰਕਿਰਿਆ ਨਹੀਂ ਅਸੀਂ ਪੂਰੀ ਕੀਤੀ ਠੀਕ ਹੈ ਉਸ 'ਚੋਂ ਅਸੀਂ ਬਾਹਰ ਨਹੀਂ ਨਿਕਲ ਰਹੇ ਜਿਹੜੀਆਂ ਸਾਡੀਆਂ ਕਲਚਰਲ ਸੀਮਾਵਾਂ ਨੇ ਜਦ ਤੱਕ ਅਸੀਂ ਉਹਨਾਂ 'ਚੋਂ ਬਾਹਰ ਨਹੀਂ ਨਿਕਲ ਰਹੇ ਉੱਧਰ ਨੂੰ ਅਸੀਂ ਆਪਣੇ ਗਲੇ ਨਹੀਂ ਲਾ ਰਹੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਰੀਆਂ ਜਦੋਂ ਤੱਕ ਅਸੀਂ ਖਤਮ ਨਹੀਂ ਕਰਦੇ ਤਾਂ ਸਾਡੇ ਕੋਲ ਕਿਸ ਤਰ੍ਹਾਂ ਦੀ ਆਧੁਨਿਕਤਾ ਹੈਗੀ ਹੈ ਇਹ ਮੈਨੂੰ ਨਹੀਂ ਸਮਝ ਲੱਗ ਰਿਹਾ ਇਹੀ ਹਾਲ ਸਾਡੇ ਸਾਹਿਤ ਦਾ ਹੋ ਗਿਆ ਸਾਹਿਤ ਦੇ ਵਿੱਚ ਤੁਸੀਂ ਦੇਖੋ ਮਿਲਵੋਭਾ ਜਿਹਾ ਅਸੀਂ ਕਰ ਦਿੰਦੇ ਕਲੀਅਰ ਕੱਟ ਸਾਨੂੰ ਨਹੀਂ ਮਿਲਦਾ ਕੋਈ ਜਿਹੜਾ ਹੈ ਕੋਈ ਰਾਈਟਰ ਜਿਹੜਾ ਹੈ ਉਹਦੀ ਦ੍ਰਿਸ਼ਟੀ ਇੰਨੀ ਕਲੀਅਰ ਕੱਟ ਹੋਵੇ ਕੋਈ ਇਸ ਪਾਸੇ ਚੱਲ ਰਿਹਾ ਸਾਡੇ ਮਾਰਕਸਵਾਦ 'ਚ ਰੋਮਾਂਸਵਾਦ ਬੜਿਆ ਪਿਆ ਸਾਡੇ ਰੋਮਾਂਸਵਾਦ 'ਚ ਰਹੱਸਵਾਦ ਬੜਿਆ ਪਿਆ ਸਾਡੇ ਰਹੱਸਵਾਦ 'ਚ ਆਧੁਨਿਕਤਾਵਾਦ ਬੜਿਆ ਪਿਆ ਇੱਕੋ ਹੀ ਰਾਈਟਰ ਹੈ ਉਹ ਸਾਰਾ ਕੁਛ ਹੀ ਕਰੀ ਜਾ ਰਿਹਾ ਚਲੋ ਵੱਖਰੀ ਵੱਖਰੀ ਧਾਰਾ ਦੇ ਵਿੱਚ ਕਰ ਰਹੇ ਹੁਣ ਤਾਂ ਇੱਕ ਵੱਖਰੀ ਵੱਖਰੀ ਗੱਲ ਤਾਂ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀ ਇੱਕ ਭਾਸ਼ਾ ਦਾ ਮਿਲਵੋਭਾਪਣ ਸਾਡੇ 'ਚ ਆ ਗਿਆ ਜਿਹੜਾ ਵਿਚਾਰ ਦਾ ਉਹ ਵਿਚਾਰ ਨੇ ਸਾਡਾ ਕਿਸ ਲੈਵਲ ਤੱਕ ਨੁਕਸਾਨ ਕੀਤਾ ਉਹ ਸਾਡੇ ਸਾਡੇ ਸਾਹਮਣੇ ਆ ਅਤੇ ਅਸੀਂ ਅੱਜ ਵੀ ਉਹਦਾ ਭੁਗਤਾਨ ਕਰ ਰਹੇ ਹਾਂ ਅੱਜ ਦੁਨੀਆ ਦੇ ਵਿੱਚ ਜਿਹੜਾ ਕਹਿੰਦਾ ਇੱਕ ਬਹੁਤ ਵੱਡਾ ਕਲੈਸ਼ ਚੱਲ ਰਿਹਾ ਬੜੀ ਕਮਾਲ ਦੀ ਗੱਲ ਹੈ ਕਿ ਜਿਹੜਾ ਪੋਸਟ ਮਾਡਰਨਿਜ਼ਮ ਨੇ ਜਿਹੜੀ ਸਭ ਤੋਂ ਮਾੜੀ ਗੱਲ ਕੀਤੀ ਹੋਈ ਹੈ ਇਸ ਵੇਲੇ ਉਹ ਇਹ ਹੈ ਖਾਸ ਕਰਕੇ ਜਿਹੜਾ ਵਿਸ਼ਵੀਕਰਨ ਦਾ ਜਿਹੜਾ ਦੌਰ ਹੈ ਉਸਨੇ ਉਹਨੇ ਕੀ ਕੀਤਾ ਉਸਨੇ ਕੀ ਕੀਤਾ ਕਿ ਜਿਹੜੇ ਅੱਗੇ ਸਾਡੇ ਜਿਹੜੇ ਟਕਰਾਅ ਹੁੰਦੇ ਸੀ ਆਰਥਿਕਤਾਵਾਦ ਦੇ ਹੁੰਦੇ ਸੀ ਜਾਂ ਵਿਚਾਰਧਾਰਾ ਦੇ ਹੁੰਦੇ ਸੀ ਹੁਣ ਉਹ ਆਰਥਿਕਤਾਵਾਦ ਤੇ ਵਿਚਾਰਧਾਰਾ ਦੇ ਕਲੈਸ਼ ਨਹੀਂ ਹੈਗੇ ਉਹ ਕਲਚਰ ਦੇ ਕਲੈਸ਼ ਨੇ ਇਹ ਜਿਹੜੇ ਕਲਚਰ ਦੇ ਕਲੈਸ਼ ਨੇ ਇਹਨਾਂ ਵਿੱਚੋਂ ਅਸੀਂ ਕੋਈ ਮਿਡਲ ਵੇ ਕਿਵੇਂ ਲੈਣਾ ਸਾਡੇ ਆਪਣੀ ਪਰੰਪਰਾ ਦੇ ਵਿੱਚ ਕੋਈ ਐਸੀ ਚੀਜ਼ ਪਈ ਹੈ ਜਿਹਨੂੰ ਅਸੀਂ ਪੋਜ਼ਿਟਿਵ ਨੂੰ ਚੱਕ ਕੇ ਇਸ ਤਰ੍ਹਾਂ ਦਾ ਜਿਹੜਾ ਸੰਕਟ ਹੈ ਇਹਦੇ ਵਿੱਚ ਅਸੀਂ ਨਿਕਲ ਸਕਦੇ ਹਾਂ ਇਹਦੇ 'ਤੇ ਅੱਜ ਸਾਨੂੰ ਜੇ ਆਧੁਨਿਕਤਾ ਦੇ ਪ੍ਰਸੰਗ ਦੇ ਵਿੱਚ ਵੀ ਦੇਖਣਾ ਤਾਂ ਸਾਨੂੰ ਜਿਹੜਾ ਸੋਚਣ ਦੀ ਲੋੜ ਹੈ ਤਾਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣਾ ਜਿਹੜਾ ਲੈਕਚਰ ਹੈ ਇਹਨੂੰ ਸਮਾਪਤ ਕਰਦਾ ਅਤੇ ਮੈਡਮ ਨੂੰ ਕਿਹਾ ਸੀ ਕਿ ਵੀ ਤੁਸੀਂ ਆਪਣੇ ਬੱਚਿਆਂ ਨੂੰ ਤਿਆਰ ਰੱਖਿਓ ਥੋੜ੍ਹਾ ਜਿਹਾ ਕਿਉਂਕਿ ਮੈਨੂੰ ਇਹ ਹੁੰਦਾ ਕਿ ਬੱਚੇ ਜੇ ਕੋਈ ਸਵਾਲ ਕਰਨ ਤਾਂ ਜ਼ਿਆਦਾ ਵਧੀਆ ਹੁੰਦਾ ਜੇ ਮੈਂ ਹੀ ਬੋਲ ਗਿਆ ਅਤੇ ਬੋਲ ਕੇ ਮੈਂ ਇਹਨੂੰ ਬੰਦ ਕਰ ਦੇਵਾਂ ਤਾਂ ਕੋਈ ਇਹਦੇ ਅਰਥ ਨਹੀਂ ਵਾਲੇ ਰਹਿੰਦੇ ਤਾਂ ਉਹਦੇ ਲਈ ਅਸੀਂ ਥੋੜ੍ਹੀ ਜਿਹੀ ਆਪਣੀ ਜਿਹੜੀ ਹੈ ਵਿਚਾਰ ਚਰਚਾ ਵੀ ਕਰ ਲੈਂਦੇ ਹਾਂ ਥੈਂਕ ਯੂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਪਣੇ ਮੁੱਲਵਾਨ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਮੈਂ ਦੇਖ ਰਹੀ ਸੀ ਵਿਦਿਆਰਥੀਆਂ ਵੱਲੋਂ ਹਜੇ ਤੱਕ ਕੋਈ ਸਵਾਲ ਜਿਹੜਾ ਹੈ ਨਹੀਂ ਆਇਆ ਵਿਦਿਆਰਥੀਆਂ ਵੱਲੋਂ ਤਾਂ ਹਾਲੇ ਤੱਕ ਸਰ ਕੋਈ ਸਵਾਲ ਨਹੀਂ ਆਇਆ ਤੇ ਇਸ ਹਿਸਾਬ ਨਾਲ ਅਸੀਂ ਸੋਚ ਸਕਦੇ ਕਿ ਵਿਦਿਆਰਥੀ ਪ੍ਰਪੇਅਰ ਨਹੀਂ ਆਏ ਇਹਦੇ ਸਵਾਲਾਂ ਦਾ ਜੇ ਕੋਈ ਸਾਡੇ ਕੋਲੀਗ ਵੱਲੋਂ ਡਾਕਟਰ ਜੀ ਨਹੀਂ ਕੋਈ ਸਵਾਲ ਹੈਗਾ ਉਹ ਲੈ ਸਕਦੇ ਆ ਹਾਂ ਹਾਂ ਕੋਈ ਨਹੀਂ ਨੋ ਪ੍ਰੋਬਲਮ ਆਪਾਂ ਦੇਖੋ ਫਿਊਚਰ ਆਪਾਂ ਡਿਸਕਸ ਹੀ ਕਰਨਾ ਹੈਲੋ ਹੈਲੋ ਸਰ ਹਾਂ ਜੀ ਆਪਾਂ ਬਸ ਡਿਸਕਸ ਹੀ ਕਰਨਾ ਵੈਸੇ ਤਾਂ ਸਰ ਤੁਸੀਂ ਬੜੇ ਵਿਸਤਾਰ ਦੇ ਨਾਲ ਬਹੁਤ ਸਾਰੇ ਜਿਹੜੇ ਸ਼ੰਕੇ ਹੈਗੇ ਆ ਦੂਰ ਕਰਤੇ ਆ ਤੇ ਮੇਰਾ ਖਿਆਲ ਡਾਕਟਰ ਰਜਨੀ ਜੇ ਕੋਈ ਨਹੀਂ ਸਵਾਲ ਹੈਗਾ ਤਾਂ ਆਪਾਂ ਅੱਗੇ ਵਧੀਏ ਡਾਕਟਰ ਨਸਰਾਲੀ ਨੂੰ ਧੰਨਵਾਦ ਕਰਨ ਲਈ ਕਹੀਏ ਜੀ ਜੀ ਬਹੁਤ ਸੋਹਣੇ ਤਰੀਕੇ ਨਾਲ ਸਰ ਅਸੀਂ ਤਾਂ ਪੂਰੇ ਸ਼ਰਸ਼ਾਹ ਹੋ ਗਏ ਆ ਤੁਹਾਡੇ ਲੈਕਚਰ ਦੇ ਨਾਲ ਚਲੋ ਥੈਂਕ ਯੂ ਥੈਂਕ ਯੂ ਥੈਂਕ ਯੂ ਕਿਉਂਕਿ ਸਭ ਕੁਝ ਇੰਨਾ
ਕਲੀਅਰ ਇਹਦਾ ਸਪਸ਼ਟ ਔਰ ਤੁਸੀਂ ਪੁਰਾਤਨਤਾ ਤੋਂ ਲੈ ਕੇ ਆਧੁਨਿਕਤਾ ਤੱਕ ਦਾ ਜਿਹੜਾ ਵਿਕਾਸ ਉਹਦੇ ਬਾਰੇ ਬਹੁਤ ਰੂਟ ਤੋਂ ਲੈ ਕੇ ਗੱਲ ਕੀਤੀ ਜੜ੍ਹ ਤੋਂ ਲੈ ਕੇ ਆਧੁਨਿਕਤਾਵਾਦ ਤੱਕ ਦਾ ਜਿਹੜਾ ਵੱਖ ਵੱਖ ਪੜਾਵਾਂ ਦਾ ਵਿਕਾਸ ਹੈ ਉਹਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਬਲਕਿ ਜੀਵੰਤ ਉਦਾਹਰਨਾਂ ਲੈ ਕੇ ਤੁਸੀਂ ਜੋ ਪੇਸ਼ ਕਰਦੇ ਹੋ ਤੁਹਾਡੀ ਖੂਬੀ ਹੈ ਜਿਹੜੀ ਖਾਸੀਅਤ ਆ ਉਹਦੇ ਕਰਕੇ ਸਾਰਾ ਕੁਛ ਸਾਡੇ ਲਈ ਬਹੁਤ ਖੂਬਸੂਰਤ ਹੋ ਗਿਆ ਅੱਜ ਦਾ ਜਿਹੜੀ ਸ਼ਾਮ ਦਾ ਇਹ ਲੈਕਚਰ ਹੈ ਜਿਹੜਾ ਸਾਡਾ ਇਹ ਮੀਨਿੰਗਫੁਲ ਬਣ ਗਿਆ ਤੇ ਬਾਕੀ ਮੈਂ ਅੱਜ ਦੇ ਇਸ ਸਾਰੇ ਭਾਸ਼ਣ ਤੋਂ ਬਾਅਦ ਜੀ ਇਸ ਦੇ ਲਈ ਇੱਕ ਰਸਮੀ ਤੌਰ ਤੇ ਧੰਨਵਾਦ ਦੇ ਸ਼ਬਦਾਂ ਨੂੰ ਕਹਿਣ ਲਈ ਡਾਕਟਰ ਬਲਜਿੰਦਰ ਨਸਰਾਲਵੀ ਜੀ ਨੂੰ ਬੇਨਤੀ ਕਰਦੀ ਹਾਂ ਕਿ ਉਹ ਸਾਡੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਰਸਮੀ ਤੌਰ ਤੇ ਧੰਨਵਾਦ ਕਰਨ। ਡਾਕਟਰ ਬਲਜਿੰਦਰ ਨਸਰਾਲਵੀ ਜੀ, ਹਾਂਜੀ ਸ਼ੁਕਰੀਆ। ਡਾਕਟਰ ਰਜਨੀ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਸਰ, ਆ ਰਹੀ ਹੈ। ਹਾਂਜੀ, ਬਹੁਤ ਹੀ ਵਧੀਆ ਲੈਕਚਰ ਸੀ। ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨ ਤੋਂ ਪਹਿਲਾਂ ਡਾਕਟਰ ਰਵੀ ਹੋਰਾਂ ਨੂੰ, ਜਿਹੜੇ ਸਾਡੇ ਡਿਪਾਰਟਮੈਂਟ ਦੇ HOD ਨੇ, ਤੇ ਉਹਨਾਂ ਦੇ ਨਾਲ ਸਮੁੱਚੀ ਅਧਿਆਪਕਾਂ ਦੀ ਜਿਹੜੀ ਟੀਮ ਹੈ ਉਹਨਾਂ ਨੂੰ ਮੁਬਾਰਕਬਾਦ ਦੇਵਾਂਗਾ ਕਿ ਜਿਸ ਹਿਸਾਬ ਨਾਲ ਇਹ ਪ੍ਰੋਗਰਾਮ ਸੋਚਿਆ ਗਿਆ, ਉਸ ਪ੍ਰੋਗਰਾਮ ਦੇ ਅਧੀਨ ਅਸੀਂ ਪਹਿਲਾ ਲੈਕਚਰ ਜਿਹੜਾ ਸ਼ੁਰੂ ਕਰਵਾਇਆ ਉਹ ਬਹੁਤ ਕਾਮਯਾਬ ਰਿਹਾ। ਹਾਲਾਂਕਿ ਅਸੀਂ ਸਾਰੇ ਬੜੀ ਦੂਰ ਦੂਰ ਬੈਠੇ ਹਾਂ, ਟੈਕਨੀਕਲ ਪ੍ਰੋਬਲਮਾਂ ਵੀ ਵਿੱਚ ਆ ਜਾਂਦੀਆਂ ਨੇ, ਪਰ ਇਹਦੇ ਬਾਵਜੂਦ ਆਧੁਨਿਕਤਾ ਤੇ ਆਧੁਨਿਕਤਾਵਾਦ ਬਾਰੇ ਡਾਕਟਰ ਦਵੇਸ਼ਵਰ ਹੋਰਾਂ ਨੇ ਜਿੰਨੇ ਸੌਖੇ ਸ਼ਬਦਾਂ ਦੇ ਵਿੱਚ ਸਮਝਾਇਆ ਸਾਨੂੰ, ਬੜੀ ਬੜੀ ਆਰਾਮ ਦੇ ਨਾਲ ਉਹਨਾਂ ਨੇ ਜਿਹੜੀ ਇਹਦੀ ਸ਼ੁਰੂਆਤ ਹੈ ਗਲੀਲੀਓ ਤੋਂ ਕੀਤੀ, ਜਿੱਥੋਂ ਆਧੁਨਿਕਤਾ ਪੈਦਾ ਹੋਣੀ ਸ਼ੁਰੂ ਹੁੰਦੀ ਹੈ। ਮੈਨੂੰ ਜਦੋਂ ਇਹ ਗੱਲ ਮੈਂ ਸੁਣ ਰਿਹਾ ਸੀ ਤਾਂ ਮੈਨੂੰ HG ਵੈਲਸ, ਜਿਹੜੇ ਕਿ ਅੰਗਰੇਜ਼ੀ ਦੇ ਮਸ਼ਹੂਰ ਨੋਵਲਿਸਟ ਨੇ, ਉਹਨਾਂ ਦੀ ਕਿਤਾਬ ਇੱਕ ਇਤਿਹਾਸ ਬਾਰੇ ਹੈ, ਇੱਕ ਇਹ ਸ਼ਾਰਟ ਹਿਸਟਰੀ ਆਫ ਦਾ ਵਰਲਡ, HG ਵੈਲਸ, ਉਹਦੇ ਵਿੱਚ ਉਹ ਲਿਖਦੇ ਨੇ ਵੀ ਅੱਜ ਤੋਂ 2600 ਸਾਲ ਪਹਿਲਾਂ ਇੱਕ ਵਾਰ ਆਧੁਨਿਕਤਾ ਪੈਦਾ ਹੁੰਦੀ ਹੁੰਦੀ ਰਹਿ ਗਈ, ਕਿਉਂਕਿ ਉਸ ਸਮੇਂ ਜਦੋਂ ਸਿਕੰਦਰ ਨੇ ਪਹਿਲੀ ਵਾਰ, ਸਿਕੰਦਰ ਕਿਉਂਕਿ ਵਿਦਿਆਰਥੀ ਸੀ ਅਰਿਸਟੋਟਲ ਦਾ, ਤੇ ਅਰਿਸਟੋਟਲ ਨੇ ਉਹਨਾਂ ਨੂੰ ਪ੍ਰੇਰਿਆ ਸੀ ਕਿ ਤੁਸੀਂ ਆਪਣੇ ਰਾਜ ਦੇ ਵਿੱਚ ਪੜ੍ਹਾਈ ਲਿਖਾਈ ਵਾਲਾ ਮਾਹੌਲ ਬਣਾਓ। ਸਿਕੰਦਰ ਨੇ ਪਹਿਲੀ ਵਾਰ ਪੜ੍ਹਾਈ ਲਿਖਾਈ ਤੇ ਖਰਚਾ ਕੀਤਾ। ਸਿਕੰਦਰ ਦੀ ਮੌਤ ਤੋਂ ਬਾਅਦ ਟਾਲਮੀ ਪਹਿਲਾ ਤੇ ਟਾਲਮੀ ਦੂਜਾ ਦੋ ਰਾਜੇ ਹੋਏ। ਉਹਨਾਂ ਨੇ ਏਥਨਸ ਦੇ ਵਿੱਚ, ਜਿਹਦਾ ਉਸ ਸਮੇਂ ਨਾਮ, ਰਾਜ ਦਾ ਨਾਮ ਅਲੈਗਜ਼ੈਂਡਰੀਆ ਸੀ, ਅਲੈਗਜ਼ੈਂਡਰੀਆ ਦੇ ਵਿੱਚ ਉਹਨਾਂ ਨੇ ਐਜੂਕੇਸ਼ਨ, ਪੜ੍ਹਾਈ ਲਿਖਾਈ ਦਾ ਮਾਹੌਲ ਸ਼ੁਰੂ ਕੀਤਾ ਤੇ ਬਹੁਤ ਸਾਰੇ ਵਿਗਿਆਨਿਕ ਪ੍ਰਯੋਗ ਸ਼ੁਰੂ ਹੋਏ। ਉਹਦੇ ਵਿੱਚੋਂ ਇੱਕ ਪ੍ਰਯੋਗ ਇਹ ਹੋਇਆ ਕਿ ਇੱਕ ਇੰਜਣ ਬਣਾਇਆ ਗਿਆ, ਉਸ ਸਮੇਂ ਇੰਜਣ ਪੈਦਾ ਕਰ ਲਿਆ ਗਿਆ, ਇੰਜਣ ਚਲਾਇਆ ਗਿਆ ਬੜੀ ਕਾਮਯਾਬੀ ਨਾਲ, ਪਰ ਬੰਦੇ ਨੂੰ ਇਹ ਸਮਝ ਨਹੀਂ ਆਈ ਹੈਗੀ ਕਿ ਇੰਜਣ ਦੀ ਵਰਤੋਂ ਕਿਵੇਂ ਕੀਤੀ ਜਾਵੇ, ਵਰਤੋਂ ਕਾਹਦੇ ਵਾਸਤੇ ਕੀਤੀ ਜਾਵੇ। ਨਾ ਤਾਂ ਉਹਨਾਂ ਨੇ ਇਹਨੂੰ ਗੱਡੀਆਂ ਤੇ ਜੋੜ ਕੇ ਦੇਖਿਆ, ਨਾ ਉਹਨਾਂ ਨੇ ਇਹਨੂੰ ਕਿਸ਼ਤੀਆਂ ਤੇ ਜੋੜ ਕੇ ਦੇਖਿਆ, ਉਹਨਾਂ ਦੇ ਦਿਮਾਗ 'ਚ ਨਹੀਂ ਆਈ ਇਹ ਗੱਲ। ਤੇ ਉਸ ਤੋਂ ਬਾਅਦ ਟਾਲਮੀ ਦੂਜੇ ਦਾ ਰਾਜ ਜਦੋਂ ਖਤਮ ਹੋ ਗਿਆ ਤਾਂ ਈਜੀਪਟੀਅਨ ਜਿਹੜੇ ਹੈਗੇ ਸੀ ਉਹਨਾਂ ਦੇ ਅਧੀਨ ਉਹ ਰਾਜ ਆ ਗਿਆ, ਫਿਰ ਉਹ ਰਾਜ ਧਰਮ ਦੇ ਅਧੀਨ ਚਲਿਆ ਗਿਆ। ਇਸ ਤਰ੍ਹਾਂ ਆਧੁਨਿਕਤਾ ਜਿਹੜੀ ਜਨਮ ਲੈ ਰਹੀ ਸੀ ਉਹ ਅੱਜ ਤੋਂ 2600 ਸਾਲ ਪਹਿਲਾਂ ਖਤਮ ਹੋ ਗਈ, ਜਿਹੜੀ ਕਿ ਬਾਅਦ ਦੇ ਵਿੱਚ ਡਾਕਟਰ ਦਵੇਸ਼ਵਰ ਹੋਰਾਂ ਦੇ ਲੈਕਚਰ ਦੇ ਹਿਸਾਬ ਨਾਲ ਕਿ ਹੌਲੀ ਹੌਲੀ ਗੈਲੀਲੀਓ ਦੀਆਂ ਖੋਜਾਂ ਦੇ ਨਾਲ ਤੇ ਉਸ ਤੋਂ ਬਾਅਦ ਜਿਹੜੇ ਵਿਗਿਆਨੀ ਨੇ ਉਹਨਾਂ ਦੇ ਨਾਲ ਉਹ ਹੌਲੀ ਹੌਲੀ ਜਨਮ ਲੈਂਦੀ ਹੈ, ਫਿਰ ਉਹ ਡੈਮੋਕਰੇਸੀ ਦੇ ਰੂਪ ਦੇ ਵਿੱਚ, ਮਾਰਕਸਿਜ਼ਮ ਦੇ ਰੂਪ ਦੇ ਵਿੱਚ, ਸਮਾਜਵਾਦ ਦੇ ਰੂਪ ਦੇ ਵਿੱਚ ਹੌਲੀ ਹੌਲੀ ਸਥਾਪਿਤ ਹੁੰਦੀ ਹੈ। ਤੇ ਬਾਅਦ ਦੇ ਵਿੱਚ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਵਰਗੀਆਂ ਕੰਪਲੀਕੇਸ਼ਨ ਵੀ ਪੈਦਾ ਹੁੰਦੀਆਂ ਨੇ ਉਹਦੇ ਵਿੱਚ। ਤਾਂ ਮੈਂ ਵਿਦਿਆਰਥੀਆਂ ਨੂੰ, ਖਾਸ ਕਰਕੇ ਸਾਡੇ ਵਿਦਿਆਰਥੀ ਦਿੱਲੀ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਸਮਝਾਉਣ ਲਈ ਥੋੜ੍ਹਾ ਦੱਸਣਾ ਚਾਹਾਂਗਾ ਕਿ ਉਰਦੂ ਦੇ ਵਿੱਚ ਇੱਕ ਨੋਵਲ ਹੈ ਜਿਹੜਾ ਕਿ ਹਿੰਦੀ ਦੇ ਵਿੱਚ ਮਿਲ ਜਾਂਦਾ ਸਾਨੂੰ ਅਨੁਵਾਦ ਹੋਇਆ ਹੋਇਆ, ਕਈ ਚਾਂਦ ਤੇ ਸ਼ਰੇ ਅਸਮਾਂ, ਕਈ ਚਾਂਦ ਤੇ ਸ਼ਰੇ ਅਸਮਾਂ। ਇਹਦੀ ਕਹਾਣੀ ਹੈ ਜਿਹੜੀ ਉਹ 19ਵੀਂ ਸਦੀ ਦੀ ਦਿੱਲੀ ਦੀ ਕਹਾਣੀ ਹੈ। ਦਿੱਲੀ ਦਾ ਕਵੀ ਹੋਇਆ ਦਾਗ ਦਹਿਲਵੀ। ਦਾਗ ਦਹਿਲਵੀ ਦੀ ਜਿਹੜੀ ਮਾਂ ਹੈ ਉਹ ਬੜੀ ਸ਼ਾਨਦਾਰ ਔਰਤ ਸੀ, ਉਸ ਔਰਤ ਦੀ ਕਹਾਣੀ ਹੈ। ਇਹ ਬਹੁਤ ਵੱਡਾ ਨਾਵਲ ਹੈ, ਵੱਡੇ ਆਕਾਰ ਦਾ ਨਾਵਲ ਹੈ। ਤਾਂ ਇਸ ਨਾਵਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਦਿੱਲੀ ਦੇ ਵਿੱਚ ਅੰਗਰੇਜ਼ਾਂ ਦਾ ਜਿਹੜਾ ਹੌਲੀ ਹੌਲੀ ਆਉਣਾ ਤੇ ਇੱਥੇ ਮੁਗਲਾਂ ਦਾ ਰਾਜ ਦਾ ਖਤਮ ਕਰਨਾ, ਮੱਧ ਕਾਲ ਨੂੰ ਦਾ ਖਤਮ ਹੁੰਦਾ ਅਸੀਂ ਦੇਖਦੇ ਹਾਂ ਉਹਦੇ ਵਿੱਚ, ਨਾਵਲ ਦੇ ਵਿੱਚ। ਤੇ ਆਧੁਨਿਕਤਾ ਜਿਹੜੀ ਹੈਗੀ ਆ ਹੌਲੀ ਹੌਲੀ ਪੈਦਾ ਹੁੰਦੀ ਦੇਖਦੇ ਹਾਂ। ਅੰਗਰੇਜ਼ ਜਦੋਂ ਆਉਂਦੇ ਨੇ ਤਾਂ ਨਵੀਂ ਤਰ੍ਹਾਂ ਦੇ ਹਥਿਆਰ, ਨਵੀਂ ਤਰ੍ਹਾਂ ਦੇ ਅਸੂਲ ਲੈ ਕੇ ਆਉਂਦੇ ਨੇ, ਜਿਹਦੇ ਬਾਰੇ ਬਹਾਦਰ ਸ਼ਾਹ ਜ਼ਫਰ ਦੀ, ਜਿਹੜੇ ਕਿ ਉਦੋਂ ਬਾਦਸ਼ਾਹ ਸੀ ਹਿੰਦੁਸਤਾਨ ਦੇ, ਉਹਨਾਂ ਦੀ ਗਜ਼ਲ ਦੇ ਵਿੱਚੋਂ ਇੱਕ ਮੈਨੂੰ ਸ਼ੇਅਰ ਯਾਦ ਆ ਰਿਹਾ। ਉਹ ਕਹਿੰਦਾ, ਬਾਤ ਕਰਨੀ ਮੁਝੇ ਮੁਸ਼ਕਿਲ ਕਵੀ ਐਸੀ ਤੋਂ ਨਾ ਥੀ, ਬਾਤ ਕਰਨੀ ਮੁਝੇ ਮੁਸ਼ਕਿਲ ਕਵੀ ਐਸੀ ਤੋਂ ਨਾ ਥੀ,
जैसी अब है तेरी महफिल कभी ऐसी ना थी। तो उहदे लई उह बिल्कुल बदलिया होया जमाना सी, नवे हाकम आ गए, नवीआं टैक्नीक्स आ गईआं, नवे निजम आ गए, हौली हौली रेल गड्डी आ गई, हौली हौली अखबार मैगजीन छापाखाना किन्ना कुछ आ गया। तो डॉक्टर साहब ने बहुत ही सौखे शब्दों के आधुनिकता उत्तर आधुनिकता का जन्म हुंदियां दिखाया, पहला मध्यकाल के आधुनिकता, फिर आधुनिकता के उत्तर आधुनिकता किस तरह पैदा होनी शुरू हुई, तो बाद चिंतन होर कि खास करके पंजाबी चिंतन के जड़ियां गुंझलतावान पैदा हो गई, अस्पष्टतावान पैदा हो गई, वो वाल भी उन्होंने इशारा किया। तो इन गुंझलों हल करना साडा जेडे कि तो अगले अध्यापक या साढ़े जो विद्यार्थी ने जिन्होंने साथों अगले अध्यापक बनना उन्होंने काम होगा, उन्होंने काम करना ही पवेगा। सो मैं बहुत धन्यवाद करता, मैं डॉक्टर देवेश्वर जी होर याद करवा चाहूँगा कि मैं जो 12वीं च पढ़ता सी उदों तुहानू पहली बार सुनिया सी, जो तुसीं नसराली पिंड दे नेड़े मेरे गुआंढी पिंड जलाजण दे विच एक सहज सभा बनाई सी, ते 12वीं च पढ़ता मैं पहली बार उत्थे गया सी, ते जदों इन्हां नूं मैं कहानी बारे कविता बारे बोलदे सुनिया, ये क्योंकि प्रधानगी कर रहा सी साडी पहली मीटिंग दी उस इलाके दे पैदा हो रहे नवे लेखकां दी, ते मेरे दिमाग च पहली बार ये गल आई कि अच्छा लेखकां दे विच इहो जिहे विद्वान लोग भी हुंदे ने जिहड़े कहानियां सुनन तों बाद कवितावां सुनन तों बाद उन्हां बारे फिर व्याख्या करदे ने, तो मैनू पहली बार पता लग्या कि आलोचना नाम की चीज होंगी है, तो विद्वान लोग ने जोड़े वो व्याख्या करते हैं। सो मैं विद्यार्थियों का भी धन्यवाद करदा जिन्होंने काफ़ी लंबा समा शाम के समय के कढ़ के साडे नाल शामिल होए ने। सो मैडम रजनी होर का वधिया संचालन करने लिए धन्यवाद करदा, तो डॉक्टर रवि होरों एक बार फिर बधाई दिना कि उन्हां दी अगवाई दे विच शुरुआत हुई है इस प्रोग्राम की, तो आस है कि अगले प्रोग्राम भी बहुत वधिया होणगे। सो इन्हां शब्दां दे मां दे नाल मैं डॉक्टर देवेश्वर जी का बहुत बहुत धन्यवाद करदा कि उन्होंने साडे वास्ते टाइम कढ़िया, साडे अध्यापकां साडे विद्यार्थियों वास्ते उन्होंने बहुत ही सौखे शब्दों के बड़े बड़े मुल्ले विचार ने जिहड़े पेश किए, शुक्रिया। थैंक यू थैंक यू थैंक यू थैंक यू, शुक्रिया जी, धन्यवाद जी, धन्यवाद जी, थैंक यू सर। हेलो, हाँ जी सर, हाँ जी, पहले तो बलजिंदर उन्होंने मेरे वालों मुबारकबाद दो, मेरे को इन्हों का नंबर नहीं सी, इन्हों मुबारकबाद देनी सी इन्हों की प्रमोशन की। अच्छा, यह है भी क्योंकि बलजिंदर तो साडा बच्चा है, इस करके भी एक तो मेरे पिंड तो यह पिंड जिहड़ा 5-6 किलोमीटर ही है जी जी। हाँ जी, गल जिन्हें दसिया भी जलाजन साडा पहला प्रोग्राम होया, उस तों बाद जोड़ेपुर ते साडा जिहड़ा सहत संगम बनाया होया सी, ते उत्थे भी जिहड़ा है बलजिंदर अपनी नसर जिहड़ी कहानी वगैरह हड्डा रोड़ी मेरे हुण याद है कि इन्हां ने जोड़ेपुर ते पढ़ी सी। बहुत अच्छा, उस बड़ी मैं मैनूं इह सी भी इह जिहड़ा मुंडा यार साडे इलाके दा इह कोई बहुत उच्ची थां ते जाऊगा, इह मेरी उस वेले दी इहदे बारे भविखबाणी सी। चलो सारिआं नूं बहुत बहुत मुबारक, बहुत बहुत धन्नवाद तुहाडा सारिआं दा जिहड़ा है, थैंक यू, शुक्रिया, मेहरबानी मेहरबानी, शुक्रिया, थैंक यू सर, शुक्रिया। चलो थैंक यू बिटिया, थैंक यू भी, थैंक यू थैंक यू।